ਸਤਨਾਮ ਸ਼੍ਰੀ ਵਾਹੇ ਗੁਰੂ ਜੀ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਵਾਹਿਗੁਰੂ ਜੀ ਆਸਟ੍ਰੇਲੀਆ ਤੋਂ ਜੋ ਮੇਰੇ ਗੁਰਮੁਖ ਪਿਆਰੇ ਉਹਨਾਂ ਵੱਲੋਂ ਉਹਨਾਂ ਨੂੰ ਸਨਮਾਨ ਕਰਨ ਵਾਸਤੇ ਜ਼ਰੂਰੀ ਬੇਨਤੀ ਹੈ, ਉਹਨਾਂ ਨੇ ਜਾਣਾ ਇੱਧਰ ਬਾਹਰਲੇ ਬੰਨੇ ਆ ਜਾਓ ਜੀ। ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਿਰਦ ਪਇਓ ਸੁਜੈ ਨਹੀਂ ਕਾਲ ਪਹੁੰਚਿਓ ਕਹੁ ਨਾਨਕ ਨਰਬਾ ਭਗਵਾਨ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਸਾਰੀ ਸੰਗਤ ਗੱਜ ਕੇ ਬੋਲਣਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਖੰਘ ਦੇ ਖੰਘ ਦੇ ਇੱਕ ਦਿਨ ਖੰਘ
ਸੰਗਿਆ ਜਾਣਾ ਨਹੀਂ ਨਾ ਬਾਣੀ ਦੇ ਬਾਜੋ ਭਵ ਜਲ ਲੰਘਿਆ ਜਾਣਾ ਨਹੀਂ ਹੋ ਨਾ ਬਾਣੀ ਦੇ ਬਾਜੋ ਭਵ ਜਲ ਲੰਘਿਆ ਜਾਣਾ ਨਹੀਂ ਜਾਣਾ ਨਹੀਂ ਨਾ ਬਾਣੀ ਦੇ ਬਾਜੋਂ ਭਵ ਜਲ ਲੰਘਿਆ ਜਾਣਾ ਨਹੀਂ ਹੋ ਨਾ ਬਾਣੀ ਦੇ ਬਾਜੋਂ ਭਵ ਜਲ ਲੰਘਿਆ ਜਾਣਾ ਨਹੀਂ ਮੰਗਿਆ ਜਾਣਾ ਨਹੀਂ ਨਾ ਬਾਣੀ ਦੇ ਬਾਜੋਂ ਭਵ ਜਲ ਲੰਘਿਆ ਜਾਣਾ ਨਹੀਂ ਹੋ ਨਾ ਬਾਣੀ ਦੇ ਬਾਜੋਂ ਭਵ ਜਲ ਲੰਘਿਆ ਜਾਣਾ ਨਹੀਂ
ਆਉਂਦੇ ਨਾ ਰਹੇ ਹਲਾਕੂ ਵਰਗੇ ਧੀਆਂ ਪੁੱਤਰ ਧਨ ਮਾਲ ਨਾ ਨਾਲ ਜਾਣਾ ਕਿਹੜੀ ਗੱਲ ਦਾ ਫੇਰ ਹੰਕਾਰ ਤੈਨੂੰ ਛੱਡ ਜਾਵਣਾ ਹੰਸ ਅੱਗੇ ਲੜਾਈ ਅਸਲ ਬਾਤ ਦੀ ਜਰਾ ਨਾ ਸਾਰ ਤੈਨੂੰ ਜਪ ਕੇ ਨਾਮ ਭਵ ਸਾਗਰੋਂ ਪਾਰ ਹੋ ਜਾ ਜਪ ਕੇ ਨਾਮ ਭਵ ਸਾਗਰੋਂ ਪਾਰ ਹੋ ਜਾ ਭੇਜਿਆ ਜੀ ਦੇ ਲਈ ਵਿੱਚ ਸੰਸਾਰ ਤੈਨੂੰ ਸੇਮੀ ਡੋਰ ਸਵਾਸਾਂ ਦੀ ਟੁੱਟ ਜਾਣੀ ਪੈਣੀ ਅੰਤ ਨੂੰ ਜਮਾ ਦੀ ਮਾਰ ਤੈਨੂੰ ਪੈਣੀ ਅੰਤ ਨੂੰ ਜਮਾ ਦੀ ਮਾਰ ਤੈਨੂੰ ਭਵ ਜਲ ਲੰਘਿਆ ਜਾਣਾ ਨਹੀਂ ਹੋ ਨਾ ਬਾਣੀ ਦੇ ਬਾਜੋ ਭਵ ਜਲ ਲੰਘਿਆ ਜਾਣਾ ਨਹੀਂ ਝੂਠੀ ਵਡਿਆਈ ਤੋਹਫੇ ਨਹੀਂ ਨਿਤ ਨਿਤ ਮਿਲਦੇ ਚੱਲ ਪੌਰ ਵਾਸ ਹਥਿਆਈ ਨਹੀਂ ਫੁੱਲ ਹਮੇਸ਼ਾ ਖਿਲਦੇ ਛੱਡ ਮਾਣ ਝੂਠੀ ਵਡਿਆਈ ਤੋਹਫੇ ਨਹੀਂ ਨਿਤ ਨਿਤ ਮਿਲਦੇ ਚੱਲ ਪੌਰ ਵਾਸ ਹਥਿਆਈ ਨਹੀਂ ਫੁੱਲ ਹਮੇਸ਼ਾ ਖਿਲਦੇ ਨਾਮ ਰੰਗਣ ਬਿਨ ਕੋਮਲ ਨਾਮ ਰੰਗਣ ਬਿਨ ਕੋਮਲ ਇਹ ਮਨ ਰੰਗਿਆ ਜਾਣਾ ਨਹੀਂ ਨਾ ਬਾਣੀ ਦੇ ਬਾਜੋਂ ਭਵ ਜਲ ਲੰਘਿਆ ਜਾਣਾ ਨਹੀਂ ਹੋ ਨਾ ਬਾਣੀ ਦੇ ਬਾਜੋਂ ਭਵ ਜਲ ਲੰਘਿਆ ਜਾਣਾ ਨਹੀਂ ਹੋ ਨਾ ਬਾਣੀ ਦੇ ਬਾਜੋਂ ਭਵ ਜਲ ਲੰਘਿਆ ਜਾਣਾ ਨਹੀਂ ਹੋ
ਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਜੁਗੋ ਜੁਗੇ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾਂ ਅੰਦਰ ਸੁਭਾਇਮਾਨ ਹੋ ਕੇ ਮਹਾਨ ਗੁਰਮਤਿ ਸਮਾਗਮ ਦੇ ਦੂਸਰੇ ਤੇ ਆਖਰੀ ਦਿਨ ਦੇ ਆਖਰੀ ਚਰਨ ਮਤ ਚ ਪਹੁੰਚੀ ਹੋਈ ਗੁਰੂ ਕੀ ਸੰਗਤ, ਮਨ ਬਿਰਤੀ ਇਕਾਗਰ ਕਰੋ, ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲ। ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਾਂ, ਗੁਰਮਤਿ ਦਾ ਜਿਹੜਾ ਸੱਚਾ ਤੇ ਸੁੱਚਾ ਅਸੂਲ ਹੈ ਕਿ ਹਰ ਚੀਜ਼ ਦੀ ਸ਼ੁਰੂਆਤ ਫਤਿਹ ਤੋਂ ਹੋਣੀ ਚਾਹੀਦੀ ਆ। ਸੋ ਅਸੀਂ ਫਤਿਹ ਬੁਲਾਵਾਂਗੇ, ਤੁਸੀਂ ਚੜ੍ਹਦੀ ਕਲਾ ਨਾ ਉਤਰ ਦਿਓ। ਮੈਂ ਹਰ ਸਟੇਜ ਉੱਤੇ ਇੱਕ ਗੱਲ ਕਹਿੰਦਾ ਹਾਂ ਕਿ ਫਤਿਹ ਬੁਲਾਉਣ ਲੱਗਿਆ ਕਦੀ ਝੱਕਿਆ ਨਾ ਕਰੋ, ਫਤਿਹ ਬੁਲਾਉਣ ਲੱਗਿਆ ਕਦੀ ਸੰਗਿਆ ਨਾ ਕਰੋ। ਇਹ ਠੇਕਾ ਨਹੀਂ ਲਿਆ ਕਿ ਗੁਰਦੁਆਰੇ ਦੇ ਭਾਈਆਂ ਨੇ ਰਾਗੀਆਂ ਢਾਡੀਆਂ ਨੇ ਫਤਿਹ ਬੁਲਾਉਣੀਆਂ, ਫਤਿਹ ਤੁਹਾਡੀ ਵੀ ਉਨੀ ਆ ਜਿੰਨੀ ਗੁਰਦੁਆਰੇ ਦੇ ਭਾਈਆਂ ਦੀ ਆ। ਸਾਡੇ ਮਨ 'ਚ ਇੱਕ ਭੁਲੇਖਾ ਜਿਹਾ ਬੈਠਾ ਵੀ ਗੁਰਦੁਆਰੇ ਦਾ ਭਾਈ ਬੁਲਾਵੇ ਫਤਿਹ, ਰਾਗੀ ਬੁਲਾਉਣ, ਢਾਡੀ ਬੁਲਾਉਣ, ਬਾਬੇ ਬੁਲਾਉਣ, ਸਾਡਾ ਤਾਂ ਹੈਲੋ ਹਏ 'ਚ ਗੁਜ਼ਾਰਾ, ਅਸੀਂ ਫਤਿਹ ਨਾ ਵੀ ਬੁਲਾਈਏ ਤੇ ਚੱਲ ਜਾਓ। ਅੱਜ ਤੋਂ ਕੁਝ ਕੁ ਸਾਲ ਪਹਿਲਾਂ ਪਿੱਛੇ ਚਲੇ ਜਾਓ, ਬਜ਼ੁਰਗ ਬੈਠੇ ਇਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਸੀ ਜਾਂ ਨਹੀਂ ਵੀ ਛਕਿਆ ਹੁੰਦਾ ਸੀ, ਕਿਸੇ ਨੇ ਕੇਸ ਰੱਖੇ ਹੋਣੇ ਜਾਂ ਨਹੀਂ ਰੱਖਣੇ, ਫਤਿਹ ਹਰ ਬੰਦਾ ਹੀ ਬੁਲਾਉਂਦਾ ਹੁੰਦਾ ਸੀ। ਸਾਨੂੰ ਸਮੇਂ ਦੀ ਮਾਰ ਇਹੋ ਜਿਹੀ ਵੱਜੀ, ਸਾਡੀ ਫਤਿਹ ਸਤਿ ਸ੍ਰੀ ਅਕਾਲ 'ਚ ਉੱਡ ਗਈ ਅਤੇ ਸਤਿ ਸ੍ਰੀ ਅਕਾਲ ਤੋਂ ਬਾਅਦ ਇਕੱਲੀ ਸਤਿ ਸ੍ਰੀ ਅਕਾਲ ਹੀ ਰਹਿ ਗਈ ਸਾਡੇ ਕੋਲ। ਇਸ ਕਰਕੇ ਕਿਤੇ ਵੀ ਫਤਿਹ ਬੁਲਾਉਣ ਦਾ ਮੌਕਾ ਮਿਲੇ, ਫਤਿਹ ਦੇ ਵਿੱਚ ਵਾਧਾ ਹੀ ਵਾਧਾ ਵਾ, ਦੋ ਵਾਰੀ ਵਾਹਿਗੁਰੂ ਸ਼ਬਦ ਆ ਜਾਣਾ ਵਾ। ਵੇਖੋ ਜੇ ਦਿਹਾੜੀ 'ਚ ਆਪਾਂ 50 ਬੰਦਿਆਂ ਨੂੰ ਵੀ ਮਿਲੀਏ ਅਤੇ 50 ਵਾਰੀ ਫਤਿਹ ਬੁਲਾਈਏ ਅਤੇ 100 ਵਾਰੀ ਵਾਹਿਗੁਰੂ ਜ਼ਬਾਨ 'ਚੋਂ ਨਿਕਲ ਜਾਂਦਾ, ਉੱਦਾਂ ਤਾਂ ਇੱਕ ਵਾਰੀ ਨਹੀਂ ਕਿਹਾ ਜਾਂਦਾ। 100 ਵਾਰੀ ਮੈਂ ਕਹਿ ਦਿੱਤਾ, 100 ਵਾਰੀ ਅਗਲੇ ਦੇ ਮੂੰਹੋਂ ਸੁਣ ਲਿਆ, 200 ਵਾਰ ਹੋ ਗਿਆ ਨਾ। ਅਤੇ ਵਾਹਿਗੁਰੂ ਕਿਆਂ ਬਹੁਤ ਕੁਝ ਮਿਲਦਾ ਹੈ, ਵਾਹਿਗੁਰੂ ਕਿਆਂ ਜ਼ਿੰਦਗੀ ਸੁਧਰਦੀ ਹੈ, ਵਾਹਿਗੁਰੂ ਕਿਆਂ ਮਨ ਦੀਆਂ ਕਲਪਨਾਵਾਂ ਦੂਰ ਹੁੰਦੀਆਂ ਨੇ, ਸੁੱਖ ਮਿਲਦੇ ਨੇ। ਸੋ ਫਤਿਹ ਬੁਲਾਉਣਾ ਕਿਤੇ ਵੀ ਮੌਕਾ ਮਿਲੇ ਨਾ, ਭਾਵੇਂ ਗੁਰਦੁਆਰੇ ਜਾਓ, ਕਿਤੇ ਫੋਨ ਦੇ ਉੱਤੇ ਕੋਈ ਫਤਿਹ ਬੁਲਾ ਦੇਵੇ, ਫੋਨ ਦੇ ਉੱਤੇ ਵੀ ਆਪਾਂ ਕਈ ਵਾਰੀ ਫਤਿਹ ਬੁਲਾਈਏ ਨਾ, ਤਾਂ ਸਾਡਾ ਤਾਂ ਸੁਭਾਅ ਬਣਿਆ ਹੁਣ ਸਾਡੇ 'ਤੇ ਤਾਂ ਮੂੰਹ ਚੜਿਆ ਵੀ ਅਸੀਂ ਹਰ ਇੱਕ ਨੂੰ ਫਤਿਹ ਹੀ ਬੁਲਾਉਣੀ ਜਦੋਂ ਫੋਨ ਆਵੇ ਕਿਸੇ ਪ੍ਰਬੰਧਕ ਦਾ। ਹੁਣ ਸਾਨੂੰ ਅਗਲੇ ਬੰਨੇ ਥੋੜ੍ਹਾ ਪਤਾ ਹੁੰਦਾ ਵੀ ਅਗਲੇ ਬੰਨੇ ਕੋਈ ਕਿੱਦਾਂ ਦਾ ਖਲੋਤਾ ਹੋਊ, ਅਤੇ ਅਗਲੇ ਬੰਨੇ ਕਈਆਂ ਨੂੰ ਫਤਿਹ ਬੁਲਾਈ ਦੀ, ਅਗਲੇ ਬੰਨੇ ਫਤਿਹ ਦਾ ਜਵਾਬ ਦੇਣ ਲੱਗਿਆ, ਕਈਆਂ ਨੂੰ ਐਂ ਜਾਪਦਾ ਪਤਾ ਨਹੀਂ ਕਿੱਡਾ ਕੁ ਬੋਝ ਸਾਡੀ ਛਾਤੀ 'ਤੇ ਰੱਖ ਦਿੱਤਾ, ਫਤਿਹ 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 ਫਤਿਹ। ਤੁਸੀਂ ਵੇਖਿਆ ਨਾ ਕਈ ਇੱਦਾਂ ਹੀ ਟਾਈਮ ਪਾਸ ਕਰ ਜਾਂਦੇ ਆ। ਨਹੀਂ, ਫਤਿਹ ਬੁਲਾਓ ਅਤੇ ਪੂਰੀ ਬੁਲਾਓ, ਚੜ੍ਹਦੀ ਕਲਾ ਨਾ ਬੁਲਾਓ। ਫਤਿਹ ਹਮੇਸ਼ਾ ਗੁਰੂ ਦੇ ਦਰਬਾਰ 'ਚ ਬੁਲਾਈ ਜਾਂਦੀ ਹੈ ਅਤੇ ਫਤਿਹ ਉਹ ਬੁਲਾਉਂਦੀਆਂ ਜਿਹੜੀਆਂ ਰੱਜੀਆਂ ਰੂਹਾਂ ਹੁੰਦੀਆਂ ਨੇ। ਸੋ ਫਤਿਹ ਚੜ੍ਹਦੀ ਕਲਾ ਦੇ ਨਾਲ ਬੁਲਾਇਓ, ਕੋਈ ਰਸਨਾ ਵਾਂਝੀ ਨਾ ਰਹੇ। ਮੈਂ ਤੁਰੰਤ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਦੇਣੇ ਆ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਤੁਸੀਂ ਸਟੇਟ ਸੈਕਟਰੀ ਸਾਹਿਬ ਪਾਸੋਂ ਸਰਵਣ ਕਰ ਲਿਆ। ਉਹਨਾਂ ਨੇ ਆਖਿਆ ਵੀ ਸਮਾਂ ਤਾਂ ਤੁਹਾਡਾ ਹੋਰ ਸੀ, ਤੁਹਾਨੂੰ ਹੋਰ ਦਿੱਤਾ ਗਿਆ। ਚਲੋ, ਇਹ ਤਾਂ ਸਟੇਜ ਦਾ ਮਾਹੌਲ ਹੁੰਦਾ, ਕਈ ਵਾਰੀ ਅੱਗੇ ਪਿੱਛੇ ਹੁੰਦਾ, ਇਹਦੇ 'ਤੇ ਆਪਾਂ ਨੂੰ ਕੋਈ ਰੰਜ ਨਹੀਂ। ਪਰ ਇੱਕ ਚੀਜ਼ ਦਾ ਮੈਨੂੰ ਰੰਜ ਹੈ, ਮੈਂ ਆਇਆ ਪਹਿਲੀ ਵਾਰ ਹੀ ਹਾਂ, ਰੰਜ ਮੈਨੂੰ ਇਹ ਆ ਵੀ ਤੁਸੀਂ ਪਤਾ ਨਹੀਂ ਮਹੀਨਾ ਕਿ ਡੇਢ ਮਹੀਨਾ ਹੋ ਗਿਆ ਮੇਰਾ ਪ੍ਰੋਗਰਾਮ ਬੁੱਕ ਕੀਤਾ, ਅਤੇ ਮੈਨੂੰ ਇੱਥੇ ਆਉਣ ਤੱਕ ਇਹ ਨਹੀਂ ਸੀ ਪਤਾ ਵੀ ਮੈਂ ਕੰਟੈਕਟ ਕਿਹੜੇ ਬੰਦੇ ਨਾਲ ਕਰਨਾ, ਜਿਹਦੇ ਨਾਲ ਮੈਂ ਸ਼ਾਮੀ ਕੀਤਾ ਉਹਦਾ ਅਜੇ ਤੱਕ ਫੋਨ ਨਹੀਂ ਆਇਆ। ਕਹਿੰਦਾ ਹੁਣੇ ਦੱਸਦਾ ਟਾਈਮ ਤੁਹਾਡਾ ਕਿੰਨੇ ਵਜੇ ਆ, 15 ਮਿੰਟ ਕਹੇ ਤੇ 6 ਘੰਟੇ ਤੇ ਮੈਨੂੰ ਉਹ ਚੱਲੇ ਇੱਥੇ ਆਇਆਂ ਨੂੰ, ਉਹ 15 ਮਿੰਟ ਹੀ ਨਹੀਂ ਹੋਏ ਅਜੇ ਤੱਕ, ਉਹ ਪਤਾ ਨਹੀਂ ਮੈਂ ਕਿਹਨੂੰ ਫੋਨ ਲਾ ਬੈਠਾ, ਤੁਹਾਡੇ ਇਸ਼ਤਿਹਾਰ ਦੇ ਉੱਤੇ ਨੰਬਰ ਸੀ ਉਹ। ਅਸਲ ਵਿੱਚ ਜਥਾ ਜਦੋਂ ਬੁੱਕ ਕਰ ਲਈਏ ਮੁੜ ਕੇ ਉਹਦੇ ਨਾਲ ਰਾਬਤਾ ਵੀ ਰੱਖੀਦਾ,
ਕਦੇ ਉਹ ਫਰਲੋ ਹੀ ਨਾ ਮਾਰ ਗਿਆ ਹੋਵੇ ਹੋਰ ਦੀਵਾਨ ਤੇ, ਤੁਸੀਂ ਇੱਥੇ ਬੈਠੇ ਰਹੋ, ਉਹਨੂੰ ਡਿੱਕੀ ਜਾਓ, ਉਹ ਹੋਰ ਕਿਸੇ ਦੀਵਾਨ ਤੇ ਜਾ ਕੇ ਬੈਠਾ ਹੋਵੇ। ਇਸ ਕਰਕੇ ਮੇਰੇ ਨਾਲ ਦੇ ਸ਼ਾਮੀ 9 ਵਜੇ ਤੱਕ, 9:30 ਵਜੇ ਤੱਕ ਵੀ ਕਿਸੇ ਦਾ ਸੰਪਰਕ ਨਹੀਂ ਸੀ ਹੈਗਾ ਵੀ ਤੁਹਾਡਾ ਟਾਈਮ। ਮੰਨ ਲਓ ਸਾਡਾ ਟਾਈਮ ਤੁਸੀਂ 6 ਵਜੇ ਹੀ ਰੱਖਿਆ ਹੁੰਦਾ ਤਾਂ ਅਸੀਂ ਮਜ਼ੇ ਨਾਲ 9 ਕੁ ਵਜੇ ਆਉਂਦੇ, ਫਿਰ ਤਾਂ ਡਾਂਗਾਂ ਦਾ ਮਸਾਲਾ ਸਾਡਾ ਬਣਿਆ ਸੀ ਨਾ ਇੱਥੇ ਵੀ ਤੁਸੀਂ ਐਵਲੇ ਮੂੰਹ ਚੁੱਕ ਕੇ ਕਿੱਧਰ ਤੁਰੇ ਆਉਂਦੇ। ਜਿਸ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਹੀ ਨਹੀਂ ਕੀਤਾ ਵੀ ਕਦੋਂ ਆਉਣਾ ਕਦੋਂ ਜਾਣਾ। ਇਸ ਕਰਕੇ ਜਿਹੜਾ ਬੰਦਾ ਏਡਾ, ਮੈਂ ਇਹਦੇ ਦੁਆਬੇ 'ਚ ਬਹੁਤ ਘੱਟ ਇੱਦਾਂ ਦੇ ਪ੍ਰੋਗਰਾਮ ਵੇਖਿਆ, ਮੈਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਬਹੁਤ ਲਾਏ ਆ, ਪਰ ਐਡਾ ਵਧੀਆ ਖੁੱਲ੍ਹਾ ਪੰਡਾਲ, ਬਹੁਤ ਸੋਹਣਾ ਤੁਹਾਡਾ ਪ੍ਰਬੰਧ, ਲੰਗਰ ਵਾਲੇ ਸੇਵਾਦਾਰਾਂ ਦੀ ਕਮਾਲ ਆ, ਬਾਹਰ ਜਿਹੜੇ ਗੱਡੀਆਂ ਲਵਾਉਣ ਵਾਲੇ ਉਹ ਸੇਵਾਦਾਰ ਏਡੇ ਵਧੀਆ ਤੁਹਾਡੇ ਹਰ ਚੀਜ਼। ਪਹਿਲੀ ਤਾਂ ਗੱਲ ਉਹਨਾਂ ਨੌਜਵਾਨਾਂ ਵਾਸਤੇ ਆਪਾਂ ਚੜ੍ਹਦੀ ਕਲਾ ਨਾਲ ਜੈਕਾਰਾ ਢਾਡੀ ਸਿੰਘਾਂ ਕੋਲ ਲਵਾਉਣਾ, ਤੁਸੀਂ ਜਵਾਬ ਦੇਣਾ, ਜਿਨ੍ਹਾਂ ਨੇ ਇਹ ਗਰਾਊਂਡ ਦੀਵਾਨ ਲੱਗਣ ਜੋਗੀ ਬਣਾਈ ਆ। ਮੈਨੂੰ ਉਹਨਾਂ ਹੀ ਦੱਸਿਆ ਕਿ ਬਾਰਿਸ਼ ਹੋ ਗਈ ਸੀ, ਆਸਾਰ ਘੱਟ ਸੀ, ਪਰ ਜਿੰਨੀ ਵੀ ਸੰਗਤ ਨੇ ਵੱਧ ਤੋਂ ਵੱਧ ਸੇਵਾ ਕੀਤੀ ਆ, ਨੌਜਵਾਨਾਂ ਨੇ ਭੱਜ ਨੱਠ ਕੀਤੀ ਆ, ਜਿੱਦਾਂ ਦਾ ਵੀ ਪ੍ਰਬੰਧ ਉਹਨਾਂ ਨੇ ਕੀਤਾ, ਸਭ ਤੋਂ ਵੱਡੇ ਸਰੋਪੇ ਦੇ, ਸਭ ਤੋਂ ਵੱਡੇ ਮਾਣ ਦੇ ਉਹ ਨੌਜਵਾਨ ਹੱਕਦਾਰ ਆ ਜਿਨ੍ਹਾਂ ਦੀ ਬਦੌਲਤ ਇਹ ਦੀਵਾਨ ਲੱਗਾ ਵਾ, ਜਿਨ੍ਹਾਂ ਵੀਰਾਂ ਨੇ ਉਹ ਸੇਵਾ ਭੱਜ ਨੱਸ ਕੇ ਕੀਤੀ ਆ, ਉਹਨਾਂ ਨੂੰ ਪ੍ਰਬੰਧਕ ਜਨ, ਉਹਨਾਂ ਨੂੰ ਸੰਗਤ ਜ਼ਰੂਰ ਮਾਣ ਸਨਮਾਨ ਦੇਵੇ, ਕਿਉਂਕਿ ਉਹਨਾਂ ਦੀ ਬਦੌਲਤ ਹੀ ਆਪਾਂ ਜੁੜ ਕੇ ਬੈਠੇ ਹਾਂ। ਚੜ੍ਹਦੀ ਕਲਾ ਨਾਲ ਜੈਕਾਰਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਲਾਈਏ, ਤੁਰੰਤ ਮੈਂ ਪ੍ਰਸੰਗ ਤੁਹਾਡੇ ਚਰਨਾਂ 'ਚ ਸਾਂਝਾ ਕਰ ਦੇਣਾ। ਢਾਡੀ ਬੁਲਾਰਾ ਹਾਂ, ਇਤਿਹਾਸ ਦੇ ਵਡਮੁੱਲੇ ਪੰਨੇ ਕਹਿਣ ਵਾਸਤੇ ਤੁਸੀਂ ਮੈਨੂੰ ਸਟੇਜ 'ਤੇ ਖਿਲਾ ਰਿਹਾ, ਮੈਂ ਇਸ ਕਰਕੇ ਇਤਿਹਾਸ ਤੋਂ ਬਾਹਰ ਨਹੀਂ ਜਾਣਾ ਚਾਹਾਂਗਾ। ਸਮਾਂ ਕੀਮਤੀ ਜਿਹਾ ਹੈ ਕਿਉਂਕਿ ਅੱਜ ਸਵੇਰੇ ਅਸੀਂ ਪਹਿਲਾਂ ਯੂਪੀਓਂ ਆਏ, ਯੂਪੀ ਤੋਂ ਬਾਅਦ ਸਾਡਾ ਪ੍ਰੋਗਰਾਮ ਸੀ ਕਲਾਨੌਰ ਦੇ ਲਾਗੇ ਗੁਰਦਾਸਪੁਰ ਤੋਂ, ਉੱਥੋਂ ਸਿੱਧੇ ਤੁਹਾਡੇ ਕੋਲ ਪਹੁੰਚੇ ਹਾਂ ਸਵੇਰੇ, ਫਿਰ ਅਸੀਂ ਘਰ 'ਤੇ ਨਹੀਂ ਜਾ ਸਕੇ, ਸੁਲਤਾਨਪੁਰ ਲੋਧੀ ਸਾਨੂੰ ਕਮਰਾ ਲੈਣਾ ਪਿਆ ਕਿਉਂਕਿ ਸਵੇਰੇ ਫਿਰ ਅਸੀਂ ਹੁਸ਼ਿਆਰਪੁਰ ਨੂੰ ਚਲੇ ਜਾਣਾ। ਇਸ ਕਰਕੇ ਮੈਂ ਬਹੁਤਾ ਲੇਟ ਵੀ ਨਹੀਂ ਕਰਨਾ, ਲੰਮ ਸਮ 12 ਤੋਂ 12:15 ਦੇ ਵਿੱਚ ਮੈਂ ਸਾਰੀ ਸਮਾਪਤੀ ਕਰ ਦੇਣੀ ਆ, ਕਿਉਂਕਿ ਮੈਂ ਆਪਣੇ ਸਮੇਂ 'ਤੇ ਬਿਲਕੁਲ ਠੀਕ ਆ ਗਿਆ ਸਾਂ। ਸਟੇਜ ਤੁਹਾਡੀ ਥੋੜ੍ਹੀ ਲੇਟ ਆ, ਪਰ ਮੈਂ ਫਿਰ ਵੀ ਜਿੰਨੇ ਦਿੱਤੇ ਸਮੇਂ ਉਹਦੇ ਤੋਂ 15-20 ਮਿੰਟ ਵੱਧ ਲਾਉਣ ਦੀ ਕੋਸ਼ਿਸ਼ ਕਰਾਂਗਾ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਛੇਤੀ ਨਾਲ ਪ੍ਰਸੰਗ ਸ਼ੁਰੂ ਕਰੀਏ, ਤੁਹਾਡੇ ਲਈ ਬਹੁਤ ਕੁਝ ਨਵਾਂ ਹੋਵੇਗਾ ਇਹਦੇ ਵਿੱਚ। ਮਨ ਬਿਰਤੀ ਇਕਾਗਰ ਰੱਖਿਓ। ਇੱਕ ਖੂਹ ਆ, ਖੂਹ ਦੇ ਕੰਢੇ 'ਤੇ ਇੱਕ ਮੁੰਡਾ ਖਲੋਤਾ ਵਾ, ਮੁੰਡੇ ਦੇ ਗਲ ਜਨੇਊ ਆ, ਤੇੜ ਧੋਤੀ ਆ, ਮੱਥੇ 'ਤੇ ਟਿੱਕਾ ਵਾ, ਸਿਰ 'ਤੇ ਬੋਧੀ ਆ, ਗਲੇ 'ਚ ਰੁਦਰਾਕਸ਼ ਦੀ ਮਾਲਾ ਵਾ। ਵੇਖਣ ਤੋਂ ਇਉਂ ਪ੍ਰਤੀਤ ਹੁੰਦਾ ਕਿ ਮੁੰਡਾ ਬ੍ਰਾਹਮਣਾਂ ਦਾ ਵਾ। ਉਹ ਮੁੰਡਾ ਖੂਹ ਦੇ ਵਿੱਚ ਛਾਲ ਮਾਰ ਕੇ ਤੇ ਖੁਦਕੁਸ਼ੀ ਕਰਨ ਲੱਗਾ। ਉਹਨੇ ਇੱਕ ਵਾਰ ਪੈਰ ਅੱਗੇ ਕੀਤਾ, ਦੋ ਵਾਰ ਪੈਰ ਅੱਗੇ ਕੀਤਾ, ਪਰ ਸਾਹਮਣੇ ਮੌਤ ਵੇਖ ਕੇ ਤੇ ਪੈਰ ਪਛਾਂਹ ਕਰ ਲਿਆ ਕਰੇ। ਹੁਣ ਮਰਨਾ ਕਿਹਦੇ ਸੌਖਾ ਪਿਆ, ਕਹਿਣਾ ਬੜਾ ਸੌਖਾ, ਮੈਂ ਨਹੀਂ ਪਰਵਾਹ ਕਰਦਾ, ਜਿੱਦਣ ਮੌਤ ਨਾਲ ਟਾਕਰ ਆਵੇ ਪਤਾ ਉਦਣ ਲੱਗਦਾ ਮੌਤ ਕਿਹੜੇ ਭਾ ਪੈਂਦੀ ਆ। ਹੁਣ ਮੁੰਡੇ ਨੇ 3 ਵਾਰ ਕੋਸ਼ਿਸ਼ ਕੀਤੀ ਕਿ ਮਰ ਜਾਵਾਂ, ਪਰ ਖੂਹ ਦੇ ਕੰਢੇ 'ਤੇ ਖਲੋਤਾ ਰਿਹਾ। ਸਾਹਮਣੇ ਇੱਕ ਮਾਈ ਖਲੋਤੀ ਉਹਨੂੰ ਵੇਂਹਦੀ ਸੀ, ਮਾਈ ਨੇ ਦੂਰੋਂ ਆਵਾਜ਼ ਮਾਰ ਕੇ ਆਖਾ, ਮਰਦਾ ਨਹੀਂ, ਮੈਂ ਕਦੋਂ ਉਹਦੀ ਤੇਰਾ ਤਮਾਸ਼ਾ ਵੇਖਦੀ ਵੀ ਹੁਣ ਮਰੇ ਹੁਣ ਮਰੇ, ਮੈਂ ਪਿੰਡ ਜਾ ਕੇ ਸੁਣਾ ਦਿਆਂ ਵੀ ਫਲਾਣਾ ਸੋ ਡੁੱਬ ਕੇ ਮਰ ਗਿਆ। ਮੁੰਡਾ ਖੂਹ 'ਚ ਛਾਲ ਮਾਰਨ ਦੀ ਅਜੇ ਤਿਆਰੀ ਕਰਦਾ ਹੀ ਪਿਆ ਸੀ, ਜਾਂ ਮਾਈ ਨੇ ਨੇੜੇ ਆ ਕੇ ਮੁੰਡੇ ਨੂੰ ਗੱਲਾਂ 'ਚ ਲਾ ਲਿਆ ਅਤੇ ਜੱਫਾ ਭਰ ਕੇ ਅਤੇ ਮੁੰਡਾ ਥੱਲੇ ਸੁੱਟ ਲਿਆ। ਜਦੋਂ ਮੁੰਡਾ ਥੱਲੇ ਡਿੱਗ ਪਿਆ ਅਤੇ ਮਾਈ ਉਹਦੇ ਸਿਰਾਣੇ ਬਹਿ ਕੇ ਕਹਿੰਦੀ, ਚੰਗਾ ਭਲਾ ਜਾਪਦਾ ਹੈ, ਕੋਈ ਬਿਮਾਰੀ ਨਹੀਂ, ਕੋਈ ਸ਼ੁਮਾਰੀ ਨਹੀਂ, ਚੰਗਾ ਭਲਾ ਹੱਥਾਂ ਪੈਰਾਂ ਦਾ ਵੀ ਠੀਕ ਜਾਪਦਾ ਹੈ, ਸਾਰਾ ਕੁਝ ਇਉਂ ਜਾਪਦਾ ਵੀ ਰੱਜਿਆ ਪੁੱਜਿਆ ਜਾਪਦਾ, ਮਰਨ ਕਿਹੜੀ ਗੱਲੋਂ ਲੱਗਾ।
ਜਦੋਂ ਮਾਈ ਨੇ ਆਖਿਆ ਨਾ ਮਰਨ ਕਿਹੜੀ ਗੱਲੋਂ ਲੱਗਾ, ਤੇ ਮੁੰਡੇ ਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹ ਕਹਿੰਦਾ ਮਾਈ ਤੇਰਾ ਹਾਸਾ ਨਿਕਲ ਜਾਣਾ। ਮਾਈ ਨੇ ਆਖਿਆ ਮੇਰਾ ਹਾਸਾ? ਉਹਨੇ ਆਖਿਆ ਹਾਂ ਮਾਈ, ਮੈਨੂੰ ਬਿਮਾਰੀ ਏਦਾਂ ਦੀ ਚੰਬੜੀ ਆ, ਦੁੱਖ ਏਦਾਂ ਦਾ ਚੰਬੜਿਆ ਹੈ ਕਿ ਮੇਰਾ ਦੁੱਖ ਸੁਣ ਕੇ ਮੇਰਾ ਦੁੱਖ ਵੰਡਾਉਂਦਾ ਤੇ ਕੋਈ ਨਹੀਂ ਹੱਸ ਜ਼ਰੂਰ ਪੈਂਦੇ ਆ। ਇਹ ਤੇ ਸਾਡੀ ਆਮ ਦੁਨੀਆਦਾਰੀ ਦੀ ਬਾਤ ਹੈ ਨਾ, ਕਈ ਵਾਰੀ ਬੰਦੇ ਦਾ ਮਰਨ ਹੋਇਆ ਹੁੰਦਾ ਤੇ ਲੋਕਾਂ ਦਾ ਹਾਸਾ ਬਣਿਆ ਹੁੰਦਾ। ਮਾਈ ਕਹਿੰਦੀ ਫਿਰ ਵੀ ਦੱਸ ਤਾਂ ਉੱਠ ਕੇ ਬਹਿ। ਹੁਣ ਦੋਵੇਂ ਜਾਣੇ ਬਹਿ ਗਏ। ਮਾਈ ਨੇ ਦੂਜੀ ਵਾਰ ਪੁੱਛਿਆ ਪੁੱਤ ਗੱਲ ਕੀ ਆ, ਮਰਨ ਕਿਹੜੀ ਗੱਲੋਂ ਲੱਗਾ ਹੈ? ਤੇ ਮੁੰਡਾ ਕਹਿੰਦਾ ਮਾਈ ਮੈਂ ਆ ਕਸੂਰ ਸ਼ਹਿਰ ਦਾ ਰਹਿਣ ਵਾਲਾ, ਕਸੂਰ ਹੁਣ ਪਾਕਿਸਤਾਨ 'ਚ ਰਹਿ ਗਿਆ, ਮੈਂ ਕਸੂਰ ਸ਼ਹਿਰ ਦਾ ਰਹਿਣ ਵਾਲਾ ਬ੍ਰਾਹਮਣਾਂ ਦਾ ਮੁੰਡਾ ਤੇ ਮੇਰਾ ਵਿਆਹ ਹੋਇਆ ਨਵਾਂ ਨਵਾਂ, ਨਵ ਨਵੇਲੀ ਮੈਂ ਆਪਣੀ ਦੁਲਹਨ ਵਿਆਹ ਹੀ ਲਿਆਵਾਂ, ਮੈਂ ਘੋੜੀ ਤੇ ਸਵਾਰ, ਘਰ ਵਾਲੀ ਮੇਰੀ ਡੋਲੀ ਦੇ ਵਿੱਚ ਬੈਠੀ, ਅੱਗੇ ਅੱਗੇ ਢੋਲ ਵੱਜਦਾ ਜਾਵੇ, ਗਿੱਧੇ ਪੈਂਦੇ ਜਾਣ, ਭੰਗੜੇ ਪੈਂਦੇ ਜਾਣ, ਲਲਕਾਰੇ ਵੱਜਦੇ ਜਾਣ। ਪਰ ਮਾਈ ਐਨ ਮੌਕੇ ਉੱਤੇ ਮੇਰੀ ਜ਼ਿੰਦਗੀ ਹਨੇਰ ਬਣ ਗਈ। ਘੋੜ ਚੜ੍ਹੇ ਪਠਾਨ ਆਏ, ਕਿਸੇ ਨੂੰ ਕੱਖ ਨਹੀਂ ਪੁੱਛਿਆ, ਡੋਲੀ ਦੇ ਵਿੱਚੋਂ ਮੇਰੀ ਨਵ ਨਵੇਲੀ ਦੁਲਹਨ ਲਾਈ, ਘੋੜੇ ਤੇ ਬਿਠਾਈ ਤੇ ਆਓ ਗਏ। ਮੈਂ ਹੱਥ ਮਲਦਾ ਰਹਿ ਗਿਆ, ਮਾਈ ਹੁਣ ਮੈਂ ਜਿਹਨੂੰ ਵੀ ਜਾ ਕੇ ਕਹਿੰਦਾ ਤੇ ਲੋਕੀ ਅੱਗੋਂ ਹੱਸ ਕੇ ਕਹਿੰਦੇ ਤੂੰ ਵੀ ਕੋਈ ਬੰਦਾ ਜਿਹੜਾ ਘਰ ਵਾਲੀ ਦੀ ਰਾਖੀ ਨਹੀਂ ਕਰ ਸਕਿਆ। ਅੱਛਾ ਭੰਗੜੇ ਪਾਉਣ ਵਾਲੇ ਸਾਰੇ, ਗਿੱਧੇ ਪਾਉਣ ਨੂੰ ਸਾਰੇ, ਢੋਲ ਤੇ ਲਲਕਾਰੇ ਮਾਰਨ ਨੂੰ ਸਾਰੇ, ਤੇ ਮੇਰੀ ਬਾਂਹ ਫੜਨ ਨੂੰ ਕੋਈ ਵੀ ਨਹੀਂ। ਮਾਈ ਕਹਿੰਦੀ ਕਿਸੇ ਦੀ ਸਿਫਾਰਿਸ਼ ਪਾ ਲੈਣੀ ਸੀ। ਮੁੰਡਾ ਕਹਿੰਦਾ ਮੈਂ ਛੱਡਿਆ ਕੋਈ ਨਹੀਂ, ਮੰਦਰਾਂ 'ਚ ਦੇਵੀ ਦੇਵਤਿਆਂ ਦੇ ਟੱਲ ਖੜਕਾ ਕੇ ਵੇਖ ਲਏ ਆ, ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਕਹਿ ਕੇ ਵੇਖ ਲਿਆ, ਪਰ ਪਠਾਣਾ ਦਾ ਨਾਂ ਸੁਣ ਕੇ ਬੌੜੀ ਕੋਈ ਨਹੀਂ ਕਰਦਾ। ਮਾਈ ਹੱਸ ਕੇ ਕਹਿੰਦੀ ਪੱਥਰ ਦੇ ਦੇਵਤੇ ਦੇ ਅੱਗੇ ਤੇ ਨੱਕ ਗੋਡਾ ਰਗੜ ਲਿਆਈ, ਅਸਲੀ ਦੇ ਦੇਵਤੇ ਨੂੰ ਵੀ ਜਾ ਕੇ ਕਿਹਾ ਕਿ ਨਹੀਂ ਕਿਹਾ? ਮੁੰਡੇ ਨੇ ਅੱਖਾਂ ਤੇ ਹੱਥ ਫੇਰ ਕੇ ਆਪਣੇ ਹੰਝੂ ਪੂੰਜੇ ਤੇ ਮਾਈ ਨੂੰ ਕਹਿੰਦਾ ਅਸਲੀ ਦੇਵਤੇ ਉਹ ਕਿੱਥੇ ਰਹਿੰਦੇ ਆ? ਮਾਈ ਕਹਿੰਦੀ ਲੈ ਫਿਰ ਗੱਲ ਅਜੇ ਬਣੀ ਨਹੀਂ, ਤੂੰ ਪੱਥਰ ਦੇ ਦੇਵਤੇ ਅੱਗੇ ਮੱਥੇ ਰਗੜ ਛੱਡੇ, ਮੇਰੇ ਆਖੇ ਲਾ ਕੇ ਇੱਕ ਵਾਰੀ ਅਸਲੀ ਦੇਵਤਿਆਂ ਦੇ ਕੋਲ ਜਾ, ਜੇ ਅਸਲੀ ਦੇਵਤੇ ਤੇਰੀ ਗੱਲ ਮੰਨ ਗਏ ਤੇ ਤੇਰੀ ਘਰ ਵਾਲੀ ਛਡਾ ਕੇ ਲਿਆਉਣਗੇ। ਉਹਨੇ ਆਖਿਆ ਰਹਿੰਦੇ ਕਿੱਥੇ ਆ? ਮਾਈ ਕਹਿੰਦੀ ਦਰਬਾਰ ਸਾਹਿਬ ਚਲਾ ਜਾ, ਅੰਮ੍ਰਿਤਸਰ ਚਲਾ ਜਾ, ਪਰਕਰਮਾ ਦੇ ਵਿੱਚ ਉੱਤਰ ਜੀ, ਦਰਬਾਰ ਸਾਹਿਬ ਦੀ ਪਰਕਰਮਾ 'ਚ, ਉੱਥੇ ਤੈਨੂੰ ਦੇਵਤੇ ਦਿਸਣਗੇ। ਸਿੱਖਾਂ ਨੂੰ ਲੋਕੀ ਦੇਵਤੇ ਕਹਿੰਦੇ ਆ, ਉੱਥੇ ਤੈਨੂੰ ਦੇਵਤੇ ਦਿਸਣਗੇ ਤੇ ਉਹਨਾਂ ਦੇਵਤਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਦੇਵਤਾ ਹੋਊ ਨਾ ਉਹਨੂੰ ਜਾ ਕੇ ਆਪਣਾ ਰੋਣਾ ਰੋਈ ਤੇ ਦੇਵਤੇ ਤੇਰੀ ਬਾਂਹ ਫੜ ਲੈਣਗੇ। ਲਓ ਜੀ ਮੁੰਡਾ ਜਿਉਂ ਤੁਰਿਆ ਦਰਬਾਰ ਸਾਹਿਬ ਦੀ ਪਰਕਰਮਾ 'ਚ ਆ ਗਿਆ ਤੇ ਸਿਰ 'ਤੇ ਹੱਥ ਰੱਖ ਕੇ ਬਹਿ ਗਿਆ, ਕਹਿੰਦਾ ਹੇ ਰਾਮ। ਕਹਿੰਦਾ ਮਾਈ ਕਹਿੰਦੀ ਇੱਥੇ ਦੇਵਤੇ ਦਿਸਣਗੇ, ਇੱਥੇ ਤੇ ਸਾਰੇ ਇੱਕੋ ਜਿਹੇ ਨੀਲੇ ਬਾਣੇ, ਨੀਲੀਆਂ ਪੱਗਾਂ, ਮੁੱਛਾਂ ਨੂੰ ਤਾ, ਸਿਰਾਂ ਦੇ ਉੱਤੇ ਚੱਕਰ, ਮੋਢਿਆਂ 'ਤੇ ਤੀਰਾਂ ਵਾਲੇ ਪੱਥੇ, ਇੱਕ ਮੋਢੇ 'ਤੇ ਕਮਾਨ, ਢਾਕ 'ਤੇ ਲੜਕਦੀ ਸ੍ਰੀ ਸਾਹਿਬ, ਇਹਦੇ ਸਾਰੇ ਇੱਕੋ ਜਿਹੇ ਤੁਰੇ ਫਿਰਦੇ ਆ, ਇਹਨਾਂ ਵਿੱਚੋਂ ਅਸਲੀ ਤੇ ਵੱਡਾ ਦੇਵਤਾ ਕਿਹੜਾ ਹੋਊਗਾ? ਜਾਣੀ ਕੋਈ ਜਥੇਦਾਰ ਲੱਭਦਾ ਸੀ। ਮੁੰਡਾ ਦਰਬਾਰ ਸਾਹਿਬ ਦੀ ਪਰਿਕਰਮਾ ਕਰਦਾ ਕਰਦਾ ਨਾ ਦਰਸ਼ਨੀ ਡਿਉੜੀ ਦੇ ਕੋਲ ਆ ਗਿਆ, ਜਿੱਥੇ ਅੰਦਰ ਨੂੰ ਜਾਈਦਾ ਦਰਬਾਰ ਸਾਹਿਬ ਮੱਥਾ ਟੇਕਣ। ਉਹ ਦਰਸ਼ਨੀ ਡਿਉੜੀ ਦੇ ਕੋਲ ਖਲੋਤੇ ਇੱਕ ਪਹਿਰੇਦਾਰ ਨੂੰ ਪੁੱਛਦਾ, ਬਰਸ਼ਾ ਫੜ ਕੇ ਇੱਕ ਸਿੰਘ ਖਲੋਤਾ ਸੀ। ਪੰਡਤਾਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ ਜੀ ਮੈਂ ਤੁਹਾਡੇ ਨਾ ਵੱਡੇ ਜਥੇਦਾਰ ਨੂੰ ਮਿਲਣਾ ਹੈ, ਕੰਮ ਬੜਾ ਜ਼ਰੂਰੀ। ਜਥੇਦਾਰ ਦਾ ਸਾਹਮਣੇ ਖਲੋਤਾ ਉਹ
ਪਹਿਰੇਦਾਰ ਕਹਿਣ ਲੱਗਾ ਕੰਮ ਕੀ ਆ? ਪੰਡਤਾਂ ਦਾ ਮੁੰਡਾ ਕਹਿੰਦਾ ਤੈਨੂੰ ਕਿਉਂ ਦੱਸਾਂ, ਤੂੰ ਤੇ ਵਰਸ਼ਾ ਫੜਨ ਵਾਲਾ, ਤੂੰ ਤੇ ਪਹਿਰੇਦਾਰ ਜਾਪਦਾ ਹੈ, ਪਹਿਰੇਦਾਰ ਨਾਲ ਮੈਂ ਅੰਦਰ ਦਿਲ ਦੀ ਗੱਲ ਨਹੀਂ ਕਰਨੀ, ਮੇਰੀ ਗੱਲ ਬੜੀ ਵੱਡੀ ਆ, ਮੈਂ ਗੱਲ ਉਹਦੇ ਨਾਲ ਕਰਨੀ ਜਿਹੜਾ ਤੁਹਾਡਾ ਸਭ ਤੋਂ ਵੱਡਾ ਜਥੇਦਾਰ ਆ। ਕਹਿੰਦਾ ਅੱਛਾ ਪੱਕੀ ਗੱਲ ਹੈ? ਕਹਿੰਦਾ ਪੱਕੀ ਗੱਲ। ਉਹਨੇ ਵਰਸ਼ਾ ਲਾਗੇ ਖਲੋਤੇ ਨੂੰ ਫੜਾ ਦਿੱਤਾ ਤੇ ਉਹ ਜਿਹੜਾ ਪਹਿਰੇਦਾਰ ਸੀ ਨਾ ਪੰਡਤਾਂ ਦੇ ਮੁੰਡੇ ਨੂੰ ਲੈ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਆ ਗਿਆ ਸਾਹਮਣੇ ਖਿਲਾਰ ਕੇ। ਉਹ ਜਿਹੜਾ ਪਹਿਰੇਦਾਰ ਸੀ ਉਹ ਹੱਥ ਜੋੜ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਹਿ ਗਿਆ, ਆਵਾਜ਼ ਮਾਰ ਕੇ ਕਹਿੰਦਾ ਦੱਸ ਮੈਨੂੰ ਕਿਉਂ ਲੱਭਦਾ ਸਾਂ? ਪੰਡਤਾਂ ਦਾ ਮੁੰਡਾ ਕਹਿੰਦਾ ਮੈਂ ਤੈਨੂੰ ਥੋੜਾ ਲੱਭਦਾ, ਤੂੰ ਤੇ ਪਹਿਰੇਦਾਰ ਆ, ਮੈਂ ਤੁਹਾਡਾ ਜਥੇਦਾਰ ਲੱਭਦਾ ਹੈ। ਤੇ ਤਾਬਿਆ ਬੈਠੇ ਗੁਰੂ ਕੇ ਸਿੰਘ ਨੇ ਆਖਿਆ ਪੰਥ ਨੇ ਜਥੇਦਾਰੀ ਮੈਨੂੰ ਹੀ ਦਿੱਤੀ ਆ, ਮੈਂ ਇਸ ਵਕਤ ਪੰਥ ਦਾ ਜਥੇਦਾਰ ਆ। ਤੇ ਪੰਡਤਾਂ ਦਾ ਮੁੰਡਾ ਕਹਿੰਦਾ ਹੋਵੇ ਜਥੇਦਾਰ ਤੇ ਵਰਛਾ ਫੜ ਕੇ ਸੇਵਾ ਕਰੇ। ਤੇ ਜਥੇਦਾਰ ਨੇ ਹੱਸ ਕੇ ਆਖਿਆ ਜਥੇਦਾਰ ਕਿਹੜਾ ਅਸਮਾਨੋਂ ਉਤਰਿਆ, ਜਥੇਦਾਰ ਭਾਂਡੇ ਨਹੀਂ ਮਾਂਜ ਸਕਦਾ, ਜਥੇਦਾਰ ਤੱਪੜ ਨਹੀਂ ਝਾੜ ਸਕਦਾ, ਜਥੇਦਾਰ ਜੋੜੇ ਨਹੀਂ ਝਾੜ ਸਕਦਾ, ਵੱਖਰੀ ਗੱਲ ਆ। ਅੱਜ ਜਥੇਦਾਰੀਆਂ ਪਰਚੀਆਂ 'ਚੋਂ ਮਿਲਦੀਆਂ ਵਾ, ਕਦੇ ਜਥੇਦਾਰੀਆਂ ਬੰਦੇ ਦੀਆਂ ਕਰਤੂਤਾਂ ਵੇਖ ਕੇ ਦਿੱਤੀਆਂ ਜਾਂਦੀਆਂ ਸੀ, ਬੰਦੇ ਦੇ ਕੰਮ ਵੇਖ ਕੇ, ਬੰਦੇ ਦੇ ਗੁਣ ਵੇਖ ਕੇ। ਸਰਕਾਰ ਨੇ ਨਵਾਬੀ ਦਿੱਤੀ ਸਿੱਖਾਂ ਨੂੰ, ਉਹ ਕਹਿੰਦੇ ਨਵਾਬੀ ਕਿਹਨੂੰ ਦੇ ਦਈਏ? ਉਹ ਮਗਰਲੇ ਬੰਨੇ ਨੇ ਇੱਕ ਪੱਖਾ ਝੱਲੇ, ਉਹਦਾ ਨਾਂ ਸੀ ਕਪੂਰ ਸਿੰਘ, ਜਦੋਂ ਉਹਨੂੰ ਨਵਾਬ ਕਪੂਰ ਸਿੰਘ ਬਣਾਉਣ ਲੱਗੇ। ਮੈਂ ਗੱਲ ਕਰਨ ਲੱਗਾ ਤੁਹਾਡੇ ਵੱਡਿਆਂ ਦਾ ਕਰੈਕਟਰ, ਅੱਜ ਤੇ ਕੁਰਸੀ ਪਿੱਛੇ ਜੁੱਤੀਓ ਜੁੱਤੀ ਹੁੰਦੇ ਆ ਨਾ, ਕਦੀ ਤੁਹਾਡੇ ਵੱਡਿਆਂ ਨੇ ਰਾਜ ਭਾਗ ਨੂੰ ਠੋਕਰਾਂ ਮਾਰੀਆਂ, ਅੱਧੇ ਅੱਧੇ ਰਾਜ ਨੂੰ ਜੁੱਤੀ ਦੀ ਨੋਕ ਦੇ ਉੱਤੇ ਠਕਰਾ ਕੇ ਵਿਖਾਇਆ, ਅੱਜ ਕੁਰਸੀ ਇੱਥੋਂ ਤੱਕ ਹਾਵੀ ਹੋ ਗਈ, ਭਰਾ ਨੂੰ ਭਰਾ ਨਹੀਂ ਦਿਸਣ ਦਿਆ, ਭਰਾ ਨੂੰ ਪੁੱਤ ਨਹੀਂ ਦਿਸਣ ਦਿਆ, ਆਪਣੀ ਕੌਮ ਨਹੀਂ ਦਿਸਣ ਦੀ, ਆਪਣਾ ਧਰਮ ਨਹੀਂ ਦਿਸਣ ਦਿਆ, ਆਪਣੇ ਗੁਰੂ ਨਹੀਂ ਦਿਸਣ ਦਿਆ, ਸਾਰਾ ਕੁਝ ਵੇਚਣੇ ਲਾਇਆ ਸਿਰਫ ਇੱਕ ਕੁਰਸੀ ਦੇ ਬਦਲੇ। ਮੱਤ ਮਰੀ ਪਈ ਹੈ ਸਾਡੀ। ਪੰਥ ਦਾ ਜਥੇਦਾਰ ਕਹਿਣ ਲੱਗਾ ਪੰਡਿਤ ਜੀ ਮੈਂ ਜਥੇਦਾਰ ਹੀ ਹਾਂ, ਮੈਨੂੰ ਪੰਥ ਨੇ ਜਥੇਦਾਰੀ ਦਿੱਤੀ ਏ। ਪੰਡਤਾਂ ਦਾ ਮੁੰਡਾ ਕਹਿੰਦਾ ਜਿਹੜੀ ਕੌਮ ਦਾ ਜਥੇਦਾਰ ਹੱਥ 'ਚ ਵਰਛਾ ਫੜ ਕੇ ਲੋੜ ਪੈਣ 'ਤੇ ਸੇਵਾ ਕਰਨੀ ਜਾਣਦਾ ਏ, ਉਹ ਕੌਮ ਦੁਨੀਆਂ 'ਤੇ ਕਦੀ ਹਾਰ ਨਹੀਂ ਸਕਦੀ, ਹਮੇਸ਼ਾ ਜਿੱਤੇਗੀ, ਹਮੇਸ਼ਾ ਜਿੱਤੇਗੀ। ਅੱਜ ਤਾਂ ਸੇਵਾ ਦੀ ਭਾਵਨਾ ਹੀ ਚਲੀ ਗਈ ਸਾਡੇ ਵਿੱਚ, ਜਿਹਨੇ ਚਾਰ ਦਿਨ ਗੁਰਦੁਆਰੇ ਭਾਂਡੇ ਮਾਂਜ ਲਿਓ ਪ੍ਰਧਾਨਗੀ ਲੱਭਣ ਲੱਗ ਪੈਂਦਾ। ਬਿਮਾਰੀ ਤਾਂ ਸਾਨੂੰ ਚੌਧਰਪੁਣੇ ਦੇ ਛੱਜਦੀ ਆ ਨਾ, ਵੀ ਛੱਜ ਬੰਨ ਦਿਓ ਦਵਾ ਦਵ ਸਾਡੇ ਮਗਰ, ਸੇਵਾ ਭਾਵਨਾ ਵਾਲੇ ਤਾਂ ਤਰਲੇ ਕੱਢਦੇ ਰਹਿ ਜਾਂਦੇ ਮੇਰੇ ਅੱਗੇ, ਵੀ ਸਾਡਾ ਵੀ ਕਿਤੇ ਫੋਟੋਆਂ ਕਿਸੇ ਨੇ ਲਵਾ ਜਾਣੀਆਂ ਅਖਬਾਰਾਂ ਦੇ ਫਰੰਟ ਪੇਜਾਂ 'ਤੇ, ਬੜੀ ਸੇਵਾ ਕੀਤੀ, ਅਤੇ ਜਿੰਨਾ ਕੀਤੀ ਉਹਨਾਂ ਨੂੰ ਪੁੱਛਣਾ ਕਿਸੇ ਨੇ ਨਹੀਂ, ਫੋਟੋਆਂ ਮੇਰੇ ਅਰਗਿਆਂ ਲਵਾ ਜਾਣੀਆਂ। ਸੇਵਾ ਖਤਮ ਹੋ ਗਈ, ਸੇਵਾ ਵੀ ਅਸੀਂ ਉੱਥੇ ਖਲੋ ਕੇ ਕਰਦੇ ਜਿੱਥੇ ਚਾਰ ਬੰਦੇ ਸਾਨੂੰ ਵੇਖਣ ਵੀ ਫਲਾਣਾ ਸੋ ਸੇਵਾ ਕਰਨ ਡਿਆ ਹੈ, ਅਤੇ ਜਿਨ੍ਹਾਂ ਨੇ ਸੇਵਾਵਾਂ ਕਰਨੀਆਂ ਉਹਲੇ ਖਲੋ ਕੇ ਕਰ ਜਾਣੀਆਂ, ਵੀ ਇੱਥੇ ਕਿਸੇ ਨਹੀਂ ਕਰਨੀ, ਉੱਥੇ ਕਰੀਏ ਜਾ ਕੇ। ਪੰਡਤਾਂ ਦਾ ਮੁੰਡਾ ਕਹਿਣ ਲੱਗਾ ਵੀ ਤੁਹਾਡਾ ਨਾਂ ਕੀ ਹੈ? ਤੇ ਮਹਾਰਾਜ ਦੀ ਤਾਬਿਆ ਬੈਠੇ ਗੁਰੂ ਕੇ ਸਿੰਘ ਨੇ ਆਖਿਆ ਮੇਰਾ ਨਾਂ ਆ ਜਥੇਦਾਰ ਹਰੀ ਸਿੰਘ ਭੰਗੀ। ਕਹਿੰਦਾ ਪਿੰਡ ਕਿਹੜਾ? ਕਹਿੰਦਾ ਜੀ ਮੇਰਾ ਪਿੰਡ ਆ ਪੰਜ ਵੜ, ਮਸ਼ਹੂਰ ਪਿੰਡ ਰਿਹਾ ਖਾੜਕੂਵਾਦ ਦੇ ਦੌਰਾਨ ਵੀ, ਪੁਰਾਣੇ ਇਤਿਹਾਸ ਵਿੱਚ ਵੀ, ਜਦੋਂ ਤੁਹਾਨੂੰ ਕਿਤੇ ਬੀੜ ਬਾਬਾ ਬੁੱਢਾ ਸਾਹਿਬ ਜਾਣ ਦਾ ਮੌਕਾ ਮਿਲੇ, ਤੇ ਬੀੜ ਬਾਬਾ ਬੁੱਢਾ, ਮੈਂ ਲੋਕਲ ਹਾਂ ਉੱਥੋਂ ਦਾ, ਇਸ ਕਰਕੇ ਥੋੜ੍ਹਾ ਜ਼ਿਆਦਾ ਪਤਾ ਹੋ ਸਕਦਾ, ਬੀੜ ਬਾਬਾ ਬੁੱਢਾ ਸਾਹਿਬ ਤੋਂ ਜਦੋਂ ਭਿੱਖੀ ਵਿੜ ਨੂੰ ਜਾਂਦੇ ਹਾਂ, ਰਾਹ ਦੇ ਵਿੱਚ ਪਿੰਡ ਪੈਂਦਾ ਹੈ ਪੰਜ ਵੜ, ਇਹ ਪੰਜ ਵੜ ਕੌਮ ਦੇ ਬਹਾਦਰਾਂ ਦਾ ਪਿੰਡ ਰਿਹਾ ਹੈ, ਪੁਰਾਣੇ ਸਮੇਂ ਦੇ ਵਿੱਚ ਵੀ ਤੇ ਅੱਜ ਦੇ ਸਮੇਂ ਦੇ ਅੰਦਰ ਵੀ। ਜਥੇਦਾਰ ਕਹਿਣ ਲੱਗਾ ਮੇਰਾ ਨਾਂ ਆ ਹਰੀ ਸਿੰਘ ਭੰਗੀ, ਮੇਰਾ ਪਿੰਡ ਆ ਪੰਜ ਵੜ, ਦੱਸੋ ਪੰਡਿਤ ਜੀ ਮੈਨੂੰ ਕਿਹੜੀ ਗੱਲੋਂ ਲੱਭਦੇ ਹੋ?
ਤੇ ਪੰਡਤਾਂ ਦੇ ਮੁੰਡੇ ਨੇ ਹੱਥ ਜੋੜ ਕੇ ਉਹ ਗੱਲ ਆਖੀ ਜਿਹੜੀ ਮਾਈ ਨੂੰ ਆਖੀ। ਕਹਿੰਦਾ ਜਥੇਦਾਰਾ ਹੱਸੇਗਾ ਤੇ ਨਾ? ਜਥੇਦਾਰ ਕਹਿੰਦਾ ਨਹੀਂ ਹੱਸਦਾ, ਗੁਰੂ ਨਾਨਕ ਦਾ ਘਰ ਆ, ਹੱਸਣਾ ਕੋਈ ਗੁਨਾਹ ਵੀ ਨਹੀਂ ਇੱਥੇ, ਪਰ ਬਿਨਾਂ ਕਾਰਨ ਤੋਂ ਮੈਂ ਹੱਸੂਗਾ ਵੀ ਨਹੀਂ। ਦੱਸ ਹੋਇਆ ਕੀ ਏ? ਸੁਣੋ ਸਾਧ ਸੰਗਤ, ਸ਼੍ਰੀ ਅਕਾਲ ਤਖਤ ਸਾਹਿਬ ਲੱਗਾ ਹੈ ਦਰਬਾਰ, ਕੌਮ ਦਾ ਜਥੇਦਾਰ ਮਹਾਰਾਜ ਦੀ ਤਾਬਿਆ ਬੈਠਾ ਹੈ, ਤੇ ਕਸੂਰ ਸ਼ਹਿਰ ਚੋਂ ਚੱਲ ਕੇ ਆਇਆ ਦੁਖੀਆ ਪੰਡਤ, ਆਪਣੀ ਰੋ ਰੋ ਕੇ ਦਰਦ ਕਹਾਣੀ। ਹੱਥ ਜੋੜ ਖੜਾ, ਹੱਥ ਜੋੜ ਖੜਾ ਪੰਡਤ, ਤਰਲੇ ਸਿਪਾਹੇ ਜਲ ਮੈਂ ਪਠਾਣਾ ਜਿਹੜੇ ਤੈਰ ਸੀ ਕਮਾਏ। ਹੱਥ ਜੋੜ ਖੜਾ, ਹੱਥ ਜੋੜ ਖੜਾ ਕਸੂਰ ਦੇ ਵਿੱਚ ਹਾਂ ਰਹਿੰਦਾ ਜੋ ਸਤਲੁਜ ਤੋਂ ਪਾਰੇ, ਡੰਗ ਟਪਾਉਂਦਾ ਹਾਂ ਮੈਂ ਆਪਣਾ ਬਹਿ ਕੇ ਕ੍ਰਿਸ਼ਨ ਦੁਆਰੇ। ਕੀਤੇ ਪੁੰਨ ਜਿਹੜੇ, ਕੀਤੇ ਪੁੰਨ ਜਿਹੜੇ ਕਿਸੇ ਕੰਮ ਨਹੀਂ ਉਹ ਆਏ। ਜਲ ਮੈਂ ਪਠਾਣਾ ਜਿਹੜੇ ਕੈਰ ਸੀ ਕਮਾਏ। ਹੱਥ ਜੋੜ ਖੜਾ, ਹੱਥ ਜੋੜ ਖੜਾ ਨਵੇਲੀ ਦੁਲਹਨ ਮੇਰੀ ਵਿਆਹ ਕੇ ਮੈਂ ਲਿਆਉਂਦਾ। ਵਾਜੇ ਗਾਜੇ ਵੱਜਦੇ ਪੂਰੇ ਗੀਤ ਖੁਸ਼ੀ ਦੇ ਗਾਉਂਦਾ। ਜਾ ਮਰ ਗਏ ਅਧੂਰੇ, ਮਰ ਗਏ ਅਧੂਰੇ ਨਾਹੀ ਸ਼ਗਨ ਮਨਾਏ। ਜਲ ਮੈਂ ਪਠਾਣਾ ਜਿਹੜੇ ਕੈਰ ਸੀ ਕਮਾਏ। ਹੱਥ ਜੋੜ ਖੜਾ, ਹੱਥ ਜੋੜ ਖੜਾ ਆ
ਟੁੱਟੀ ਗਈ ਹੈ ਇੱਜ਼ਤ ਮੇਰੀ, ਬੌੜੀ ਨਾ ਕੋਈ ਕਰਦਾ। ਦੁਖੀਆ ਤੇ ਮਜ਼ਲੂਮ ਜਾਣ ਕੇ ਬਾਂ ਕੋਈ ਨਹੀਂ ਫਰਦਾ। ਦੇਵੀ ਦੇਵਤੇ ਅਰਾਦੇ, ਦੇਵਤੇ ਅਰਾਦੇ, ਕੱਲ ਮੰਤਰੀ ਵਜਾਏ ਜ਼ਾਲਮ ਪਠਾਣਾ, ਜਿਹੜੇ ਗੈਰ ਸੀ ਕਮਾਏ ਹੱਥ ਜੋੜ ਖੜਾ, ਹੱਥ ਜੋੜ ਖੜਾ। ਖਾਲੀ ਮੈਂ ਨਾ ਜਾਵਾਂ, ਪਦਮ ਲਿਖੇ ਗੀਤ, ਪਦਮ ਲਿਖੇ ਗੀਤ, ਵਿੱਚ ਸੰਗਤਾਂ ਦੇ ਗਾਏ ਜ਼ਾਲਮ ਪਠਾਣਾ, ਜਿਹੜੇ ਕੈਰ ਸੀ ਕਮਾਏ ਹੱਥ ਜੋੜ ਖੜਾ, ਹੱਥ ਜੋੜ ਖੜਾ, ਹੱਥ ਜੋੜ ਖੜਾ। ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਸੀਂ ਸਰਵਣ ਕਰ ਰਹੇ ਹੋ ਆਪਣੇ ਵੱਡ ਵਡੇਰਿਆਂ ਦਾ ਉਹ ਸ਼ਾਨਾ ਮੱਤਾ ਇਤਿਹਾਸ, ਜਿਹਦੇ ਕਰਕੇ ਸਿੱਖਾਂ ਵਰਗਾ ਦੁਨੀਆਂ 'ਤੇ ਕੋਈ ਨਹੀਂ ਹੋ ਸਕਦਾ। ਨਾ ਤਾਂ ਸਿੱਖਾਂ ਦੀ ਰੀਸ ਕੀਤੀ ਜਾ ਸਕਦੀ ਹੈ, ਨਾ ਸਿੱਖਾਂ ਵਰਗੇ ਬਣਿਆ ਜਾ ਸਕਦਾ। ਬਣਨਾ ਤਾਂ ਚਾਹੀਦਾ ਸਿੱਖਾਂ ਵਰਗਾ, ਪਰ ਕੋਸ਼ਿਸ਼ ਕਿਸੇ ਨੇ ਨਹੀਂ ਕਰਨੀ। ਸਿੱਖ ਦੁਨੀਆਂ ਦੀ ਵਾਹਿਦ ਇੱਕ ਐਸੀ ਕੌਮ ਹੈ ਜਿਹੜੀ ਆਪਣੇ ਘਰ ਉਜਾੜ ਕੇ ਅਤੇ ਦੂਜਿਆਂ ਦੇ ਘਰ ਵਸਾਉਣੇ ਜਾਣਦੀ ਹੈ। ਹੜਾਂ ਦੀ ਮਾਰ ਨੇ ਸਾਨੂੰ ਇੱਕ ਗੱਲ ਦੱਸ ਦਿੱਤੀ ਹੈ ਕਿ ਗੁਰੂ ਕਿਰਪਾ ਕਰੇ ਮਾਰ ਜਿੱਡੀ ਮਰਜ਼ੀ ਵੱਡੀ ਵੱਜ ਜਾਵੇ, ਇਹ ਗੁਰੂ ਨਾਨਕ ਦੀ ਕਿਰਪਾ ਦੇ ਪਾਤਰ ਉਹ ਸਿੱਖ ਬੈਠੇ ਨੇ ਜਿਹੜੇ ਦੂਜਿਆਂ ਦਾ ਢਿੱਡ ਭਰਨਾ ਜਾਣਦੇ ਨੇ। ਅਸੀਂ ਜੇ ਦੂਜਿਆਂ ਦਾ ਢਿੱਡ ਭਰ ਸਕਦੇ, ਲੋੜ ਪੈਣ 'ਤੇ ਆਪਣਾ ਢਿੱਡ ਵੀ ਭਰ ਸਕਦੇ ਹਾਂ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲੱਗੇ ਦਰਬਾਰ ਦੇ ਅੰਦਰ ਦੁਖੀਆ ਪੰਡਿਤ ਖਲੋਤਾ ਤੇ ਜਥੇਦਾਰ ਹਰੀ ਸਿੰਘ ਭੰਗੀ ਨੇ ਆਖਿਆ, ਪੰਡਿਤ ਜੀ ਦੱਸੋ ਗੱਲ ਕੀ ਆ। ਉਹਨੇ ਮਾਤਾ ਵਾਲੀ ਰਾਮ ਕਹਾਣੀ ਸਾਰੀ ਇੱਥੇ ਦੱਸੀ, ਕਿੱਦਾਂ ਕਿੱਦਾਂ ਵਿਆਹ ਹੋਇਆ, ਦੁਲਹਨ ਲਈ ਆਵਾਂ ਪਠਾਣਾ ਨੇ ਖੋਹ ਕੇ ਖੜੀ, ਮੈਂ ਸਾਰਿਆਂ ਕੋ ਗਿਆ, ਬੌੜੀ ਕਿਸੇ ਨਹੀਂ ਕੀਤੀ, ਤੇ ਹੱਥ ਜੋੜ ਕੇ ਕਹਿੰਦਾ ਜਥੇਦਾਰ ਆ ਅਖੀਰ ਤੇ ਤੁਹਾਡੀ ਕਿਸੇ ਨੇ ਦੱਸ ਪਾਈ ਆ, ਤੇ ਮੈਨੂੰ ਇਹ ਗੱਲ ਪੱਕੇ ਭਰੋਸੇ ਨਾਲ ਦੱਸੀ ਆ ਕਿ ਜੇ ਗੁਰੂ ਨਾਨਕ ਦੇ ਘਰ ਨੇ ਖੈਰ ਪਾ ਦਿੱਤੀ ਤੇ ਤੇਰੀਆਂ ਪੌਂ ਬਾਰਾਂ ਨੇ, ਜੇ ਉਹਨਾਂ ਨੇ ਮੋੜ ਦਿੱਤਾ ਫਿਰ ਭੁੱਲ ਜਾ, ਫਿਰ ਕੋਈ ਦੁਨੀਆਂ ਦਾ ਬੰਦਾ ਤੇਰੀ ਬਾਂਹ ਨਹੀਂ ਫੜ ਸਕਦਾ।
ਜਥੇਦਾਰ ਕਹਿੰਦਾ ਪੰਡਿਤ ਜੀ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਕਿੰਨੇ ਕੁ ਜਾਣੇ ਸੀ ਜਿਹੜੇ ਕੁੜੀ ਵਿਆਹੁਣ ਗਏ ਸੀ, ਲੜਕੀ ਵਿਆਹੁਣ ਗਏ ਸੀ? ਪੰਡਿਤ ਧੌਣ ਨੀਵੇਂ ਜੀ ਕਰਕੇ ਕਹਿੰਦਾ ਆਵਾਗੌਣ ਪਤਾ ਹੀ ਨਹੀਂ, ਹਮਾਂ ਤੁਮਾਂ ਵਾਧੂ। ਹੁਣ ਪਿੰਡ ਦਾ ਸਾਂਝਾ ਮੈਂ ਪੰਡਿਤ ਹਾਂ ਅਤੇ ਸਾਂਝੇ ਬੰਦੇ ਦੇ ਵਿਆਹ ਦੇ ਤਾਂ ਸਾਰਿਆਂ ਤਿਆਰੀ ਕਰ ਲੈਣੀ ਵੀ ਵੇਖਦੇ ਜਾ ਕੇ ਉੱਥੇ ਹੁੰਦਾ ਕੀ। ਕਹਿੰਦਾ ਹਮਾਂ ਤੁਮਾਂ ਸਾਰੇ, ਚਾਹ ਢੋਲ ਵੱਜੇ, ਗਿੱਧੇ ਪਹਿਣ, ਭੰਗੜੇ ਪੈਣ, ਲਲਕਾਰੇ ਵੱਜਣ। ਮੈਂ ਵੀ ਇੱਕ ਪਾਸੇ ਘੋੜੀ ਦੇ ਉੱਤੇ ਚੜਿਆ ਤੇ ਮੇਰੀ ਮਾਂ ਘਰ ਡੀਕੇ ਕਿ ਮੇਰਾ ਲਾਡਲਾ ਪੁੱਤ ਦੁਲਹਨ ਵਿਆਹ ਕੇ ਲਿਆਵੇ ਤੇ ਮੈਂ ਸਿਰ ਤੋਂ ਪਾਣੀ ਵਾਰ ਕੇ ਪੀਵਾਂ ਤੇ ਗੀਤ ਬੋਲਣ ਮੇਰੀਆਂ ਸ਼ਰੀਕੇ ਭਾਈਚਾਰੇ ਦੀਆਂ ਬੀਬੀਆਂ, ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਤੇਰਾ ਬਾਹਰ ਖੜਾ। ਪਰ ਜਹੇਦਾਰਾ ਬੰਨਾ ਦੇ ਪਿੰਡ ਦੀ ਸੱਥ 'ਚ ਹੀ ਉੱਜੜ ਗਿਆ। ਜਹੇਦਾਰ ਨੇ ਅਗਲੀ ਗੱਲ ਕਰਕੇ ਆਖਿਆ ਵੀ ਚਲੋ ਤੁਸੀਂ ਤੇ ਆਵਾਗੌਣ 500-700 ਬੰਦਾ ਹੈਗੇ ਸੀ, ਪਠਾਣਾ ਦੀ ਗਿਣਤੀ ਕਿੰਨੀ ਸੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ, ਜਿਨ੍ਹਾਂ ਨੇ ਡੋਲੀ ਵਿੱਚੋਂ ਤੇਰੀ ਘਰਵਾਲੀ ਲਾਈ, ਉਹਨਾਂ ਦੀ ਗਿਣਤੀ ਕਿੰਨੀ ਸੀ? ਤੇ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਜਜਮਾਨ ਉਹ ਸਾਡੀ ਕੀ ਜ਼ਰੂਰਤ, ਅਸੀਂ ਪਠਾਣਾ ਦੀਆਂ ਅੱਖਾਂ ਚੱਖਾਂ ਪਾ ਕੇ ਵੇਖ ਜਾਈਏ। ਜਥੇਦਾਰ ਨੇ ਆਖਿਆ ਐਡਾ ਤੁਹਾਡਾ ਬੇੜਾ ਬੈਠਾ ਵੀ ਤੁਸੀਂ ਉਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਵੀ ਨਹੀਂ ਵੇਖਣ ਜੋਗੇ? ਕਹਿੰਦਾ ਹੈ ਹੋਈ ਸਮਝ ਲਾ, ਹੈ ਹੋਈ ਗੱਲ ਸਮਝ ਲਾ। ਤੇ ਜਥੇਦਾਰ ਕਹਿੰਦਾ ਚੱਲ ਅਡੇ ਸਾਡੇ 10 ਬੰਦੇ ਕਿੰਨੇ ਸੀ, ਕੋਈ ਅੰਦਾਜ਼ਾ ਵੀ ਤੁਸੀਂ ਤੇ 500-700 ਹੈਗੇ ਸੀ, ਕੋਈ ਅੰਦਾਜ਼ਾ ਦੱਸ ਵੀ ਉਹ ਕਿੰਨੇ ਕੁ ਬੰਦੇ ਆਏ? ਤੇ ਪੰਡਤਾਂ ਨੇ ਮੁੰਡੇ ਨੇ ਮੂੰਹ ਠਾਂ ਕਰਕੇ ਆਖਿਆ ਜਥੇਦਾਰਾ ਲੱਤਾਂ ਤੋਂ ਹਿਸਾਬ ਜਿਹਾ ਲਾਇਆ, ਲੱਤਾਂ 4 ਭੱਜੀਆਂ ਫਿਰਦੀਆਂ, ਬੰਦੇ 2 ਹੋਣੇ ਆ। ਕਹਿੰਦਾ ਤੁਹਾਡਾ ਬੇੜਾ ਬਹਿ ਜੇ, ਬੰਦੇ 2, ਤੁਹਾਡੇ 500-700 ਦੇ ਘੇਰੇ 'ਚੋਂ ਤੁਹਾਡੀ ਦੁਲਹਨ ਕੱਢ ਕੇ ਲੈ ਜਾਵੇ, 76 ਤੇ ਖਾਣੇ ਹੀ ਸੀ ਤੁਸੀਂ। ਉਹ ਜਿਹੜਾ ਬੰਦਾ ਉਹਨਾਂ ਦੇ ਘਰ ਦਾ ਖਾ ਕੇ ਆਏ, ਪੀ ਕੇ ਆਏ, ਰੱਜ ਕੇ ਆਏ, ਤੇ ਇੰਨਾ ਵੀ ਨਹੀਂ ਕਰ ਸਕੇ ਵੀ ਉਹਨਾਂ ਦੀ ਨਵ ਨਵੇਲੀ ਦੁਲਹਨ ਤੁਸੀਂ ਘਰ ਤੱਕ ਹੀ ਲੈ ਜਾਓ? ਸ੍ਰੀ ਸਾਹਿਬ ਕਿੱਥੇ ਸੀ ਤੇਰਾ, ਤਲਵਾਰ ਕਿੱਥੇ ਸੀ? ਤੇ ਪੰਡਤਾਂ ਦਾ ਮੁੰਡਾ ਕਹਿੰਦਾ ਆ ਜਥੇਦਾਰਾ ਇਹਦੇ ਵਿਆਹ ਸ਼ਾਦੀ ਤੇ ਫੜਨ ਜੋਗੀ ਚਲਾਉਣੀ ਸਾਨੂੰ ਥੋੜ੍ਹਾ ਆਉਂਦੀ ਹੈ। ਹੁਣ ਸਾਡੇ ਵੀ ਬਹੁਤਿਆਂ ਦਾ ਇਹੋ ਹੀ ਹਾਲ ਆ ਨਾ ਵੀ ਜੇ ਸਾਨੂੰ ਪੈ ਜੇ ਲੋੜ, ਅਬਲ ਦੇ ਸਾਂਝੇ ਪਿੰਡ ਦੀ ਇੱਕੋ ਹੀ ਸ੍ਰੀ ਸਾਹਿਬ ਹੁੰਦੀ ਆ ਸਾਰੇ ਪਿੰਡ ਦੇ ਵਿੱਚ, ਮੈਂ ਬਹੁਤੇ ਪਿੰਡਾਂ 'ਚ ਵੇਖਿਆ ਉਹ ਜੰਗਾਲੀ ਇੰਨੀ ਆ ਵੀ ਜੇ ਮਾੜੀ ਕਿਸਮਤ ਕਿਸੇ ਨੂੰ ਪੈ ਗਈ ਨਾ ਲੋੜ ਤਾਂ ਉਹ ਨਿਕਲਣੀ ਨਹੀਂ ਕਰਮਾਂ ਵਾਲੀ। ਜਥੇਦਾਰ ਨੇ ਅਗਲੀ ਗੱਲ ਕਰਕੇ ਆਖਿਆ ਪੰਡਤਾ ਅਗਲਿਆਂ ਨੇ ਧੀ ਤੋਰ ਦਿੱਤੀ, ਰੱਜ ਕੇ ਰੋਟੀ ਖਵਾਈ, ਇੱਜ਼ਤ ਦੇ ਭਾਈਵਾਲ ਤੇ ਤੂੰ ਬਣ ਸਕੀ ਵੀ ਠੱਗ ਮਹਿਕਮਾ ਬਣ ਕੇ ਸਾਰੇ ਇਕੱਠੇ ਹੋ ਕੇ ਚਲੇ ਗਏ। ਦੋ ਚੀਜ਼ਾਂ ਨੇ ਤੂੰ ਸਾਨੂੰ ਸਿੱਖਣ ਨੂੰ ਮਿਲਣ ਗਈਆਂ, ਇੱਕ ਹੁੰਦੀ ਬਰਾਤ, ਇੱਕ ਹੁੰਦੀ ਜੰਝ। ਦੋ ਸ਼ਬਦ ਹੋ ਗਏ ਨਾ, ਕਈ ਲੋਕ ਕਹਿਣਗੇ ਬਰਾਤੇ ਚੱਲੇ ਆ, ਕਈਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜੰਝ ਕਹੀਏ ਕਿ ਬਰਾਤ ਕਹੀਏ। ਬਰਾਤ ਰਾਤ ਦਾ ਸ਼ਬਦ ਆ, ਬਰਾਤ ਇੱਕ ਕੋਡ ਵਰਡ ਆ। ਤੁਸੀਂ ਬਹੁਤੇ ਹਿੰਦੂ ਪਰਿਵਾਰਾਂ 'ਚ ਵਿਆਹ ਅੱਜ ਵੀ ਰਾਤ ਨੂੰ ਵੇਖਦੇ ਜੇ ਨਾ, ਉਹ ਰਾਤ ਨੂੰ ਕਿਉਂ ਹੁੰਦੇ ਆ? ਜਿਹੜੀ ਸਾਰੇ ਚਿੱਠੀ ਅਗਲੇ ਘਰ ਜਾਂਦੀ ਸੀ ਹਿੰਦੂਆਂ ਦੇ ਵਿਆਹਾਂ 'ਚ ਪੁਰਾਣੇ ਜ਼ਮਾਨੇ 'ਚ, ਕਿਉਂਕਿ ਰਾਤ ਨੂੰ ਡਾਕੂ ਚੋਰ ਲਟੇਰੇ ਬਰਾਤਾਂ ਲੁੱਟਦੇ ਸੀ, ਵਿਆਹਾਂ ਨੂੰ ਲੁੱਟ ਲੈਂਦੇ ਸੀ, ਫਿਰ ਹਿੰਦੂ ਪਰਿਵਾਰ ਜਿਹੜੀ ਸਾਰੀ ਚਿੱਠੀ ਲਿਖਦੇ ਸੀ ਉਹਦੇ ਉੱਤੇ ਇੱਕ ਕੋਡ ਵਰਡ ਲਿਖਦੇ ਸੀ, ਜੇ ਤੇ ਲਿਖ ਦਿੱਤਾ ਜੰਝ ਫਿਰ ਦਿਨੇ ਆਇਓ, ਜੇ ਲਿਖ ਦਿੱਤਾ ਬਰਾਤ ਫਿਰ ਅੱਧੀ ਰਾਤ ਤੋਂ ਬਾਅਦਾ ਆਇਓ, ਇਹ ਕੋਡ ਵਰਡ ਸੀ। ਫਿਰ ਹਿੰਦੂ ਪਰਿਵਾਰਾਂ 'ਚ ਬਹੁਤੀਆਂ ਸ਼ਾਦੀਆਂ ਜਿਹੜੀਆਂ ਰਾਤ ਨੂੰ ਹੋਣ ਲੱਗੀਆਂ ਜਿੱਥੋਂ ਬਰਾਤ ਸ਼ਬਦ ਆਇਆ, ਸਾਡੇ ਜੋ ਕੋਈ ਦਿਨੇ 2 ਵਜੇ ਤੁਰੇ ਜਾਣਗੇ ਕਿੱਥੇ ਚੱਲਿਆ, ਫਲਾਣਾ ਸੌਂ ਦੀ ਬਰਾਤੇ ਚੱਲਿਆ। ਉਹ ਬਰਾਤ ਤਾਂ ਰਾਤ ਦੀ ਹੁੰਦੀ ਆ, ਦਿਨ ਦੀ 2 ਵਜੇ ਦੀ ਬਰਾਤ ਥੋੜ੍ਹਾ ਕੋਈ ਹੋਇਆ ਕਰਦੀ ਆ ਵੀ ਦਿਨੇ 2 ਵਜੇ ਮੂੰਹ ਚੁੱਕ ਕੇ ਤੁਰ ਪਿਆ ਮੈਂ ਬਰਾਤੇ ਚੱਲਿਆ।
ਬਰਾਤਾਂ ਚੋਂ ਸਾਨੂੰ ਬੜਾ ਕੁਝ ਮਿਲਿਆ। ਇੱਕ ਤੇ ਆ ਸਰਬਾਲੇ ਦੀ ਕਾਢ ਵੀ ਬਰਾਤ ਦੀ ਆ। ਹੁਣ ਤੁਸੀਂ ਆਖੋਗੇ ਕਿੱਦਾਂ, ਪੁਰਾਣੇ ਜ਼ਮਾਨੇ 'ਚ ਜਦੋਂ ਵਿਆਹਣ ਵਾਸਤੇ ਜਾਂਦੇ ਨੇ, ਅੱਜ ਵਾਂਗੂ ਗੱਡੀਆਂ ਬੱਸਾਂ ਕਾਰਾਂ ਥੋੜ੍ਹਾ, ਵੀ 12 ਕੁ ਵਜੇ ਗਏ ਅਤੇ 2 ਵਜੇ ਘਰ। ਮੈਂ ਇੱਕ ਬੇਨਤੀ ਕਰਾਂ, ਥੋੜ੍ਹਾ ਗੁੱਸਾ ਨਾ ਕਰਿਓ, ਕਾਲੀ ਮਿਰਚ ਵਰਗੀ ਗੱਲ ਆ, ਵਾਈ ਕੱਟੂ ਤੁਹਾਡੀ ਪਰ ਕੌੜੀ ਜ਼ਰੂਰ ਲੱਗੂਗੀ, ਝੱਲ ਗਏ ਹੋ ਥੋੜ੍ਹਾ ਜਿਹਾ, ਗੁਰੂ ਕਿਰਪਾ ਕਰੇ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੰਜਾਬ ਨੂੰ ਕੱਖ ਨਹੀਂ ਸੀ ਹੋਇਆ ਜੇ ਪੰਜਾਬ ਨੂੰ ਓਵਰ ਖਰਚੇ ਨਾ ਮਾਰਦੇ, ਖਾਸ ਤੌਰ 'ਤੇ ਵਿਆਹਾਂ ਦੇ। ਅੱਡੀਆਂ ਚੁੱਕ ਕੇ ਫਾ ਲਿਆ ਅਸੀਂ, ਅੱਡੀਆਂ ਚੁੱਕ ਕੇ, ਮਹਿੰਗਾ ਪੈਲਸ, ਮਹਿੰਗਾ ਮੀਟ, ਮਹਿੰਗੀ ਸ਼ਰਾਬ, ਮਹਿੰਗੀ ਗਾਉਣ ਵਾਲੀ, ਅਤੇ ਰਾਗੀ ਆਖੇ 1100 ਲੈ। ਤੂੰ ਕੀ ਕੀਤਾ, ਤੁਸੀਂ ਕੀ ਕੀਤਾ, ਤੁਹਾਡਾ 1800 ਕਿਹੜੇ ਹਿਸਾਬ ਨਾਲ ਬਣ ਗਿਆ ਭਾਈ? ਚਿੱਟੇ ਕੱਪੜੇ ਤੁਸੀਂ ਪਾਏ, ਰੱਜ ਕੇ ਦੇਸੀ ਘਿਓ ਸਾਡੇ ਘਰੋਂ ਖਾਧਾ, ਗਿਰੀਆਂ ਖਾਧੇ, ਬਦਾਮ ਖਾਧੇ, ਏਸੀ ਤੁਹਾਨੂੰ ਲਾ ਕੇ ਦਿੱਤਾ, ਤੁਹਾਡਾ 1800 ਕਿਹੜੇ ਹਿਸਾਬ ਨਾਲ ਬਣ ਗਿਆ? ਸੁੱਖ ਲੱਭਦੇ ਕਿੱਥੋਂ ਆ? ਮਾਫ ਕਰਿਓ, ਜਦੋਂ ਸਾਡੇ ਘਰਾਂ 'ਚ ਵਿਆਹ ਸ਼ਾਦੀਆਂ ਦੇ ਬਹੁਤ ਜ਼ਿਆਦਾ ਵੱਧ ਕੇ ਖਰਚੇ ਕਰਦੇ ਆ, ਪਰਿਵਾਰ ਬੈਠੇ ਆ, ਬਜ਼ੁਰਗ ਬੈਠੇ ਆ, ਕਦੀ ਬਜ਼ੁਰਗਾਂ ਨੇ 5-5 ਧੀਆਂ ਵੀ ਵਿਆਹ ਕੇ ਵਿਖਾਈਆਂ, ਅਤੇ ਕਦੀ ਕੋਈ ਬਜ਼ੁਰਗ ਨਹੀਂ ਕਹਿੰਦਾ ਮੈਂ ਫਾਹ ਲੈ ਕੇ ਮਰ ਚੱਲਿਆ, 5 ਧੀਆਂ ਵਿਆਹਣੀਆਂ। ਅੱਜ ਸਾਨੂੰ ਇੱਕ ਇੱਕ ਧੀ ਵਿਆਹਣੀ ਔਖੀ ਹੋਈ ਪਈ ਆ, ਇੱਕ ਧੀ ਵਿਆਹਣੀ ਬਹੁਤ ਔਖੀ ਹੋਈ ਪਈ ਆ, ਅਤੇ ਕਦੀ ਲੋਕਾਂ ਨੇ 5-5 ਦਿਨ ਬਰਾਤਾਂ ਵੀ ਸਾਂਭੀਆਂ। ਲੋਕਾਂ ਦੇ ਵਿਆਹ ਹੁੰਦੇ ਸੀ, 3-3 ਦਿਨ ਲੋਕ ਮੁੜਦੇ ਨਹੀਂ ਸੀ ਵਾਪਸ, ਅਤੇ 3-3 ਦਿਨ ਲੋਕਾਂ ਨੇ ਰਹਿ ਕੇ ਵੀ ਆਖਣਾ ਵੀ ਕੋਈ ਫਰਕ ਨਹੀਂ ਪੈਂਦਾ। ਅੱਜ 2 ਕੁ ਵਜੇ ਜਾਓ ਅਤੇ 4 ਵਜੇ ਤੱਕ ਅਗਲਾ ਫਾਹ ਲੈਣ ਵਾਲਾ ਕਰਕੇ ਛੱਡ ਕੇ ਆਉਂਦੇ ਹਾਂ। ਸਾਡੀ ਪੈਲਸ ਜਾਣ ਦੀ ਮਨੋਦਸ਼ਾ ਵੇਖੋ ਕਿੱਦਾਂ ਦੀ ਆ, ਵੀ ਵੇਖੀ ਅਸੀਂ ਉਹਨਾਂ ਕੀਤਾ ਕੀ ਆ, ਅਤੇ ਸਾਡਾ ਤਾਂ ਫਿਰ ਫਨ ਇੱਥੇ ਹੁੰਦੀ ਮੁੰਡੇ ਵਾਲਿਆਂ ਦੀ। ਮੋਟਰਸਾਈਕਲ ਉਹਨਾਂ ਦੇ ਤਾ, ਗੱਡੀ ਉਹਨਾਂ ਦੇ ਤੀ, ਛਾਪਾਂ ਉਹਨਾਂ ਪਾਤੀਆਂ, ਕੰਬਲ ਉਹਨਾਂ ਦੇ ਤੇ, ਫੁੱਲ ਸਾਨੂੰ ਉਹਨਾਂ ਦੇ ਤੇ, ਉਹ ਵੀ ਦੇ ਤਾ, ਆਹ ਵੀ ਦੇ ਤਾ, ਅਤੇ ਉਹ ਤਾਂ ਸ਼ਾਮਾਂ ਤੱਕ ਵਿਚਾਰੇ ਕੁੜੀ ਵਾਲੇ ਹੱਥ ਜੋੜ ਕੇ ਖਲੋਤੇ। ਸਰਦਾਰਾ ਕਦੇ ਕਮੀ ਹੋ ਗਈ ਇਹ ਤਾਂ ਦੱਸੀ ਜ਼ਰੂਰ। ਇਹ ਨਹੀਂ ਵੀ ਉਹਨਾਂ ਨੂੰ ਸਾਨੂੰ ਲੈ ਕੋਈ ਬਾਹਾਂ ਨਹੀਂ ਟੰਗਣੀਆਂ ਆਉਂਦੀਆਂ, ਜਾਂ ਉਹਨਾਂ ਨੂੰ ਮੁੱਛਾਂ ਕੁੰਡੀਆਂ ਨਹੀਂ ਕਰਨੀਆਂ ਆਉਂਦੀਆਂ, ਆਉਂਦਾ ਸਾਰਾ ਕੁਝ ਆ। ਪਰ ਇੱਕ ਲੋਕ ਲੱਜਿਆ ਮਾਰਦੀ, ਉਹਨਾਂ ਆਖਿਆ ਅਸੀਂ ਧੀ ਵਾਲੇ ਹਾਂ, ਉਹਨਾਂ ਨੇ ਸ਼ਾਮਾਂ ਤੱਕ ਹੱਥ ਜੋੜ ਕੇ ਆਖਿਆ ਸਰਦਾਰਾ ਕਦੇ ਕਮੀ ਨਾ ਰਹਿ ਜਾਵੇ, ਸਰਦਾਰਾ ਕਦੇ ਕਮੀ ਨਾ ਰਹਿ ਜਾਵੇ। ਫਿਰ ਜਦੋਂ ਪਿਓ ਦੇ ਹੱਥ ਜੁੜੇ ਵੇਖੇ ਨਾ, ਇੱਕ ਧੀ ਨੇ ਗੱਡੀ ਦੇ ਵਿੱਚੋਂ ਤੁਰਨ ਲੱਗਿਆ, ਫਿਰ ਉਹਨੇ ਵੀ ਹਿਸਾਬ ਜਿਹਾ ਲਾ ਕੇ ਆਖਿਆ ਬਾਪੂ ਜੋੜਦਾ ਜਿਹੜੇ ਜੁੜਦੇ ਹੀ, ਉੱਤਰ ਲੈਣ ਦੇ ਗੱਡੀ 'ਚੋਂ ਸਾਰਾ ਟੱਬਰ, ਸਾਰੀ ਜ਼ਿੰਦਗੀ ਨਾ ਜੋੜੂ ਹੱਥ ਦੇ, ਫਿਰ ਆ ਕੀ ਫਿਰ ਜੜਾਉਂਦੀਆਂ ਅਗਲੀਆਂ ਆ ਕੇ, ਫਿਰ ਜੁੜਦੇ ਨਾ, ਪਹੁੰਚ ਲੈਣ ਦੇ, ਉੱਤਰ ਲੈਣ ਦੇ, ਮੈਂ ਗਿਣ ਗਿਣ ਕੇ ਬਦਲੇ ਲਊਂ ਤੇਰੇ ਜੁੜੇ ਹੋਏ ਹੱਥਾਂ ਦੇ। ਧੀਆਂ ਵਾਲਿਆਂ ਨੂੰ ਧੀਆਂ ਦੀ ਕਦਰ ਹੁੰਦੀ, ਉਹੀ ਜਾਣਦੇ ਧੀਆਂ ਦਾ ਪਿਆਰ ਕੀ ਏ। ਜਿਹਦੇ ਘਰ ਨਾ ਧੀ ਨੇ ਜਨਮ ਲਿਆ, ਉਹਨੂੰ ਇਸ ਵਿਛੋੜੇ ਦੀ ਸਾਰ ਕੀ ਏ। ਪੱਥਰ ਵੇਖ ਲੈਂਦਾ ਜੇਕਰ ਧੀ ਤੁਰਦੀ, ਪੱਥਰ ਵੇਖ ਲੈਂਦਾ ਜੇਕਰ ਧੀ ਤੁਰਦੀ, ਨੀਰ ਉਹਦਿਆਂ ਨੈਣਾਂ ਚੋਂ ਚੋ ਪੈਂਦਾ। ਜੇਕਰ ਤੋਰਨੀ ਪੈਂਦੀ ਧੀ ਰੱਬ ਨੂੰ, ਸੌ ਰੱਬ ਦੀ ਰੱਬ ਵੀ ਰੋ ਪੈਂਦਾ, ਸੌ ਰੱਬ ਦੀ ਰੱਬ ਵੀ ਰੋ ਪੈਂਦਾ। ਇਸ ਕਰਕੇ ਇੱਕ ਬੇਨਤੀ ਆ, ਲੋਕਾਂ ਨੂੰ ਸੋਨੇ ਥਾਲੀ ਚਾਂਦੀ ਦੀਆਂ ਥਾਲੀਆਂ 'ਚ ਵੀ ਖਵਾ ਦਿਓਗੇ, ਲੋਕਾਂ ਨੇ ਜਾਂਦਾ ਜਾਂਦਾ ਢਿੱਡ 'ਤੇ ਹੱਥ ਫੇਰ ਕੇ ਤੁਹਾਡਾ ਨੁਕਸ ਕੱਢ ਹੀ ਜਾਣਾ ਵਾ। ਤੁਸੀਂ ਦੁਨੀਆ ਨਹੀਂ ਖੁਸ਼ ਕਰ ਸਕਦੇ, ਸਾਡੇ ਬਜ਼ੁਰਗ ਮਰ ਗਏ, ਪਿਓ ਦਾਦੇ ਮਰ ਗਏ, ਦੁਨੀਆ ਖੁਸ਼ ਕਰਦੇ ਆ, ਉਹਨਾਂ ਕੋਲ ਨਹੀਂ ਹੋਈ, ਅਸੀਂ ਕਿਹੜੇ ਪਾਣੀ ਆ ਰਹੇ ਹਾਂ।
ਕਹਿੰਦੇ ਨੇ ਦਾਤਰੀ ਨੂੰ ਇੱਕ ਬੰਨੇ ਦਿੰਦੇ ਤੇ ਦੁਨੀਆਂ ਨੂੰ ਦੋਵਾਂ ਬੰਨੇ ਦਿੰਦੇ ਆ, ਸੰਸਾਰ ਖੁਸ਼ ਨਹੀਂ ਹੁੰਦਾ। ਤੁਸੀਂ ਆਹ ਕਰੋਗੇ ਲੋਕਾਂ ਇੱਧਰ ਹੋ ਜਾਣਾ, ਤੁਸੀਂ ਆਹ ਕਰੋਗੇ ਲੋਕਾਂ ਇੱਧਰ ਹੋ ਜਾਣਾ। ਉਹ ਮੀਆਂ ਬੀਬੀ ਤੁਰੇ ਜਾਂਦੇ ਸੀ ਨਾ, ਨਵਾਂ ਨਵਾਂ ਵਿਆਹ ਹੋਇਆ ਉਹਨਾਂ ਦੋਵਾਂ ਦਾ, ਤੇ ਦੋਵੇਂ ਜਾਣੇ ਘੋੜੀ ਤੇ ਤੁਰੇ ਜਾਣ, ਘੋੜੀ ਤੇ ਚੜ੍ਹ ਕੇ ਚੱਲੇ, ਪਹਿਲੀ ਵਾਰੀ ਪੇਕੇ ਚੱਲੇ, ਉਹ ਨਾਲ ਆਪਣੇ ਘਰ ਵਾਲੇ ਨੂੰ ਲੈ ਗਈ। ਮੈਂ ਗੱਲ ਕਰਨ ਲੱਗਾ ਵੀ ਦੁਨੀਆਂ ਖੁਸ਼ ਕਿੱਦਾਂ ਨਹੀਂ ਹੁੰਦੀ। ਉਹ ਜਦੋਂ ਪਹਿਲੇ ਪਿੰਡ 'ਚੋਂ ਲੰਘੇ ਨਾ, ਤੇ ਲੋਕਾਂ ਨੂੰ ਜੋੜੀ ਸੋਹਣੀ ਬੜੀ ਲੱਗੀ, ਤੇ ਲੋਕੀ ਕਹਿੰਦੇ ਕਿੱਡਾ ਸੋਹਣਾ ਸੰਗ ਤੁਰਿਆ ਜਾਂਦਾ। ਬੰਦੇ ਨੂੰ ਆ ਗਈ ਸ਼ਰਮ, ਕਹਿੰਦਾ ਘੋੜੀ ਤੋਂ ਥੱਲੇ ਉਤਰ, ਲੋਕੀ ਸੰਗ ਕਹਿੰਦੇ ਆ। ਉਹ ਕਹਿੰਦੀ ਫਿਰ ਮੈਂ ਕੀ ਕਰਾਂ? ਉਹ ਕਹਿੰਦਾ ਵੀ ਮੈਂ ਘੋੜੀ 'ਤੇ ਬਹਿ ਜਾਂਦਾ ਅਤੇ ਤੂੰ ਨਾਲ ਨਾਲ ਤੁਰੀ ਜਾ। ਪਹਿਲਾਂ ਇਕੱਠੇ ਆਉਂਦੇ ਸੀ ਅਤੇ ਅਗਲੇ ਪਿੰਡ ਜਾਂਦਿਆਂ ਜਾਂਦਿਆਂ ਬੰਦਾ ਘੋੜੀ 'ਤੇ ਹੋ ਗਿਆ ਅਤੇ ਘਰ ਵਾਲੀ ਨਾਲ ਤੁਰਨ ਲੱਗ ਪਈ। ਜਿੰਨੇ ਚਿਰ ਨੂੰ ਦੂਜਾ ਪਿੰਡ ਆਇਆ ਤਾਂ ਦੂਜੇ ਪਿੰਡ ਵਾਲਿਆਂ ਦੇ, ਉਹ ਨਕੰਮਿਆਂ ਅਜੇ ਤੇ ਹੱਥਾਂ ਤੋਂ ਮਹਿੰਦੀ ਨਹੀਂ ਲੱਤੀ ਤਾਂ ਤੂੰ ਥੱਲੇ ਵੀ ਲਾ ਦਿੱਤੀ, ਆਪ ਘੋੜੀ 'ਤੇ ਚੜ੍ਹ ਕੇ ਬੈਠਾ, ਉਹਨੂੰ ਤੱਤੜੀ ਨੂੰ ਪਾਹਾਂ ਘੋੜੀ ਦੇ ਉੱਤੇ। ਬੰਦੇ ਦੇ ਹਿਸਾਬ ਲਾ ਵੀ ਗੱਲ ਤਾਂ ਠੀਕ ਆ। ਉਹ ਕਹਿੰਦਾ ਵੀ ਕਰਮਾਂ ਵਾਲੀਆ ਤੂੰ ਘੋੜੀ 'ਤੇ ਆ ਜਾ ਅਤੇ ਮੈਂ ਨਾਲ ਨਾਲ ਤੁਰਿਆ ਜਾਣਾ। ਇੰਨੇ ਚਿਰ ਨੂੰ ਆ ਗਿਆ ਤੀਜਾ ਪਿੰਡ ਅਤੇ ਤੀਜੇ ਪਿੰਡ ਵਾਲਿਆਂ ਦੇ ਵੇਖ ਹਾਂ, ਇਹ ਦਊ ਮਤਾਂ ਪੁੱਠੀਆਂ ਲੋਕਾਂ ਨੂੰ, ਅਜੇ ਹੱਥਾਂ ਦੀ ਮਹਿੰਦੀ ਲੱਥੀ ਨਹੀਂ ਅਤੇ ਘੋੜੀ 'ਤੇ ਚੜ੍ਹ ਕੇ ਬੈਠੀ ਆ, ਉਹ ਨਾਲ ਨਾਲ ਤੁਰਿਆ ਜਾਂਦਾ। ਬੰਦੇ ਨੇ ਹਿਸਾਬ ਲਾਇਆ ਵੀ ਇਕੱਠੇ ਜਾਂਦੇ ਹਾਂ ਤਦ ਨਹੀਂ ਲੋਕਾਂ ਜੀਣ ਦਿੱਤਾ, ਜੇ ਦੋਵੇਂ ਘੋੜੀ 'ਤੇ ਵਾਰੀ ਵਾਰੀ ਚੜ੍ਹਦੇ ਹਾਂ ਤਦ ਨਹੀਂ ਲੋਕ ਜੀਣ ਦਿੰਦੇ। ਇੱਦਾਂ ਕਰਦੇ ਵੀ ਘੋੜੀ ਉੱਦਾਂ ਹੀ ਲਈ ਜਾਂਦੇ ਅਤੇ ਇੱਕ ਬੰਨੇ ਤੂੰ ਤੁਰੀ ਜਾ ਅਤੇ ਇੱਕ ਬੰਨੇ ਮੈਂ ਤੁਰਿਆ ਜਾਣਾ। ਤਾਂ ਤੁਰ ਪਏ ਦੇ ਨੇ ਜਦੋਂ ਚੌਥਾ ਪਿੰਡ ਆ ਗਿਆ, ਪਿੰਡ ਵਾਲਿਆਂ ਦੇ ਓਏ ਉਹ ਘੋੜੀ ਦਾ ਬਿੱਲ ਆਉਂਦਾ, ਉਹ ਦੋਵੇਂ ਜਾਣੇ ਇਕੱਠੇ ਹੋ ਗਏ ਉੱਤੇ ਬਹੁ। ਹਾਂ, ਬੰਦਾ ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਲੋਕੋ ਖੁਸ਼ ਕਿਹੜੇ ਬੰਨੇ ਜੇ ਤੁਸੀਂ ਓਏ, ਜੇ ਇਕੱਠੇ ਆਉਂਦੇ ਤਦ ਰੋਂਦੇ, ਜੇ ਵੱਖਰੇ ਹੋ ਗਏ ਤਦ ਰੋਂਦੇ ਜੇ। ਇਸ ਕਰਕੇ ਭਾਈ ਇਹੋ ਹੀ ਇੱਕ ਬਾਪੂ ਆ ਜਿਹੜਾ ਮਿੰਟ 'ਚ ਹੀ ਮੰਨ ਜਾਂਦਾ ਵਾ, ਦੁਨੀਆਂ ਨਹੀਂ ਜੇ ਮੰਨਦੀ ਭਾਵੇਂ ਸੋਨੇ ਚਾਂਦੀ ਦੇ ਬਰਤਨਾਂ 'ਚ ਖਵਾ ਦਿਓ। ਮੈਂ ਗੱਲ ਕੀਤੀ ਸੀ ਸਰਬਾਲੇ ਦੀ, ਸਰਬਾਲੇ ਦੀ ਕਾਢ ਕਿੱਥੋਂ ਆਈ? ਬਰਾਤਾਂ 'ਚੋਂ ਨਿਕਲੀ। ਜਦੋਂ ਲੋਕ ਵਿਆਹੁਣ ਜਾਂਦੇ ਸੀ, ਜਦੋਂ ਵਿਆਹੁਣ ਵਾਸਤੇ ਜਾਣਾ, ਰਾਹ 'ਚ ਡਾਕੂ ਚੋਰ ਲਟੇਰਿਆਂ ਨੇ ਪੈ ਜਾਣਾ ਅਤੇ ਜਦੋਂ ਲੜਾਈ ਹੋਣੀ ਆ ਤਾਂ ਅਗਲਿਆਂ ਨੇ ਮਾਰਨ ਲੱਗਿਆ ਲਾੜਾ, ਥੋੜ੍ਹਾ ਵੇਖਣਾ ਵੀ ਲਾੜਾ ਨਹੀਂ ਮਾਰਨਾ, ਲਾੜੇ ਨੂੰ ਪਹਿਲਾਂ ਮਾਰ ਲੈਂਦੇ ਸੀ ਅਗਲੇ। ਫਿਰ ਸਾਡੇ ਬਜ਼ੁਰਗਾਂ ਨੇ ਆਖਿਆ ਵੀ ਇੱਕ ਸਟੱਪਣੀ ਦੇ ਤੌਰ 'ਤੇ ਨਵਾਂ ਲਾੜਾ ਹੋਰ ਵੱਖਰਾ ਜਿਹਾ ਕਰਕੇ ਖੜੋ, ਉਹਨੂੰ ਕਹਿੰਦੇ ਸਰਬਾਲਾ। ਹੁਣ ਤਾਂ ਸਰਬਾਲਾ ਨਹੀਂ ਗਏ, ਜੇ ਕਾਕੇ ਨੂੰ ਬਣਾਉਂਦੇ ਨਾ ਆਪਾਂ, ਉਹ ਕਾਕੇ ਵਾਲਾ ਸਰਬਾਲਾ ਨਹੀਂ ਹੁੰਦਾ ਅਸਲ 'ਚ, ਸਰਬਾਲਾ ਬਰਾਬਰ ਦਾ ਹੁੰਦਾ ਲਾੜੇ ਦੇ, ਉਹਨੂੰ ਪਹਿਲਾਂ ਆਖਿਆ ਜਾਂਦਾ ਸੀ। ਜੇ ਕੁਝ ਹੋ ਗਿਆ, ਰੱਬ ਨਾ ਕਰੇ ਇਹਦੀ ਮੌਤ ਹੋ ਜਾਵੇ, ਇਹਨੂੰ ਕੁਝ ਹੋ ਜਾਵੇ, ਤੇ ਫਿਰ ਤੂੰ ਉਹਨੂੰ ਵਿਆਹ ਕੇ ਲਿਆਉਣਾ ਵਾ। ਸਰਬਾਲਾ ਐਸ ਕੰਮ ਲਈ ਨਾਲ ਖੜਿਆ ਜਾਂਦਾ ਸੀ। ਅੱਜ ਚਲੋ ਜ਼ਮਾਨਾ ਮਾਡਰਨ ਹੋ ਗਿਆ, ਉਹ ਭੈਣ ਦਾ ਜਿਹੜਾ ਛੋਟਾ ਜਿਹਾ ਬੱਚਾ ਹੁੰਦਾ ਆਪਾਂ ਉਹਦੇ ਗੱਲ ਸਰੋਪਾ ਪਾ ਕੇ ਤੇ ਉਹਨੂੰ ਕਹਿੰਦੇ ਵੀ ਇਹ ਸਰਬਾਲਾ ਵਾ, ਅਸਲ 'ਚ ਸਰਬਾਲਾ ਇਹਨੂੰ ਨਹੀਂ ਕਿਹਾ ਜਾਂਦਾ। ਇਹਦੇ ਵਿੱਚੋਂ ਮਿਲਣੀ ਆਈ, ਆ ਬਜ਼ੁਰਗ ਬੈਠੇ ਹੀ ਆ ਜਿਨ੍ਹਾਂ ਦੇ ਵਿਆਹ ਹੋਏ ਆ ਚਿੱਟੀਆਂ ਦਾੜੀਆਂ ਵਾਲੇ, ਉਦੋਂ ਕਿਹੜੀ ਵੇਖਾ ਵਿਖਾਈ ਹੁੰਦੀ ਸੀ? ਜੋ ਵਿਚੋਲੇ ਨੇ ਕਹਿ ਦਿੱਤਾ ਉਹ ਹੀ ਮੰਨ ਲੈਣਾ, ਇੱਦਾਂ ਹੀ ਨਾ? ਜੋ ਵਿਚੋਲੇ ਨੇ ਕਹਿ ਦਿੱਤਾ ਵੀ ਉਹ ਇੱਦਾਂ ਦੇ ਜੇ, ਆਹ ਇੱਦਾਂ ਦੇ ਜੇ ਹੋ ਗਿਆ, ਵਿਆਹ ਦੀ ਤਰੀਕ ਹੋ ਗਈ ਪੱਕੀ, ਅਤੇ ਇੰਟਰੋਡਕਸ਼ਨ 'ਤੇ ਕੋਈ ਨਹੀਂ, ਨਾ ਕੁੜੀ ਦੀ ਮਾਂ ਦਾ ਪਤਾ, ਨਾ ਮੁੰਡੇ ਦੀ ਮਾਂ ਦਾ ਪਤਾ, ਨਾ ਪਿਓ ਦਾ ਪਤਾ, ਨਾ ਉਹਦੇ ਪਿਓ ਦਾ ਪਤਾ। ਫਿਰ ਸਾਡੇ ਬਜ਼ੁਰਗਾਂ ਨੇ ਇੱਕ ਕਾਢ ਕੱਢੀ ਵੀ ਬੂਹੇ 'ਚ ਖਿਲਾਰ ਕੇ ਨਾ ਪਿਓ ਦੀ ਪਿਓ ਨਾ ਜੱਫੀ ਪਵਾਓ, ਮਾਂ ਦੀ ਮਾਂ ਨਾ ਜੱਫੀ ਪਵਾਓ, ਚਾਚੇ ਦੀ ਚਾਚੇ ਨਾ ਜੱਫੀ ਪਵਾਓ, ਭੂਆ ਦੀ ਭੂਆ ਨਾ, ਫੁੱਫੜ ਦੀ ਫੁੱਫੜ ਨਾ, ਮਾਸੜ ਦੀ ਮਾਸੜ ਨਾ ਜੱਫੀ ਪਵਾ ਦਿਓ, ਤਾਂ ਜੋ ਪਤਾ ਲੱਗ ਜਾਵੇ ਵੀ ਇਹ ਆਹ ਰਿਸ਼ਤੇ ਦੇ ਵਿੱਚ ਲੱਗਦਾ। ਅਤੇ ਅੱਜ ਮਿਲਣੀ ਕਾਹਦੇ ਲਈ ਹੁੰਦੀ? ਅਗਲਿਆਂ ਦਾ ਜਲੂਸ ਕੱਢਣ ਵਾਸਤੇ ਵੀ ਬੂਹੇ 'ਚ ਇਹਨਾਂ ਦਾ ਜ਼ੋਰ ਇੰਨਾ ਕੁ ਲਵਾ ਦਿਓ, ਛਾਪਾਂ ਮੁੰਦਰੀਆਂ ਦੇ ਉੱਤੇ ਵੀ ਅੰਦਰ ਜਾਣ ਜੋਗੇ ਰਹਿਣ ਹੀ ਨਾ। ਅੱਜ ਮਿਲਣੀ ਇਸ ਕੰਮ ਲਈ ਹੁੰਦੀ ਹੈ, ਅੱਜ ਤਾਂ ਮਿਲਣੀ ਨਾ ਵੀ ਕਰੋ ਤਾਂ ਵੀ ਗੁਜ਼ਾਰਾ, ਕਿਉਂਕਿ ਜਿੱਦਣ ਅਸੀਂ ਮੰਗਣੀ ਕੀਤੀ ਉਸ ਤੋਂ ਪਹਿਲਾਂ ਤਾਂ ਵੀਡੀਓ ਕਾਲ ਚੱਲਣ ਡਈ ਹੁੰਦੀ ਘਰ ਦੇ ਵਿੱਚ, ਅਤੇ ਅਗਲੇ ਬੰਨੇ 'ਤੇ ਇਹ ਵੀ ਪਤਾ ਹੁੰਦਾ ਵੀ ਇਹਨਾਂ ਦੇ ਘਰ ਗੋਹਾ ਕੂੜਾ ਕਰਨ ਵਾਲੀ ਕਿਹੜੀ ਮਾਈ ਆਉਂਦੀ ਆ, ਅਤੇ ਅੱਜ ਇੰਟਰੋਡਕਸ਼ਨ ਦੀ ਲੋੜ ਹੈਗੀ ਵੀ ਚਾਚਾ ਕਿਹੜਾ, ਮਾਮਾ ਕਿਹੜਾ, ਤਾਇਆ ਕਿਹੜਾ। ਅੱਜ ਦੇ ਸਾਰਿਆਂ ਦਾ ਪਤਾ ਹੁੰਦਾ ਵੀ ਇਹਨਾਂ ਦੇ ਘਰ ਵਿੱਚ ਪੋਚੇ ਕਿਹੜੀ ਆ ਕੇ ਲਾਉਂਦੀ ਆ, ਉਹ ਵੀ ਪਤਾ ਹੁੰਦਾ ਦੋਵਾਂ ਪਾਸਿਆਂ ਨੂੰ। ਅਤੇ ਅੱਜ ਮਿਲਣੀਆਂ ਭਾਵੇਂ ਨਾ ਵੀ ਕਰੋ ਤਾਂ ਤੁਹਾਡਾ ਗੁਜ਼ਾਰਾ ਹੋ ਜਾਣਾ ਹੈ।
ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ ਓ ਪੰਡਤਾ, ਬੇੜਾ ਬਹਿਣਾ ਹੀ ਸੀ ਪਰ ਫਿਰ ਵੀ ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ ਹੈ, ਮਾੜੇ ਆ ਚੰਗੇ ਆ ਬਾਂਹ ਜ਼ਰੂਰ ਫੜਾਂਗੇ ਤੇਰੀ, ਇਕੱਲੀ ਘਰ ਵਾਲੀ ਭਾਵੇਂ ਲਿਆਉਣੀ ਪਵੇ ਛਡਾ ਕੇ ਲਿਆਵਾਂਗੇ। ਜਥੇਦਾਰ ਨੇ ਆਵਾਜ਼ ਮਾਰ ਕੇ ਪੰਥ ਨੂੰ ਆਖਿਆ, ਪੰਥ ਜੀ ਘੋੜਿਆਂ ਤੇ ਕਾਠੀਆਂ ਕੱਸੋ, ਕਰੋ ਤਿਆਰੀ, ਕਸੂਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਉਣੀਆਂ। ਸਾਹਮਣਿਓ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਉੱਠ ਕੇ ਖਲੋ ਗਿਆ, ਉਹਦਾ ਨਾਮ ਆ ਚੜ੍ਹਤ ਸਿੰਘ ਸ਼ੁਕਰ ਚੱਕੀਆ। ਉਹ ਕਹਿੰਦਾ ਜਥੇਦਾਰਾ, ਕਸੂਰ ਸ਼ਹਿਰ ਉਹ ਸ਼ਹਿਰ ਆ ਜਿਹਦੇ ਨਾਲ ਅਬਦਾਲੀ ਨੇ ਵੀ ਪੰਗਾ ਨਹੀਂ ਲਿਆ ਤੇ ਨਾਦਰ ਸ਼ਾਹ ਨੇ ਪੰਗਾ ਵੀ ਨਹੀਂ ਲਿਆ। ਕਿਉਂ? ਕਿਉਂਕਿ ਕਸੂਰ ਦੇ ਪਠਾਣਾਂ ਦਾ ਤੋੜ ਕੋਈ ਨਹੀਂ, ਉੱਥੇ 24,000 ਪਠਾਣ, ਸਾਡੀ ਗਿਣਤੀ ਤੇ 8,000 ਵੀ ਨਹੀਂ ਹੈਗੀ। ਜਥੇਦਾਰਾ, ਜੇ ਥੋੜ੍ਹਾ ਚਿਰ ਰੁਕ ਜਾਈਏ ਤੇ ਦੁਆਬੇ ਵਾਲਿਆਂ ਨੂੰ ਆ ਲੈਂਦੀਏ ਤੇ ਫਿਰ ਇਕੱਠੇ ਹੋ ਕੇ ਹਮਲਾ ਕਰਾਂਗੇ। ਜਥੇਦਾਰ ਨੇ ਆਖਿਆ, ਤੁਸੀਂ ਦੁਆਬੇ ਵਾਲੇ ਡੀਕਦੇ ਰਹੋ, ਮੈਂ ਤੇ ਚੱਲਿਆਂ, ਕਿਉਂਕਿ 15 ਦਿਨ ਦੁਆਬੇ ਵਾਲਿਆਂ ਨੂੰ ਆਉਂਦਿਆਂ ਲੱਗ ਜਾਣੇ ਆ, ਜਾਂਦਿਆਂ ਲੱਗ ਜਾਣੇ ਆ, ਇਹਦੇ ਹਿਸਾਬ ਨਾਲ ਤੇ ਸਾਨੂੰ ਟਾਈਮ ਮਹੀਨਾ ਲੱਗ ਜਾਣਾ। ਪੰਡਿਤ ਨੇ ਰੋ ਰੋ ਕੇ ਕਹਿਣਾ, ਸਿੱਖਾਂ ਨੇ ਮੇਰੀ ਬਾਂਹ ਨਹੀਂ ਫੜੀ। ਜਥੇਦਾਰ ਕਹਿੰਦਾ, ਮੈਂ ਭਾਈ ਚੱਲਿਆ, ਜੇ ਜਿੰਨੇ ਆਉਣਾ ਆ ਜਾਓ, ਮੈਨੂੰ ਰੰਜ ਕੋਈ ਨਹੀਂ, ਨਹੀਂ ਆਉਣਾ ਤੇ ਨਾ ਆਇਓ, ਪਰ ਮੈਂ ਪੰਡਿਤ ਨੂੰ ਵਾਅਦਾ ਦੇ ਚੁੱਕਾ, ਪੰਡਤਾ ਕਰ ਤਿਆਰੀ। ਜਥੇਦਾਰ ਆਪਣਾ 2,000 ਖਾਲਸਾ ਲੈ ਕੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ 'ਚ ਤਿਆਰ ਬਰ ਤਿਆਰ ਹੋਇਆ। ਸਿੰਘਾਂ ਨੇ ਘੋੜਿਆਂ ਤੇ ਕਾਠੀਆਂ ਕੱਸੀਆਂ, ਤਿਆਰ ਬਰ ਤਿਆਰ ਮਰਦ ਹੋਏ ਤੇ ਜਥੇਦਾਰ ਨੇ ਮਗਰ ਖਲੋਤੇ ਨਿਹੰਗ ਸਿੰਘ ਨੂੰ ਆਖਿਆ, ਸਾਰੇ ਘੋੜਿਆਂ ਤੇ ਸਵਾਰ ਹੋ ਗਏ? ਉਹਨੇ ਆਖਿਆ, ਜੀ ਸਾਰੇ ਹੋ ਗਏ ਪਰ ਇੱਕ ਬੰਦਾ ਨਹੀਂ ਜਿਉਂਦਾ। ਕਹਿੰਦਾ ਕੌਣ? ਕਹਿੰਦਾ ਪੰਡਿਤ ਨਹੀਂ ਹੁੰਦਾ। ਪੰਡਿਤ ਨੂੰ ਆਵਾਜ਼ ਮਾਰ ਕੇ ਪੁੱਛਿਆ, ਪੰਡਤਾ ਤੂੰ ਨਹੀਂ ਪੈਂਦਾ ਘੋੜੇ ਤੇ? ਪੰਡਿਤ ਕਹਿੰਦਾ, ਮੈਨੂੰ ਕੀ ਪਤਾ ਤੂੰ ਹੀ ਏਡੀ ਛੇਤੀ ਮੌਤ ਲੱਕ ਨਾ ਬੰਨੀ ਫਿਰਦੇ, ਜੇ ਮਾਈ ਚੰਗੀ ਰਾਹ ਪਾ ਕੇ ਗਈ ਆ, ਮੈਂ ਤੇ ਸੋਚਿਆ 10-15 ਦਿਨ ਨੰਗ, ਜੇ ਮੇਰੇ 'ਚ ਇੰਨੀ ਕਰਤੂਤ ਹੁੰਦੀ ਤੇ ਮੈਂ ਪਠਾਣਾ ਦੇ ਮੱਥੇ ਨਾ ਲੱਗਦਾ, ਤੂੰ ਹੀ ਸਿੱਧਾ ਪਠਾਣਾ ਦੀ ਛਾਤੀ 'ਚ ਵੱਜਣ ਨੂੰ ਚੱਲੇ ਜੇ। ਜਥੇਦਾਰਾ, ਇੰਨੀਆਂ ਲੱਤਾਂ ਮੇਰੀਆਂ ਭਾਰ ਨਹੀਂ ਚੱਲਦੀਆਂ। ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ, ਪੰਡਤਾ ਜਾਣਾ ਤੇ ਪੈਣਾ, ਔਖਾ ਹੋ ਸੌਖਾ ਹੋ। ਹੁਣ ਪੰਡਿਤ ਪਛਾਣ ਨੂੰ ਭੱਜਣ ਲੱਗਾ, ਅਗਲੇ ਬੰਨੇ 7 ਫੁੱਟ ਉੱਚਾ ਨਿਹੰਗ ਸਿੰਘ ਮਿਲਿਆ। ਉਹਨੇ ਇੱਕ ਹੱਥ ਪਾਇਆ ਪੰਡਿਤ ਦੀ ਗਿੱਚੀ ਨੂੰ, ਦੂਜਾ ਹੱਥ ਪਾਇਆ ਪੰਡਿਤ ਦੀ ਖੋਚ ਨੂੰ ਤੇ ਪੂਰੇ ਜ਼ੋਰ ਦੇ ਨਾਲ ਚੁੱਕ ਕੇ ਪੰਡਿਤ ਜਥੇਦਾਰ ਦੇ ਘੋੜੇ ਦੇ ਮਗਰ ਭਾ ਦਿੱਤਾ। ਜਥੇਦਾਰ ਨੇ ਸਣੇ ਪੰਡਿਤ ਦੇ ਨਾਲ ਹੀ ਲੱਕ ਨੂੰ ਬੰਨ ਲਿਆ ਆਪਣੇ। ਕਹਿੰਦੇ ਭੱਜ ਪੰਡਿਤ ਹੁਣ ਕਿਹੜੇ ਬੰਨੇ ਭੱਜਦਾ? ਜਥੇਦਾਰ ਨੇ ਮਾਰੀਆਂ ਨਗਾਰਿਆਂ ਤੇ ਚੋਟਾਂ, ਲਓ ਜੀ ਜਥੇਦਾਰ ਕਰ ਗਿਆ ਚੜ੍ਹਾਈ ਕਸੂਰ ਦੇ ਮੈਦਾਨੇ ਜੰਗ ਨੂੰ। ਥੋੜ੍ਹੇ ਚਿਰ ਬਾਅਦ ਆ ਚੜ੍ਹਤ ਸਿੰਘ ਸ਼ੁਕਰ ਚੱਕੀਆ ਉੱਠਿਆ, ਜਿਹੜਾ ਵੇਰ ਗਿਆ ਇਹ ਵੀ ਮੈਂ ਨਹੀਂ ਜਾਣਾ। ਉਹ ਕਹਿੰਦਾ, ਬਹਾਦਰੋ ਸਾਡੇ ਲਈ ਜੇ ਘਾਟੇ ਦਾ ਸੌਦਾ, ਜਥੇਦਾਰ ਜਿੱਤ ਗਿਆ ਤਾਂ ਵੀ ਲੋਕਾਂ ਸਾਡਾ ਛੱਡਣਾ ਕੱਖ ਨਹੀਂ, ਜੇ ਜਥੇਦਾਰ ਸ਼ਹੀਦ ਹੋ ਗਿਆ ਲੋਕਾਂ ਸਾਡਾ ਤਾਂ ਵੀ ਕੱਖ ਨਹੀਂ ਛੱਡਣਾ, ਮਾੜੇ ਆ ਚੰਗੇ ਆ ਜਥੇਦਾਰ ਦੇ ਮਗਰ ਚੱਲੀਏ, ਵੇਖੀ ਜਾਊਗੀ ਜਿਹੜੀ ਹੋਊਗੀ। ਲਓ ਜੀ ਜਥੇਦਾਰ ਪੰਡਿਤ ਨੂੰ ਲੈ ਕੇ ਤੁਰ ਪਿਆ, ਜੇ ਚੜ੍ਹਤ ਸਿੰਘ ਸ਼ੁਕਰ ਚੱਕੀਆ ਆਪਣੇ ਬਹਾਦਰਾਂ ਦੀ ਫੌਜ ਲੈ ਕੇ ਜਥੇਦਾਰ ਦੀ ਮਦਦ।
ਸਿੰਘ ਲਾ ਚੋਟ ਨਗਾਰ ਮਗਰੇ ਚੜਿਆ ਚੜਤ ਸਿੰਘ ਲਾ ਚੋਟ ਨਗਾਰ ਮਗਰੇ ਚੜਿਆ ਚੜਤ ਸਿੰਘ ਲਾ ਚੋਟ ਨਗਾਰ ਹੋ ਮਗਰੇ ਚੜਿਆ ਚੜਤ ਸਿੰਘ ਲਾ ਚੋਟ ਨਗਾਰ ਉਹਦੇ ਅੱਖਾਂ ਵਿੱਚੋਂ ਅਣਖ ਪਈ ਮਾਰੇ ਚਮਕਾਰੇ ਅਣਖ ਪਈ ਜੰਗ
ਸਰਕਾਰ ਪ੍ਰਾਣ ਪਿਆਰੇ ਹੋ ਕਿਸੇ ਨੇ ਕਹਿਣਾ ਸਾਨੂੰ ਦਸਮੇਸ਼ ਦੁਲਾਰੇ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਕਹਿੰਦਾ ਬਹਾਦਰੋ ਜਥੇਦਾਰ ਜੇ ਜਿੱਤ ਕੇ ਆ ਗਿਆ ਤੇ ਤਾਂ ਵੀ ਸਾਨੂੰ ਘਾਟਾ ਤੇ ਜੇ ਜਥੇਦਾਰ ਨਾ ਜਿੱਤਿਆ ਤੇ ਤਾਂ ਵੀ ਸਾਨੂੰ ਘਾਟਾ। ਤੁਸੀਂ ਆਖੋਗੇ ਕਿੱਦਾਂ? ਮੰਨ ਲਓ ਜਥੇਦਾਰ ਉੱਥੇ ਜਾ ਕੇ ਤੇ ਜਿੱਤ ਆਉਂਦਾ, ਇਕੱਲਾ ਹੀ ਜਿੱਤ ਆਉਂਦਾ ਤੇ ਲੋਕਾਂ ਕਹਿਣਾ ਚੂੜੀਆਂ ਪਾ ਲਓ ਹੱਥਾਂ ਦੇ ਵਿੱਚ। ਉਹ ਇਕੱਲਾ 2000 ਬੰਦੇ ਦੇ ਨਾਲ ਪੰਡਤਾਣੀ ਛਡਾ ਕੇ ਲਿਆਇਆ ਕਸੂਰ ਕਿਲ੍ਹੇ ਦੇ ਵਿੱਚੋਂ। ਅਤੇ ਰੱਬ ਨਾ ਕਰੇ ਜੇ ਪੰਡਿਤ ਨੂੰ ਗੱਲ ਮੰਨਦਿਆਂ ਮੰਨਦਿਆਂ ਜਥੇਦਾਰ ਨੂੰ ਕੁਝ ਹੋ ਗਿਆ, ਜਥੇਦਾਰ ਸ਼ਹੀਦ ਹੋ ਗਿਆ ਅਤੇ ਲੋਕਾਂ ਸਾਨੂੰ ਗਲੀਆਂ 'ਚ ਧੂ ਧੂ ਕੇ ਉੱਦਾਂ ਹੀ ਮਾਰ ਦੇਣਾ ਵੀ ਤੁਸੀਂ ਸ਼ੇਰਾਂ ਵਾਂਗੂ ਮੁੱਛਾਂ ਕਿਹੜੀ ਗੱਲੋਂ ਵਧਾਈਆਂ, ਲੋੜ ਪੈਣ 'ਤੇ ਆਪਣੀ ਕੌਮ ਦੇ ਕੰਮ ਨਹੀਂ ਤੁਸੀਂ ਆ ਸਕੇ। ਵੇਖੋ ਆਹ ਸੀ ਪੁਰਾਣੀ ਲੀਡਰਸ਼ਿਪ। ਅੱਜ ਦੀ ਲੀਡਰਸ਼ਿਪ ਨੇ ਸਵਾਏ ਤੁਹਾਨੂੰ ਡਾਂਗਾਂ ਫੜਾਉਣ ਤੋਂ ਦੂਜਾ ਕੰਮ ਕੋਈ ਨਹੀਂ ਕੀਤਾ। ਬਲਦੀ ਦੇ ਬੂਥੇ 'ਚ ਦਿੱਤਾ 84 ਤੋਂ ਲੈ ਕੇ 95 ਤੱਕ ਤੁਹਾਡੇ ਮੁਕਾਬਲੇ ਬਣਾ ਦਿੱਤੇ। ਕੁਰਸੀ ਦੇ ਵਾਸਤੇ ਪੰਜਾਬ ਵੇਚਣੇ ਲਾ ਦਿੱਤਾ। ਜਿੱਦਣ ਲੋੜ ਸੀ ਇਹਨਾਂ ਦੇ ਪੁੱਤ ਕੈਨੇਡਾ ਪੜ੍ਹਦੇ ਸੀ, ਇਹਨਾਂ ਦੇ ਪੁੱਤ ਇੰਗਲੈਂਡ ਬੈਠੇ ਪੜ੍ਹਦੇ ਸੀ, ਤੁਹਾਡੇ ਮੁਕਾਬਲੇ ਘਰਾਂ 'ਚੋਂ ਚੁੱਕ ਚੁੱਕ ਕੇ ਬਣਾਏ ਜਾਂਦੇ ਸੀ, ਇੱਦਾਂ ਹੀ ਸੀ ਨਾ। ਅੱਜ ਇਹ ਲੀਡਰ ਬਾਹਰੋਂ ਆ ਕੇ ਦੇ ਕੌਮ ਦੇ ਰਾਖੇ ਬਣ ਗਏ। ਪੁਰਾਣੀ ਲੀਡਰਸ਼ਿਪ ਕਿੱਦਾਂ ਸੀ ਜੀ? ਅੱਜ ਦੀ ਲੀਡਰਸ਼ਿਪ ਕਿੱਦਾਂ ਦੀ ਹੈ? ਅੱਜ ਦੀ ਲੀਡਰਸ਼ਿਪ ਨੂੰ ਸਵਾਏ ਕੁਰਸੀ ਤੋਂ ਦੂਜੀ ਚੀਜ਼ ਚਾਹੀਦੀ ਕੋਈ ਨਹੀਂ। ਗੁਰੂ ਮਹਾਰਾਜ ਦੇ ਅੰਗ ਨਾਲੀਆਂ 'ਤੇ ਰੁਲ ਜਾਣ, ਰੂੜੀਆਂ 'ਤੇ ਰੁਲ ਜਾਣ, ਇਨਸਾਫ ਹੀ ਨਾ ਮਿਲੇ, ਹੱਦ ਦਰਜੇ ਦੀ ਬੇਸ਼ਰਮੀਆਂ ਕਿਹੜੇ ਪੰਜਾਬ 'ਚ ਹੀ ਰਹਿੰਦੇ ਹਾਂ? ਯੂਪੀ ਬਿਹਾਰ 'ਚ ਇਹੋ ਜਿਹਾ ਕੰਮ ਵਾਪਰਿਆ ਹੋਵੇ ਤਾਂ ਅਸੀਂ ਮੰਨ ਵੀ ਜਾਈਏ ਵੀ ਬੰਦੇ ਉਹਨਾਂ ਦੇ ਸਭ ਕੁਝ ਕਰਕੇ ਪੰਜਾਬ 'ਚ ਹੋਇਆ ਹੋਵੇ, ਪੰਜਾਬ ਦੇ ਸਾਰਿਆਂ ਸਾਹਮਣੇ ਹੋਇਆ ਹੋਵੇ। ਸਾਡੇ ਬੰਦੀ ਸਿੰਘ 35-35 ਸਾਲ ਹੋ ਗਏ ਜੇਲ੍ਹਾਂ 'ਚ ਬੈਠੇ ਹੋਣ ਅਤੇ ਆਓ ਬੈਠਾ ਸਰਸੇ ਲੁੱਚਾ ਜਾ ਇੱਕ ਸਾਧੋ ਤੀਜੇ ਕੁ ਦਿਨ ਜ਼ਮਾਨਤ ਲੈ ਕੇ ਬਾਹਰ ਆ ਜਾ, ਤੁਹਾਡੇ ਵੱਲ ਵੇਖ ਕੇ ਉਹ ਚਿੜਦਾ ਏ, ਸਿਸਟਮ ਤੁਹਾਡੇ ਮੂੰਹ 'ਤੇ ਚਪੇੜ ਮਾਰਦਾ। ਸਿੱਖੋ ਹੋਰ ਬਾਰਡਰਾਂ 'ਤੇ ਜਾ ਕੇ ਪੁੱਤ ਦਿਓ, ਹੋਰ ਇਹਨਾਂ ਵਾਸਤੇ ਲੰਗਰ ਲਾਓ, ਬਣੋ ਲਾਂਗਰੀ, ਚੁੱਕੋ ਕੜਛੀਆਂ, ਵਰਤਾਓ ਇਹਨਾਂ ਨੂੰ ਦਾਲਾਂ, ਸਾਨੂੰ ਖਵਾਓ ਲੰਗਰ ਅਤੇ ਅਸੀਂ ਤੁਹਾਨੂੰ ਡਾਂਗ ਫੇਰੀ ਜਾਣੀ ਆ। ਉਹਨਾਂ ਦੀ ਭਾਸ਼ਾ ਇਹ ਕਹਿੰਦੀ ਆ ਅਤੇ ਤੁਸੀਂ ਲਾਂਗਰੀ ਬਣ ਕੇ ਤੁਰੇ ਫਿਰਨਾ, ਕਿਹੜਾ ਇਨਸਾਫ ਦੀ ਗੱਲ ਕਰਦੇ ਹੋ? ਸਿੱਖੋ ਧੱਕਾ ਹੈ। ਪੁਰਾਣੀ ਲੀਡਰਸ਼ਿਪ ਕੀ ਸੋਚਦੀ ਆ? ਪੁਰਾਣੀ ਲੀਡਰਸ਼ਿਪ ਦੇ ਹੱਡਾਂ 'ਚ ਨਾ ਲੋਕਾਂ ਦਾ ਡਰ ਬੜਾ ਹੁੰਦਾ ਸੀ। ਪੁਰਾਣੀ ਲੀਡਰਸ਼ਿਪ ਨੂੰ ਇਹ ਹੁੰਦਾ ਸੀ ਵੀ ਚੰਗਾ ਕੰਮ ਕਰੋ ਅਤੇ ਸਿਰੋਪਾ। ਵੇਖੋ ਚੰਗੇ ਕੰਮ ਵਾਲੇ ਨੂੰ ਸਿਰੋਪਾ ਦਈਦਾ ਨਾ। ਵੈਸੇ ਹੁਣ ਤਾਂ ਸਿਰੋਪਾ ਵੈਸੇ ਖੇਡ ਜੀ ਬਣੀ ਆ ਵੀ ਹਮਾਂ ਤੁਮਾਂ ਨੂੰ ਦਈ ਜਾਓ, ਜਿਹਨੂੰ ਮਰਜ਼ੀ ਦਈ ਜਾਓ। ਅਤੇ ਜੇ ਸਿਰੋਪਾ ਨਹੀਂ ਦਿੱਤਾ ਤਾਂ ਅਗਲੇ ਨੇ ਉੱਥੇ ਜਾ ਕੇ ਆਖਣਾ ਲੈ ਸਾਡੇ ਕੋਲ 500 ਰੁਪਈਆ ਵੀ ਲੈ ਲਿਆ ਵੀ ਤੇਰੇ 500 ਦੇ ਨਾਲ ਏਡਾ ਜੱਗ ਥੋੜ੍ਹਾ ਹੋਣ ਲੱਗਾ ਹੈ। ਜੇ ਤੂੰ ਐਸ ਗੁਰੂ ਦੀ ਖੁਸ਼ੀ ਸਿਰੋਪਾ ਨਹੀਂ ਲੈਣੀ, ਇੱਥੋਂ ਸਿਰੋਪਾ ਮਿਲਿਆ ਕੋਈ ਵੱਡਾ ਮਹਿਲ ਨਹੀਂ ਢਹਿ ਜਾਣਾ। ਸਿਰੋਪਾ ਹੈ ਗੁਰੂ ਦੀ ਬਖਸ਼ਿਸ਼, ਬੇਸ਼ੱਕ ਸਾਨੂੰ ਉਹਨਾਂ ਦਿਆ ਕਰੋ,
ਮੈਂ ਹਰ ਸਟੇਜ ਤੇ ਕਹਿੰਦਾ ਸਾਨੂੰ ਕਿਹਦੇ ਲਈ ਦਿੰਦੇ ਜੇ? ਮੂੰਹ ਮੰਗੇ ਮੈਂ ਨੋਟ ਤੁਹਾਡੇ ਕੋਲ ਲੈ ਕੇ ਜਾਣੇ, ਮੂੰਹ ਮੰਗੇ ਪੈਸੇ ਤੁਹਾਡੇ ਕੋਲ ਲੈ ਕੇ ਜਾਣੇ, ਮੈਂ ਕਿਹੜੀ ਸੇਵਾ ਕਰਕੇ ਜਾਣੀ ਸਟੇਜ ਤੋਂ? ਪੈਸੇ ਤੇ ਮੈਂ ਲੈ ਜਾਣੇ ਜੇਬ 'ਚ ਪਾ ਕੇ, ਮੈਂ ਕੋਈ ਸੇਵਾ ਕਰਕੇ ਨਹੀਂ ਇੱਥੋਂ ਚੱਲਿਆ। ਕਾਹਦਾ ਸਰੋਪਾ ਬਣਦਾ? ਸਰੋਪਾ ਉਹਨਾਂ ਨੂੰ ਦਓ ਜਿਨ੍ਹਾਂ ਨੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਪਿੱਛੇ ਭੌਂ ਕੇ ਨਹੀਂ ਵੇਖਿਆ, ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਸਾਰਾ ਕੁਝ ਕੀਤਾ। ਸਰੋਪਾ ਤੇ ਸਾਡੀ ਕੌਮ ਨੇ ਬਣਾਤੀ, ਖੇੜਾ ਸਰਪੰਚੀ ਦੀਆਂ ਵੋਟਾਂ ਆਦਲੀਆਂ ਵੇਖੋ, ਸਰੋਪੇ ਤੋਂ ਜੁੱਤੀ ਹੋ ਜੁੱਤੀ ਹੋਣਾ, ਕਈਆਂ ਨੇ ਤੇ ਟਰੰਕ ਭਰ ਲੈਣੇ, ਉਹ ਮੁਹੱਲਿਓਂ ਵੇਲਾ ਆਇਆ, ਉਹ ਮੁਹੱਲਿਓਂ ਵੇਲਾ, ਨਾਲੇ ਪੈਗ ਪਿਆਲਾ ਨਾਲੇ ਸਰੋਪਾ, ਸਵੇਰੇ ਫਲਾਣਾ ਸਿਆ ਤੇਰੇ ਵੱਲ ਲਈ, ਸ਼ਾਮਾਂ ਨੂੰ ਬੰਤਾ ਸੋਂ ਸਵੇਰੇ ਸੰਤਾ ਸੋਂ, ਐਂ ਪਲਟੀਆਂ ਵੱਜਣੀਆਂ ਤੇ ਸਰੋਪੇ ਹੀ ਇਕੱਠੇ ਕਰੋ, ਹੋਰ ਨਹੀਂ ਕੱਖ ਦੇ। ਸਾਡੀ ਸੋਚ, ਸਾਡੀ ਮਾਨਸਿਕਤਾ ਉਹੋ ਜਿਹੇ ਅਸੀਂ ਹਾਂ, ਸਰੋਪੇ ਧੜਾ ਧੜਾ ਵੰਡੀ ਤੁਰੇ ਆਉਂਦੇ ਹਾਂ, ਵੰਡੀ ਤੁਰੇ ਆਉਂਦੇ। ਮੈਂ ਗੱਲ ਕਰ ਰਿਹਾ ਸੀ, ਪੁਰਾਣੀ ਲੀਡਰਸ਼ਿਪ ਨੂੰ ਇਸ ਗੱਲ ਦਾ ਪਤਾ ਸੀ ਵੀ ਚੰਗਾ ਕੰਮ ਕਰੋ ਤੇ ਸਰੋਪਾ, ਚੰਗਾ ਕੰਮ ਕਰੋ ਤੇ ਸਰੋਪਾ, ਤੇ ਜੇ ਕੰਮ ਗਲਤ ਹੋ ਗਿਆ ਤੇ ਕੌਮ ਪਤਾ ਕੀ ਕਰਦੀ ਸੀ? ਉਸੇ ਸਰੋਪੇ ਨੂੰ ਵੱਟ ਚਾੜ ਕੇ ਤੇ ਉਹਦਾ ਪਰਨਾ ਬਣਾ ਲੈਂਦੀ ਸੀ। ਫਰਕ ਆ ਪੈ ਗਿਆ ਵੀ ਸਰੋਪੇ ਤੇ ਸਾਰਿਆਂ ਨੂੰ ਦੇ ਦਿੱਤੇ, ਤੁਹਾਨੂੰ ਪਰਨਾ ਬਣਾਉਣਾ ਭੁੱਲ ਗਿਆ। ਪੰਥ ਤੇ ਮੁਸੀਬਤਾਂ ਦਾ ਜਦੋਂ ਕੋਈ ਪਹਾੜ ਟੁੱਟੇ, ਪੰਥ ਤੇ ਮੁਸੀਬਤਾਂ ਦਾ ਜਦੋਂ ਕੋਈ ਪਹਾੜ ਟੁੱਟੇ, ਵਿਰਲਾ ਮੈਦਾਨ ਵਿੱਚ ਆਵੇ ਆਗੂ ਕੋਈ ਕੋਈ, ਬਿਲਕੁਲ ਪੰਥ ਵਾਲਾ ਬੇੜਾ ਜਦੋਂ ਡੱਕੋ ਡੋਲੇ ਖਾਣ ਲੱਗੇ, ਚੱਪੂ ਲਾ ਕੇ ਸੂਰਮਾ ਬਚਾਵੇ ਆਗੂ ਕੋਈ ਕੋਈ, ਜੁਲਮਾਨਿਆ ਵਾਲੇ ਡਿੱਗਦੇ ਨੇ ਗੋਲੇ ਜਦੋਂ, ਮੂਹਰੇ ਹੋ ਕੇ ਛਾਤੀ ਵਿੱਚ ਖਾਵੇ ਆਗੂ ਕੋਈ ਕੋਈ, ਆਗੂ ਅਖਵਾਉਣਾ ਤਾਂ ਸਤਾਰਿਆ ਹੈ ਬੜਾ ਸੌਖਾ, ਆਗੂ ਹੋ ਕੇ ਫਰਜ਼ ਨਿਭਾਵੇ ਆਗੂ ਕੋਈ ਕੋਈ, ਆਗੂ ਹੋ ਕੇ ਫਰਜ਼ ਨਿਭਾਵੇ ਆਗੂ ਕੋਈ ਕੋਈ। ਹੁਣ ਜੀ ਤੇ ਸਾਰਿਆਂ ਦਾ ਕਰਦਾ ਵੀ ਆਗੂ ਬਣ ਜਾਈਏ, ਪਰ ਆਗੂ ਦੀ ਜ਼ਿੰਮੇਵਾਰੀ ਕੀ ਹੈ, ਆਗੂ ਦਾ ਫਰਜ਼ ਕੀ ਹੈ, ਜਥੇਦਾਰ ਦਾ ਫਰਜ਼ ਕੀ ਹੈ, ਲੀਡਰਸ਼ਿਪ ਦਾ ਫਰਜ਼ ਕੀ ਹੈ, ਉਹ ਕੋਈ ਨਹੀਂ ਜਾਣਦਾ। ਇਹਦੇ ਇੱਕ ਧੰਦਾ ਜਿਹਾ ਬਣ ਗਿਆ ਵੀ 5 ਸਾਲ ਮੌਕਾ ਮਿਲਿਆ, ਇੰਨੇ ਕੁ ਇਕੱਠੇ ਕਰ ਲਓ ਵੀ 5-7 ਪੀੜ੍ਹੀਆਂ ਬਹਿ ਕੇ ਖਾਣ, ਬਾਕੀ ਮਾਵਾਂ ਦੇ ਪੁੱਤ ਜਾਣ ਢੱਠੇ ਖੂਹ 'ਚ, ਸਾਨੂੰ ਉਹਨਾਂ ਦੇ ਨਾਲ ਕੀ ਲੱਗੇ। ਲੀਡਰੀ ਦਾ ਧੰਦਾ ਬਣ ਗਈ, ਕਦੀ ਲੀਡਰੀ ਸੇਵਾ ਆਇਆ ਕਰਦੀ ਸੀ, ਕਦੀ ਲੀਡਰੀ ਸੇਵਾ ਹੋਇਆ ਕਰਦੀ ਸੀ, ਅੱਜ ਲੀਡਰੀ ਧੰਦਾ ਬਣ ਗਈ ਆ ਵੀ ਨੋਟ ਇਕੱਠੇ ਕਰੋ ਬਾਕੀ ਕੀ ਆ। ਜਿਹੜੇ ਕੱਲ੍ਹ ਆਮ 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 ਕਰਦੇ ਸੀ ਉਹ ਖਾਸ 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 ਬਣ ਜਾਂਦੇ ਆ, ਤੁਹਾਡੇ ਕੋਲ ਤਾਂ ਉਹ ਟੁੱਟਾ ਸਾਈਕਲ ਹੀ ਰਹਿ ਗਿਆ ਜਿਹੜਾ ਪਹਿਲਾਂ 5 ਸਾਲ ਪਹਿਲਾਂ, ਉਹ ਵੀ ਹੁਣ ਵੀ ਉਹੀ ਟੁੱਟਾ ਸਾਈਕਲ ਆ, ਉਹਨਾਂ ਕੋਲ 5 ਲੱਖ ਦੀ ਗੱਡੀ ਸਿੱਧੀ 50 ਲੱਖ ਦੀ ਹੋ ਜਾਂਦੀ ਹੈ, ਉਹ ਕਿਹੜੇ ਆਕਾਸ਼ੋਂ ਤੋੜ ਕੇ ਲਿਆਉਂਦੇ, ਤੁਹਾਡੀਆਂ ਜੁੱਤੀਆਂ ਤੁਹਾਨੂੰ ਹੀ ਮਾਰ ਦਿੱਤੀ। ਇੱਕ ਬੇਨਤੀ ਕਰਨ ਲੱਗਾ ਮੈਂ, ਸਿੱਖ ਹੋਣ ਦੇ ਨਾਤੇ, ਢਾਡੀ ਹੋਣ ਦੇ ਨਾਤੇ, ਮੇਰਾ ਇੱਕ ਸੁਭਾਅ ਜਿਹਾ ਹੈ ਕਿ ਮੈਂ ਖਾਨਾ ਪੂਰਤੀ ਕਰਨ ਦੇ ਵਿੱਚ ਕਦੀ ਧਿਆਨ ਨਹੀਂ ਦਿੱਤਾ ਵੀ ਟਾਈਮ ਪਾਸ ਕਰਕੇ ਚਲਾ ਜਾਵਾਂ ਸਟੇਜ ਉੱਤੋਂ। ਜਿਹੜੀਆਂ ਅਜੋਕੇ ਸਮੇਂ 'ਚ ਸਿੱਖਾਂ ਵਾਸਤੇ ਸਭ ਤੋਂ ਵੱਡੀਆਂ ਚੁਣੌਤੀਆਂ ਨੇ ਉਹਦੇ 'ਤੇ ਗੱਲ ਵੀ ਕਰਨੀ ਚਾਹੀਦੀ ਹੈ। 3 ਮਾਰਾਂ ਤੁਹਾਨੂੰ ਵੱਡੀਆਂ ਵੱਜਣ ਡਈਆਂ ਵਾ, ਬਚ ਕੇ ਰਿਹੋ ਉਹਨਾਂ ਦੇ ਕੋਲ। ਪਹਿਲੀ 'ਤੇ ਮਾਰ ਆ ਵੀ ਤੁਹਾਨੂੰ ਪੰਜਾਬ ਦੇ ਵਿੱਚੋਂ ਕੱਢ ਕੇ ਅਤੇ ਪੰਜਾਬ ਖਾਲੀ ਕਰ ਦਿਓ। ਦੁਆਬਾ 'ਚ ਸਾਰਾ ਖਾਲੀ ਹੋ ਗਿਆ, ਇਸ ਗੱਲ ਦੀ ਕੋਈ ਖੁਸ਼ੀ ਨਾ ਮਨਾਇਓ, ਤੁਹਾਡੀਆਂ ਕਰੋੜ ਕਰੋੜ ਰੁਪਈਏ ਦੀਆਂ ਕੋਠੀਆਂ 'ਚ ਯੂਪੀ ਬਿਹਾਰ ਦੇ ਭਈਏ ਆ ਕੇ ਬਹਿ ਗਏ ਜੇ, ਇਹ ਤ੍ਰਾਸਦੀ ਜੇ ਤੁਹਾਡੇ ਵਾਸਤੇ। ਜੇ ਕੋਈ ਚਲੇ ਗਏ ਆ ਨਾ ਤੇ ਪੰਜਾਬ ਨੂੰ ਚੇਤੇ ਰੱਖੋ, ਕੋਈ 6-7 ਮਹੀਨੇ ਬਾਅਦ ਗੇੜਾ ਮਾਰਿਆ ਕਰੋ, ਆ ਮਿੱਟੀ ਤੁਹਾਡੀ ਆ, ਅਗਲੇ ਦੇ ਆਖੰਡ ਹੈ ਚਲੇ ਜਾਓ। ਤੇ ਦੂਜੀ ਗੱਲ, ਆਪਣੀਆਂ ਪ੍ਰੋਪਰਟੀਆਂ ਪੱਕੇ ਤੌਰ ਤੇ ਵੇਚ ਕੇ ਨਾ ਜਾਇਓ। 2030 ਤੋਂ ਬਾਅਦ ਮੈਂ ਇੱਥੇ ਢਾਡੀ ਬਣ ਕੇ ਖਲੋਤਾ, ਮੇਰੀ ਗੱਲ ਚੇਤੇ ਰੱਖਿਓ। 2030 ਤੋਂ ਬਾਅਦ ਇੱਕ ਪਲਟਾ ਇਹੋ ਜਿਹਾ ਵੱਜਣਾ ਵਾ, ਤੁਸੀਂ ਇੱਥੋਂ ਵੀ ਸਾਰਾ ਕੁਝ ਵੇਚ ਪੈਣਾ ਤੇ ਉਧਰੋਂ ਇੱਧਰ ਨੂੰ ਭੱਜਣਾ, ਤੇ ਇੱਧਰ ਸਵਾਏ ਦਿਹਾੜੀਆਂ ਤੋਂ ਕੰਮ ਸਾਡੇ ਕੋਈ ਨਹੀਂ ਹੋਣਾ।
ਆ ਏਡੇ ਏਡੇ ਵੱਡੇ ਹਾਈਵੇ ਜਿਹੜੇ ਬਣਦੇ ਦਿੱਲੀ ਕਟੜੇ ਵਾਲੇ ਕਦੇ ਐਵੇਂ ਥੋੜ੍ਹਾ ਬਣਦੇ ਆ। ਆ ਜਿਹੜੇ ਵੱਡੇ ਹਾਈਵੇ ਨਿਕਲਣ ਲੱਗੇ ਇੱਥੇ ਤੁਹਾਡੀ ਹਿੱਕ ਦੇ ਵਿੱਚੋਂ, ਮੇਰੇ ਸ਼ਾਇਦ ਸੁਲਤਾਨਪੁਰ ਲੋਧੀ ਦੇ ਲਾਗੋਂ ਵੀ ਉਹ ਹਾਈਵੇ ਨਿਕਲਣਾ ਵਾ, ਸਾਡੇ ਪਿੰਡ ਦੇ ਵਿੱਚੋਂ ਵੀ ਨਿਕਲਣਾ ਵਾ। ਅੱਜ ਸਾਨੂੰ ਬੜਾ ਚਾਅ ਚੜ੍ਹਦਾ ਨਾ, 70 ਲੱਖ ਲੱਗਾ ਸਾਡੇ ਕਿੱਲੇ ਦਾ, 80 ਲੱਖ ਲੱਗਾ ਸਾਡੇ ਕਿੱਲੇ ਦਾ। ਉਹ ਸਰਦਾਰੋ ਤੁਹਾਨੂੰ 80 ਕਰੋੜ ਵੀ ਦੇ ਦਿੱਤਾ ਦੋਵਾਂ ਚੌਵਾਂ ਸਾਲਾਂ 'ਚ, ਤੁਸੀਂ ਉਹ ਵੀ ਖਾ ਜਾਣਾ, ਲੋਕੀ ਦੇ ਖਾਧਿਆਂ ਨੋਟਾਂ ਖੂਹ ਵੀ ਖਾ ਜਾਂਦੇ ਆ, ਹੱਥਾਂ ਨੂੰ ਦੰਦੀਆਂ ਤੁਸੀਂ ਉਦਣ ਵੱਢਣੀਆਂ ਜਿੱਦਣ ਇਸ ਰੋਡ ਦੇ ਉੱਤੇ ਇਹਨਾਂ ਰਾਹਾਂ ਦੇ ਉੱਤੇ ਅਰਬ ਤੱਕ ਯੂਰਪ ਤੱਕ ਵਪਾਰ ਹੋਇਆ, ਅਤੇ ਸਵਾਏ ਉਹਨਾਂ ਢਾਬਿਆਂ ਦੇ ਉੱਤੇ ਕੰਮ ਕਰਨ ਤੋਂ ਤੁਹਾਡੇ ਕੋਲ ਕੰਮ ਕੋਈ ਨਾ। ਪ੍ਰੋਪਰਟੀਆਂ ਜ਼ਮੀਨਾਂ ਜਾਇਦਾਦਾਂ ਪਲਾਟ ਕੋਠੀਆਂ ਪੱਕੇ ਤੌਰ 'ਤੇ ਵੇਚ ਕੇ ਨਾ ਜਾਓ, ਤੁਹਾਡਾ ਭਲਾ ਇਹਦੇ ਵਿੱਚ ਹੀ ਜੇ। ਦੂਜੀ ਗੱਲ, ਪੰਜਾਬ ਨੂੰ ਦੂਜੀ ਵਾਰ ਵੱਜਣ ਡਈ ਆ ਨਸ਼ੇ ਦੀ। ਕਿਹੜਾ ਪਿੰਡ ਆ ਜਿੱਥੇ ਚਿੱਟਾ ਪੀ ਪੀ ਮੁੰਡੇ ਨਹੀਂ ਮਰਨ ਡੇ ਰੂੜੀਆਂ ਦੇ ਉੱਤੇ, ਜਵਾਨੀ ਨਹੀਂ ਰੁਲਣ ਡਈ, ਅਤੇ ਗੱਲਾਂ ਹੀ ਬਾਬਾ ਦੀਪ ਸਿੰਘ ਦੀਆਂ ਕਰਨ ਡਏ, ਹੱਥਾਂ ਦੇ ਵਿੱਚ ਸਰਿੰਜਾਂ ਖੋਭੀਆਂ ਸਾਡੇ ਲੱਖ ਦੀ ਲਾਹਣ 'ਤੇ। ਚਿੱਟਾ ਤੇ ਐਂ ਵਿਕਦਾ ਜਿਵੇਂ ਪਰਚੂਨ ਦੀਆਂ ਦੁਕਾਨਾਂ 'ਤੇ ਸੌਦਾ ਵਿਕਦਾ, ਜਿਹਨੇ ਚਿੱਟਾ ਛਡਾਉਣਾ ਸੀ ਉਹਨੂੰ ਫੜਨ ਵਾਸਤੇ ਤੇ 80,000 ਦਾ ਇਕੱਠ ਤੁਸੀਂ ਲਾ ਲਿਆ ਮਗਰ, ਅਤੇ ਤੁਹਾਨੂੰ ਨਹੀਂ ਪਤਾ ਕਿ ਪਿੰਡ ਦੇ ਵਿੱਚ ਕਿਹੜਾ ਬੰਦਾ ਚਿੱਟਾ ਵੇਚਦਾ, ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ ਭਲਾ ਕਿ ਪਿੰਡ 'ਚ ਕਿਹੜਾ ਚਿੱਟਾ ਵੇਚਦਾ, ਇਲਾਕੇ 'ਚ ਕਿਹਦੀਆਂ ਗੱਡੀਆਂ 'ਚ ਵੇਖਦਾ। ਕਦੀ ਕੋਈ ਬੰਦਾ ਨਹੀਂ ਫੜਿਆ ਜਾਂਦਾ, ਫੜਨ ਵਾਲੇ ਪਹਿਲਾਂ ਆਉਂਦੇ ਆ, ਛਡਾਉਣ ਵਾਲੇ ਮਗਰ ਹੀ ਨਾਲ ਤੁਰ ਪੈਂਦੇ ਆ। ਬਚ ਜਾਓ, ਆਹ ਮੇਲੇ ਮਨਾਏ ਤਾਦੀ ਸਫਲ ਆ, ਨਸ਼ੇ ਪੱਤੇ ਤੋਂ ਬਚ ਜਾਓ, ਤੁਹਾਡੀ ਸਭ ਤੋਂ ਵੱਡੀ ਜਾਇਦਾਦ ਇਹੋ ਆ। ਜਿਹੜੇ ਬਚੇ ਆ ਸੋ ਬਚੇ ਰਹੋ, ਅਤੇ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਬੱਚੇ ਆਪਣੇ ਸਭ ਤੋਂ ਵੱਡੀ ਮਾਰ ਆ, ਨਸ਼ੇ ਤੋਂ ਬਚਾ ਲਓ। ਅਤੇ ਦੂਜੀ ਗੱਲ, ਆਪਣੀਆਂ ਜਾਇਦਾਦਾਂ ਪੱਕੇ ਪੈਰੀ ਨਾ ਵੇਚੋ। ਮੈਂ ਆਖਰੀ ਵਾਰ ਇਸ ਪ੍ਰਸੰਗ ਦੇ ਵਿੱਚੋਂ ਕਹਿਣ ਲੱਗਾ ਹਾਂ, ਇੱਕ ਮਿੰਟ ਦੇ ਵਿੱਚ ਮੈਂ ਸ਼ੁਰੂਆਤ ਕਰਕੇ ਉਸ ਪ੍ਰਸੰਗ ਦਾ, ਅਤੇ ਆਪ ਜੀ ਦੇ ਚਰਨਾਂ 'ਚੋਂ ਵਾਰ ਕਹਿ ਕੇ ਆਪ ਜੀ ਦੇ ਪਾਸੋਂ ਖੁਸ਼ੀਆਂ ਲੈ ਲੈਣੀਆਂ, ਗੁਰੂ ਕਿਰਪਾ ਕਰੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਆਓ ਸੁਣੋ, ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ, ਤਵੱਜੋ ਜੀ ਬਣਾਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਆਪਣੇ ਬਹਾਦਰਾਂ ਦੀ ਫੌਜ ਲੈ ਕੇ, ਤੇ ਸਰਦਾਰ ਹਰੀ ਸਿੰਘ ਭੰਗੀ ਨੂੰ ਮਿਲਿਆ। ਆਹ ਅਟਾਰੀ ਦੇ ਲਾਗੇ ਇੱਕ ਪਿੰਡ ਪੈਂਦਾ ਵਾ, ਉਹਦਾ ਨਾਮ ਆ ਰਾਜੇ ਤਾਲ, ਸਾਡਾ ਲੋਕਲ। ਉਸ ਰਾਜੇ ਤਾਲ ਪਿੰਡ ਵਿੱਚ ਮੁਲਾਕਾਤ ਹੋਈ, ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਵੇਖ ਕੇ ਹਰੀ ਸਿੰਘ ਭੰਗੀ ਬੜਾ ਖੁਸ਼ ਹੋਇਆ। ਕਹਿਣ ਲੱਗਾ, ਭਰਾਵਾ ਆ ਗਿਆ ਹੈ, ਭਰਾ ਭਰਾਵਾਂ ਦੀਆਂ ਬਾਹਾਂ ਹੋਇਆ ਕਰਦੀਆਂ ਨੇ, ਜਿੰਨੇ ਮਰਜ਼ੀ ਰੋਸੇ ਹੋਣ, ਗਿਲੇ ਹੋਣ, ਸ਼ਾਮਾਂ ਨੂੰ ਭਰਾਵਾਂ ਦੀਆਂ ਜੱਫੀਆਂ ਪੈ ਜਾਣੀਆਂ ਚਾਹੀਦੀਆਂ ਨੇ। ਵੇਖੋ, ਜਿਹਨਾਂ ਘਰਾਂ ਦੇ ਵਿੱਚ, ਜਿਹਨਾਂ ਪਿੰਡਾਂ ਵਿੱਚ, ਜਿਹਨਾਂ ਕੌਮਾਂ ਦੇ ਵਿੱਚ ਏਕਾ ਨਹੀਂ ਨਾ ਹੈਗਾ, ਉਹ ਜੋ ਮਰਜ਼ੀ ਕਰ ਲੈਣ, ਉਹ ਅੱਜ ਵੀ ਗਏ ਅਤੇ ਕੱਲ੍ਹ ਵੀ ਗਏ। ਇੱਕ ਚੀਜ਼ ਆ, ਪੰਚਾਇਤੀ ਚੋਣਾਂ ਆਉਣ ਵਾਲੀਆਂ, ਆਪਣਾ ਏਕਾ ਨਾ ਕਿਤੇ ਗਵਾ ਕੇ ਬਹਿ ਜਿਓ। ਜਿੰਨਾ ਪਿੱਛੇ ਅਸੀਂ ਜੁੱਤੀਓ ਜੁੱਤੀ ਹੋਣ ਡਏ ਹਾਂ ਨਾ ਪਿੰਡਾਂ ਦੇ ਵਿੱਚ, ਹੁਣ ਚਾਰ ਭਰਾ ਵਾ ਨਾ ਸਕੇ, ਉਹਨਾਂ ਚੌਵਾਂ ਨੇ ਨਹੀਂ ਬੋਲਣਾ ਦਸੰਬਰ ਜਨਵਰੀ ਤੱਕ, ਨਾ ਨਾ ਮੈਂ ਤਾਂ ਇਹ ਧੜੇ ਨਾਲ ਹੀ, ਮੈਂ ਤਾਂ ਇਹ ਧੜੇ ਨਾਲ ਹੀ। ਅਤੇ ਜਿੰਨਾ ਪਿੱਛੇ ਅਸੀਂ ਲੜ ਲੜ ਕੇ ਮਰ ਜਾਣਾ, ਉਹਨਾਂ ਦੀ ਰੋਟੀ ਵੀ ਸਾਂਝੀ, ਉਹਨਾਂ ਦੀ ਬੋਟੀ ਵੀ ਸਾਂਝੀ, ਉਹਨਾਂ ਦਾ ਛਾਵਾਂ ਨੂੰ ਪੈਗ ਪਿਆਲਾ ਵੀ ਸਾਂਝਾ ਚੱਲਦਾ, ਉਹ ਉੱਥੇ ਬੈਠੇ ਸਰਦਾਰ ਬਣੇ ਆ, ਅਸੀਂ ਪਿੰਡਾਂ ਦੇ ਵਿੱਚ ਵਾਲੋ ਵਾਲੀ ਉਹ ਪੈਣਾ ਇੱਕ ਦੂਜੇ ਦੇ ਨਾਲ, ਭਾਈਚਾਰਾ ਨਾ ਗਵਾਚਣ ਦਿਓ। ਦਲ ਪੰਥ ਨੇ ਕੀਤੀ ਚੜ੍ਹਾਈ, ਖਾਲਸਾ ਪੰਥ ਕਸੂਰ ਸ਼ਹਿਰ ਵੱਲ ਨੂੰ ਵਧਿਆ। ਮਈ ਦਾ ਮਹੀਨਾ ਤੇ ਕਸੂਰ ਦੀ ਹਿਸਟਰੀ 'ਚ ਪਹਿਲੀ ਵਾਰ ਸਿੱਖ ਕਸੂਰ 'ਤੇ ਹਮਲਾ ਕਰਨ ਲੱਗੇ ਆ। ਇਸ ਤੋਂ ਪਹਿਲਾਂ ਕਸੂਰ 'ਤੇ ਸਿੱਖਾਂ ਨੇ ਹਮਲਾ ਨਹੀਂ ਸੀ ਕੀਤਾ, ਅਤੇ ਕਾਰਨ ਕਾਹਦੇ ਲਈ ਲੱਗੇ ਆ? ਜਾਇਦਾਦ ਵਾਸਤੇ ਨਹੀਂ, ਇੱਕ ਦੁਖੀਏ ਪੰਡਿਤ ਦੀ ਔਰਤ ਛਡਾਉਣ ਵਾਸਤੇ ਚੱਲੇ ਆ। ਆ ਵਾ ਸਿੱਖਾਂ ਦਾ ਪਰਉਪਕਾਰੀ ਜੀਵਨ ਆ। ਕਦੀ ਸਿੱਖਾਂ ਦਾ ਜੀਵਨ ਹੁੰਦਾ ਸੀ, ਲੋਕੀ ਕਹਿੰਦੇ ਸੀ ਆ ਗਏ ਨੇ ਨਿਹੰਗ, ਬੂਹੇ ਖੋਲ੍ਹ ਦੋ ਨਿਸੰਗ। ਕਰੈਕਟਰ ਵੇਖੋ ਕਿੱਡਾ ਵੱਡਾ ਸੀ ਤੁਹਾਡਾ, ਇਕੱਲਾ ਸਰਦਾਰਾਂ ਦਾ ਪੁੱਤ ਖਲੋਤਾ ਹੋਵੇ, ਕਿਸੇ ਦੀ ਧੀ ਭੈਣ ਹੱਸ ਕੇ ਉਹਨੂੰ ਹੱਥ ਦੇ ਕੇ ਆਖੇ ਸਰਦਾਰਾ ਮੈਨੂੰ ਬਹਾ ਕੇ ਛੱਡ ਗਿਆ, ਇਹ ਸਾਡੀ ਆਵਾਜ਼ ਹੋਣੀ ਚਾਹੀਦੀ ਸੀ।
ਤੇ ਸਾਡਾ ਕਰੈਕਟਰ ਕੀ ਬਣਾਤਾ? ਬੁਲਟ ਤਾਂ ਰੱਖਿਆ, ਅਗਲੀ ਲੈਣ ਤੁਸੀਂ ਪੂਰੀ ਕਰ ਲਓ। ਤੇ ਸਾਡਾ ਕਰੈਕਟਰ ਕੀ ਬਣਾਤਾ? ਆ ਗਏ ਪੱਗਾਂ ਪੋਚਵੀਆਂ ਵਾਲੇ, ਤੇ ਅਗਲੀ ਲੈਣ ਤੁਸੀਂ ਪੂਰੀ ਕਰ ਲਿਓ। ਪੱਗਾਂ ਪੋਚਵੀਆਂ ਵਾਲੇ ਇੱਜ਼ਤਾਂ ਬਚਾਇਆ ਕਰਦੇ ਸੀ, ਪੱਗਾਂ ਪੋਚਵੀਆਂ ਵਾਲਿਆਂ ਤੋਂ ਇੱਜ਼ਤਾਂ ਡਰ ਕੇ ਅੰਦਰ ਨਹੀਂ ਸੀ ਵੜਿਆ ਕਰਦੀਆਂ। ਇਹ ਸਾਡਾ ਕਰੈਕਟਰ ਬਣਾ ਦਿੱਤਾ ਜੋ ਹੈ ਨਹੀਂ ਸੀ। ਹੁਣ ਪੰਥ ਨੇ ਕੀਤਾ ਹਮਲਾ ਤੇ ਕਸੂਰ ਦੇ ਬਿਲਕੁਲ ਲਾਗੇ ਆ ਗਏ। ਜਥੇਦਾਰ ਹਰੀ ਸਿੰਘ ਭੰਗੀ ਨੇ ਇੱਕ ਲੀਕ ਖਿੱਚੀ ਧਰਤੀ ਤੇ, ਕਹਿੰਦਾ ਉਹ ਸਿੱਖੋ ਸਾਡਾ ਵਾਹ ਪੈਣ ਲੱਗਾ ਜੇ, ਉਹ ਕਸੂਰ ਸ਼ਹਿਰ ਦੇ ਨਾਲ 24,000 ਪਠਾਨ ਜੇ, 12 ਦਰਵਾਜ਼ੇ ਜੇ ਤੇ 12 ਹੀ ਤੋਪਾਂ ਜੇ ਉੱਤੇ, ਇਹਨਾਂ ਦੇ ਨਾਲ ਅੱਜ ਤੱਕ ਸਾਡਾ ਵਾਹ ਨਹੀਂ ਜਿੱਪਿਆ, ਤੇ ਇਹਨਾਂ ਦੇ ਚੁੰਗਲ ਵਿੱਚੋਂ ਇੱਕ ਦੁਖੀਏ ਪੰਡਤ ਦੀ ਘਰਵਾਲੀ ਕੱਢ ਕੇ ਲਿਆਉਣੀ ਆ। ਲੀਕ ਉਹ ਬੰਦਾ ਪਾਰ ਕਰੋ ਜਿਹਨੂੰ ਸਿਰਫ ਤੇ ਸਿਰਫ ਮਰਨ ਦਾ ਚਾਅ ਹੋਵੇ, ਜਿਹਨੂੰ ਬੱਚਿਆਂ ਦਾ ਚੇਤਾ ਆਵੇ, ਘਰਵਾਲੀ ਦਾ ਚੇਤਾ ਆਵੇ, ਮਾਂ ਪਿਓ ਦਾ ਚੇਤਾ ਆਵੇ, ਕਾਰੋਬਾਰ ਦਾ ਚੇਤਾ ਆਵੇ, ਬੇਸ਼ੱਕ ਪਛਾਣ ਮੁੜ ਜੇ। ਹੁਣ ਜਥੇਦਾਰ ਦਵੇ ਆਵਾਜ਼ ਤੇ ਸਾਰਿਆਂ ਨੇ ਲੀਕ ਟੱਪੀ, ਤੇ ਜਥੇਦਾਰ ਪੁੱਛਦਾ ਸਾਰੇ ਆ ਗਏ? ਕਹਿੰਦੇ ਜੀ ਸਾਰੇ ਆ ਗਏ, ਇੱਕ ਨਹੀਂ ਜੇ ਆਉਂਦਾ। ਕਹਿੰਦਾ ਕੌਣ? ਕਹਿੰਦਾ ਪੰਡਤ। ਪੰਡਤ ਲੀਕ ਤੋਂ ਪਿੱਛੇ ਖਲੋ ਗਿਆ। ਜਥੇਦਾਰਾ ਤੂੰ ਨਹੀਂ ਆਉਂਦਾ? ਜਥੇਦਾਰ ਕਹਿੰਦਾ ਤੂੰ ਨਹੀਂ ਆਉਂਦਾ? ਕਹਿੰਦਾ ਪੰਡਤਾ ਹੇ ਜਜਮਾਨ, ਕਿੱਥੇ ਵਸਾਉਣਾ ਤੂੰ ਮੈਨੂੰ? ਇਹਦੇ ਨੂੰ ਚੰਗਾ ਮੈਂ ਮਰ ਜਾਂਦਾ, ਖੂਹ 'ਚ ਡਿੱਗ ਪੈਂਦਾ ਉਦਣ, ਵੀ ਐਡੀ ਛੇਤੀ ਮੌਤ ਨੂੰ ਮਾਸੀ ਆਖਣ ਤੁਸੀਂ ਤੁਰ ਪਏ ਹੋ? ਜਥੇਦਾਰਾ ਜਿਹੜੇ ਕਸੂਰ ਸ਼ਹਿਰ 'ਚ ਮੈਨੂੰ ਲੈ ਕੇ ਚੱਲਿਆ, ਉੱਥੋਂ ਬਚ ਕੇ ਕੋਈ ਨਹੀਂ ਆਉਂਦਾ। ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ ਫਿਰ ਪਿੱਪਲ ਨਾ ਬੰਨ ਜਾਈਏ ਤੈਨੂੰ, ਪਿੱਪਲ ਨਾ ਬੰਨ ਜਾਈਏ ਸਾਹਮਣੇ। ਅਤੇ ਪੰਡਿਤ ਕਹਿੰਦਾ ਮੈਂ ਇੱਥੇ ਬੱਜੇ ਨੇ ਮਰ ਜਾਣਾ ਅਤੇ ਤੁਸੀਂ ਲੜਕੇ ਮਰ ਜਾਣਾ, ਨਾ ਮੈਨੂੰ ਕਿਸੇ ਨੇ ਛਡਾਉਣਾ ਅਤੇ ਨਾ ਤੁਸੀਂ ਵਾਪਸ ਆਉਣਾ। ਆਖਿਰਕਾਰ ਜਥੇਦਾਰ ਨੂੰ ਰੋਹ ਚੜਿਆ, ਕਹਿੰਦਾ ਆਹ ਪੰਡਤਾ ਆਪਣੀ ਜ਼ੁਬਾਨ ਨੂੰ ਲਗਾਮ ਦੇ, ਇੱਕ ਗੱਲ ਹੈ, ਨਾ ਤੈਨੂੰ ਬੰਨਣ ਲੱਗੇ ਆ, ਨਾ ਇੱਥੋਂ ਭੱਜ ਕੇ ਜਾਵੀਂ। ਔਰ ਛਾਵਾਂ ਦਾ ਸੂਰਜ ਡੁੱਬਣ ਲੱਗਾ ਹੈ, ਤੇ ਛਾਵਾਂ ਦਾ ਸੂਰਜ ਡੁੱਬਦੇ ਤੱਕ ਇੱਥੇ ਬਹਿ ਕੇ ਸਾਨੂੰ ਡੀਕ, ਜੇ ਸਾਡੇ ਚੋਂ ਇੱਕ ਵੀ ਬਚ ਕੇ ਆ ਗਿਆ ਸਮਝੀ ਤੇਰੀ ਘਰਵਾਲੀ ਅਸਾਂ ਛਡਾ ਕੇ ਲੈ ਜਾਂਦੇ। ਪੰਡਿਤ ਪਛਾਂ ਹੋ ਕੇ ਬਹਿ ਗਿਆ। ਹੁਣ ਜਥੇਦਾਰ ਫੌਜ ਲੈ ਕੇ ਕਸੂਰ ਦੇ ਸ਼ਹਿਰ ਵੱਲ ਨੂੰ ਵਧਿਆ। ਮਈ ਦਾ ਮਹੀਨਾ, ਦੁਪਹਿਰ ਦਾ ਵਕਤ, ਕਸੂਰ ਦੇ ਬੰਦਿਆਂ ਨੂੰ ਕਦੀ ਲੜਾਈ ਨਹੀਂ ਪਈ, ਦੇ ਅਵੇਸਲੇ ਜੇ ਹੋ ਗਏ ਤੇ ਭੂਰਿਆਂ 'ਚ ਦੁਪਹਿਰੇ ਸੌਣ ਚਲੇ ਜਾਂਦੇ ਸੀ। ਜਥੇਦਾਰ ਨੇ ਆਖਿਆ ਬਹਾਦਰੋ ਆਹ ਬੀੜੀਆਂ ਨੇ ਤੋਪਾਂ। ਮੈਂ ਢਾਡੀ ਸਿੰਘਾਂ ਦੇ ਕੋਲੋਂ ਇੱਕ ਵਾਰ ਕਹਿਣ ਲੱਗਾ ਹਾਂ, ਵਾਰ ਢਾਡੀਆਂ ਦੀ ਮਾਂ ਹੈ। ਇਹ ਢਾਡੀਆਂ ਦੀ ਇੱਕ ਐਸੀ ਰਚਨਾ ਜਿਹੜੀ ਹਰ ਢਾਡੀ ਨੂੰ ਕਹਿਣੀ ਜ਼ਰੂਰੀ ਚਾਹੀਦੀ ਹੈ। ਵਾਰ ਵਾਰ ਹੀ ਹੁੰਦੀ ਹੈ, ਮਾਝੇ ਵਾਲੇ ਕੁਝ ਹੋਰ ਤਰੀਕੇ ਨਾਲ ਗਾਉਂਦੇ ਆ, ਦੁਆਬੇ 'ਚ ਕੁਝ ਹੋਰ ਤਰੀਕੇ ਨਾਲ ਆ ਜਾਂਦੀ ਹੈ, ਮਾਲਵੇ ਚਲੇ ਜਾਓ ਤਰੀਕਾ ਬਦਲ ਜਾਂਦਾ। ਪਰ ਇੱਕ ਚੀਜ਼ ਹੈ, ਮੈਨੂੰ ਸੈਕਟਰੀ ਸਾਹਿਬ ਕਹਿੰਦੇ ਟੇਬਲ ਨਹੀਂ ਰੱਖਿਆ। ਮੈਂ ਕਿਹਾ ਅਸੀਂ ਕਿਹੜੀ ਕਾਪੀ ਰੱਖਣੀ ਆ, ਭਾਵੇਂ ਸਵੇਰ ਦੇ 4 ਵਜੇ ਤੱਕ ਵਾਰਾਂ ਗਵਾਲੋ, ਗਾਵਾਂਗੇ ਜ਼ਬਾਨੀ, ਇਹ ਸਾਡਾ ਵਾਅਦਾ ਰਿਹਾ ਤੁਹਾਡੇ ਨਾਲ। ਉਹ ਢਾਡੀ ਕਿਹੜਾ ਜਿਹੜਾ ਹੈ ਪੋਥਾ ਖੋਲ੍ਹ ਕੇ ਸਟੇਜ ਦੇ ਉੱਤੇ ਖੜੋ, ਜਿਹਦੇ ਕੰਮ ਅੰਨਿਆਂ ਵਾਲਾ, ਇਹਦੇ ਨਿਆਣੇ ਪਿੰਡ 'ਚੋਂ ਖਿਲਾਰ ਕੇ 4 ਗਵਾਲੋ, ਚੰਗੀ ਗੱਲ ਆ। ਕਾਪੀਆਂ ਵਾਲੇ ਢਾਡੀ ਨਹੀਂ ਅਸੀਂ, ਅਸੀਂ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ 'ਚੋਂ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੋਂ ਆਏ ਹਾਂ। ਇੰਨਾ ਕੁ ਮਾਣ ਹੈ ਮੈਨੂੰ ਆਪਣੇ ਉੱਤੇ ਵੀ, ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਆਪਣੇ ਨਾਲਦਿਆਂ ਉੱਤੇ ਵੀ। ਕਵਿਤਾ ਸਾਨੂੰ ਭਾਵੇਂ 3 ਗਾਉਣੀਆਂ ਪੈ ਜਾਂਦੇ, ਭਾਵੇਂ ਗਾਉਣੀਆਂ ਪੈ ਜਾਣ 30, ਗਾਵਾਂਗੇ ਜ਼ਬਾਨੀ ਜਿੰਨੀਆਂ ਵੀ ਸਾਨੂੰ ਕਹੇ ਕੋਈ, ਅਸੀਂ ਉਸ ਸਮੇਂ 'ਚ ਆਪਣੀਆਂ ਵਾਰਾਂ ਪੂਰੀਆਂ ਕਰਦੇ। ਟੇਬਲ ਦਾ ਕੀ ਕੰਮ ਹੈ ਭਾਈ ਸਟੇਜ ਦੇ ਉੱਤੇ? ਟੇਬਲ ਤਾਂ ਇੱਕ ਡੰਗੋਰੀ ਦਾ ਕੰਮ ਹੈ, ਮਾਇਆ ਖੁੱਲ੍ਹੀ ਦਿਆ ਕਰੋ, ਢਾਡੀਆਂ ਨੂੰ ਲੱਖ ਲੱਖ ਰੁਪਈਆ ਵੀ ਦਿਆ ਕਰੋ, ਪਰ ਇੱਕ ਸ਼ਰਤ ਰੱਖ ਲਿਆ ਕਰੋ ਵੀ ਮੇਜ਼ ਨਹੀਂ ਰੱਖਣ ਦੇਣਾ, ਜ਼ਬਾਨੀ ਗਾਉਣੀ, ਕਵਿਤਾ ਜਿੰਨੀਆਂ ਵੀ ਤੇਰੇ ਨਾਲ ਦੇ ਗਾਉਣ, 95% ਭੱਜਣਾ ਨਾ ਗਏ ਤੇ ਮੈਨੂੰ ਕਹਿ ਦਿਓ ਆ ਕੇ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਹੁਣ ਦਲ ਪੰਥ ਵਧਿਆ ਕਸੂਰ ਸ਼ਹਿਰ ਵੱਲ ਨੂੰ।
ਜਥੇਦਾਰ ਨੇ ਆਖਿਆ ਬਹਾਦਰੋ ਇੱਕ ਵਾਰ ਤੋਪਾਂ ਦੀ ਮਾਰ ਦੇ ਥੱਲਿਓਂ ਲੰਘ ਜਾਓ, ਉਹਨਾਂ ਚਿਰ ਕੋਈ ਬੰਦਾ ਜੈਕਾਰਾ ਨਾ ਲਾਵੇ, ਕੋਈ ਬੰਦਾ ਤੋਪ ਨਾ ਚਲਾਵੇ, ਕੋਈ ਬੰਦਾ ਗੋਲੀ ਦਾ ਵਾਰ ਨਾ ਕਰੇ, ਕੋਈ ਬੰਦਾ ਤੀਰ ਨਾ ਚਲਾਵੇ, ਕੋਈ ਬੰਦਾ ਤੇਗ ਨਾ ਚਲਾਵੇ। ਪਰ ਜਦੋਂ ਇੱਕ ਵਾਰੀ ਤੋਪਾਂ ਦੀ ਮਾਰ ਥੱਲਿਓਂ ਲੰਘ ਗਏ ਨਾ, ਫਿਰ ਮੈਂ ਕਰੂੰਗਾ ਤੁਹਾਨੂੰ ਇਸ਼ਾਰਾ, ਫਿਰ ਕਸੂਰ ਤੇ ਕਰਿਓ ਹਮਲਾ, ਭਾਵੇਂ ਕੋਈ ਸੁੱਤਾ ਭਾਵੇਂ ਕੋਈ ਖਾਂਦਾ ਭਾਵੇਂ ਕੋਈ ਪਹਿਰੇ ਤੇ ਖਲੋਤਾ ਤੇ ਜੋ ਮਰਜ਼ੀ ਕੋਈ ਕਰਦਾ ਹੋਵੇ, ਪਠਾਣਾ ਦੇ ਮਿਣ ਮਿਣ ਕੇ ਡੱਕਰੇ ਕਰਨੇ ਆ, ਕਸੂਰ ਸ਼ਹਿਰ ਦੀ ਇੱਟ ਨਾ ਇੱਟ ਖੜਕਾਉਣੀ ਆ, ਦਲ ਪੰਥ ਅੱਗੇ ਵਧਿਆ। ਜਦੋਂ ਤੋਪਾਂ ਦੀ ਮਾਰ ਦੇ ਥੱਲੇ ਲੰਘਿਆ, ਜਥੇਦਾਰ ਹਰੀ ਸਿੰਘ ਭੰਗੀ ਨੇ ਮਾਰਿਆ ਸਾਥਰੀ ਅਕਾਲ ਦਾ ਜੈਕਾਰਾ, ਉਹਦੇ ਨੇਤਰਾਂ ਵਿੱਚ ਆਈ ਲਾਲੀ, ਉਹਦੇ ਮੱਥੇ ਤੇ ਪਈ ਤਿਉੜੀ, ਉਹਦੀ ਤੇਗ ਉੱਛਲ ਕੇ ਮਿਆਨ ਵਿੱਚੋਂ ਬਾਹਰ ਆਈ, ਉਹਦੇ ਪੱਥੇ ਚ ਪਏ ਤੀਰਾਂ ਨੇ ਡੰਗ ਸਵਾਰੇ, ਉਹਨੇ ਮਾਰ ਕੇ ਸਾਥਰੀ ਅਕਾਲ ਦਾ ਜੈਕਾਰਾ, ਕਸੂਰ ਸ਼ਹਿਰ ਦੇ ਉੱਤੇ ਇੱਕ ਵੱਡਾ ਹਮਲਾ। Oh!
ਤੋਪਾਂ ਬੀੜੀਆਂ ਮਨਾਰਿਆਂ ਤੇ ਰਹਿ ਗਈਆਂ, ਤੋਪਾਂ ਬੀੜੀਆਂ ਮਨਾਰਿਆਂ ਤੇ ਰਹਿ ਗਈਆਂ, ਆਹੋ ਗਾ ਤੋਪ ਜੀ ਸ਼ਮਾ ਤੇ ਕੁਰਬਾਨ। ਸਿੰਘਾਂ ਨੇ ਮਿਣ ਮਿਣ ਕੇ ਪਠਾਣਾ ਦੇ ਡੱਕਰੇ ਕੀਤੇ ਤੇ ਉਸ ਭੂਰੇ ਦੇ ਵਿੱਚੋਂ ਅਬਲਾ ਦੇਵੀਆਂ ਦੀ ਇੱਜ਼ਤ ਬਚਾਈ। ਜਦੋਂ ਸਿੰਘ ਵਾਪਸ ਮੁੜਨ ਲੱਗੇ ਨਾ, ਇੱਕ ਥਾਂ ਤੇ ਸਿੰਘ ਵਾਹਵਾ ਕੇ ਰਾਜਾ ਇਕੱਠਾ ਕਰਕੇ ਬੈਠੇ ਤੇ ਜਥੇਦਾਰ ਕਹਿੰਦਾ ਤੁਰਦੇ ਨਹੀਂ। ਸਿੰਘ ਕਹਿੰਦੇ ਜਥੇਦਾਰਾ, ਚੀਜ਼ ਇੱਕ ਇੱਦਾਂ ਦੀ ਲੱਭੀ ਆ, ਨਾ ਛੱਡਣ ਜੋਗਿਆਂ ਨਾ ਰੱਖਣ ਜੋਗਿਆਂ। ਕਹਿੰਦੇ ਕੀ? ਕਹਿੰਦੇ ਜਿਹੜਾ ਪਠਾਣ ਮਾਰਿਆ ਨਾ ਸਭ ਤੋਂ ਵੱਡਾ ਉਸਮਾਨ ਖਾਂ, ਉਹਦਾ ਹੁੱਕਾ ਲੱਭਾ, ਉਹ ਹੁੱਕਾ ਪੀਂਦਾ ਤੇ ਤੰਬਾਕੂ ਨੂੰ ਸਿੱਖ ਹੱਥ ਨਹੀਂ ਲਾਉਂਦਾ। ਵੇਖੋ ਸਿੱਖ ਦੀ ਡੈਫੀਨੇਸ਼ਨ, ਤੰਬਾਕੂ ਨੂੰ ਹੱਥ ਨਹੀਂ ਲਾਉਂਦਾ। ਤੇ ਤੁਸੀਂ ਆ ਸੜਕਾਂ 'ਤੇ ਤੁਰੇ ਜਾਓ ਨਾ, ਚੰਗੇ ਭਲੇ ਪਰਨੇ ਵਾਲੇ, ਸਿਰਾਂ 'ਤੇ ਪੱਗਾਂ ਵੀ ਵੱਜੀਆਂ, ਉਹ ਵੀ ਮਲਣਡਾ। ਅਤੇ ਚੇਲੇ ਹੀ ਅਸੀਂ ਉਹਨਾਂ ਦੇ ਬਣ ਗਏ ਜਿਨ੍ਹਾਂ ਦੇ ਡੇਰਿਆਂ 'ਚ ਫੂਕੀਆਂ ਹੀ ਬੀੜੀਆਂ ਜਾਂਦੀਆਂ ਵਾ। ਇਸ਼ਾਰਾ ਤੁਸੀਂ ਸਮਝਦੇ ਹੀ ਹੋ ਵੀ ਅਸੀਂ ਚੇਲੇ ਹੀ ਉਹਨਾਂ ਦੇ ਬਣਾ ਦਿੱਤੇ ਗਏ ਜਿਨ੍ਹਾਂ ਦੇ ਡੇਰਿਆਂ 'ਚ ਚੱਲਦਾ ਹੀ ਚਿਲਮ ਪੁਣਾ ਵਾ, ਇਹੋ ਕੁਝ ਚੱਲਦਾ। ਕਿਰਾਏ ਪਾਉਣਾ ਸੀ ਪੰਜਾਬ ਦੀ ਜਵਾਨੀ ਨੂੰ, ਕਿਹੜੇ ਤਰੀਕੇ ਨਾਲ ਪਾਉਣਾ ਸੀ? ਗਾਉਣ ਵਾਲੀ ਲਾਓ, ਉੱਥੇ ਚੰਗਾ ਜਿਹਾ ਸਿਸਟਮ ਬਣਾਓ, ਦੜਾਮ ਦੜਾਮ ਡੀਜੇ ਦੀ ਇੱਕ ਵਾਰੀ ਕਰਾਓ, ਖੁੱਲ੍ਹਾ ਤੰਬਾਕੂ, ਖੁੱਲ੍ਹੀਆਂ ਸਿਗਰਟਾਂ, ਬੀੜੀਆਂ, ਮੁੜ ਕੇ ਆਪੇ ਹੀ ਸਿਰ ਲਾਉਂਦੇ ਆਉਣਗੇ ਅਗਲੀ ਵਾਰੀ। ਇਹ ਤਰੀਕਾ ਹੁੰਦਾ ਕਿਹੜੀ ਤਰੀਕੇ ਨਾਲ ਤੁਹਾਡੀ ਜੜੀ ਤੇਲ ਦੇਣਾ ਅਤੇ ਦੇ ਦਿੱਤਾ ਅਗਲਿਆਂ ਨੇ। ਖੈਰ ਨੇੜੇ ਆਈਏ, ਉਹ ਕਹਿੰਦੇ ਵੀ ਸਿੱਖ ਤਾਂ ਤੰਬਾਕੂ ਨੂੰ ਹੱਥ ਨਹੀਂ ਲਾਉਂਦੇ, ਹੁੱਕੇ ਨੂੰ ਹੱਥ ਨਹੀਂ ਲਾਉਂਦੇ, ਪਰ ਛੱਡਣਾ ਇਸ ਕਰਕੇ ਨਹੀਂ ਆ, ਇਹਦੇ ਉੱਤੇ ਕਰੋੜਾਂ ਰੁਪਈਆਂ ਦੇ ਹੀਰੇ ਮੋਤੀ ਲੱਗੇ ਆ, ਪੰਥ ਦੇ ਕੰਮ ਆਉਣਗੇ। ਹੁਣ ਜਥੇਦਾਰ ਹੋਵੇ ਹਰੀ ਸਿੰਘ ਭੰਗੀ ਵਰਗਾ, ਜਿਹੜਾ ਔਨ ਦਾ ਸਪੋਟ ਫੈਸਲਾ ਕਰਨਾ ਜਾਣਦਾ ਹੋਵੇ, ਉਹਨੇ ਸ੍ਰੀ ਸਾਹਿਬ ਬੇਮਿਆਨ ਕੀਤੀ, ਇੱਕ ਭਰਵਾਂ ਵਾਰ ਕੀਤਾ ਅਤੇ ਹੁੱਕੇ ਦੇ ਦੋ ਤਿੰਨ ਟੋਟੇ ਕਰ ਦਿੱਤੇ। ਕਹਿੰਦਾ ਚੁੱਕੋ ਆਪੋ ਆਪਣਾ ਹਿੱਸਾ, ਇਹ ਹੁਣ ਹੁੱਕਾ ਨਹੀਂ ਰਹਿ ਗਿਆ। ਪੰਥ ਨੇ ਆਪੋ ਆਪਣਾ ਹਿੱਸਾ ਚੁੱਕਿਆ, ਘੋੜਿਆਂ 'ਤੇ ਸਵਾਰੀਆਂ, ਉੱਧਰ ਪੰਡਿਤ ਨੂੰ ਕਾਹਲੀਆਂ ਪੈਣ, ਪੰਡਿਤ ਕਸੂਰ ਵੱਲ ਘੱਟ ਵੇਖੇ ਅਤੇ ਸੂਰਜ ਵੱਲ ਜ਼ਿਆਦਾ ਵੇਖੇ ਵੀ ਇਹ ਥਾਂ ਹੋਵੇ ਅਤੇ ਮੈਂ ਭੱਜਾਂ ਛੇਤੀ। ਇੰਨੇ ਚਿਰ ਨੂੰ ਦਲ ਪੰਥ ਤੁਰਿਆ ਆਵੇ, ਦਲ ਪੰਥ ਲਹੂ ਲੁਹਾਣ ਸਾਰਾ ਹੋਇਆ ਅਤੇ ਜਥੇਦਾਰ ਹਰੀ ਸਿੰਘ ਭੰਗੀ ਨੇ ਆਖਿਆ ਪੰਡਿਤ ਜੀ ਆਹ ਲਓ ਤੁਹਾਡੀ ਇੱਜ਼ਤ। ਪੰਡਿਤ ਦੀਆਂ ਅੱਖਾਂ 'ਚ ਪਾਣੀ ਸੀ, ਲੜਕੀ ਦੀਆਂ ਅੱਖਾਂ 'ਚ ਪਾਣੀ ਸੀ। ਪੰਡਿਤ ਨੇ ਇੱਕ ਗੱਲ ਕਹਿ ਕੇ ਸਮਾਪਤੀ ਕਰ ਦਿੱਤੀ, ਕਹਿਣ ਲੱਗਾ ਜਥੇਦਾਰਾ, ਜਿੰਨਾ ਚਿਰ ਦੁਨੀਆਂ ਦੇ ਇਤਿਹਾਸ ਅੰਦਰ ਸਿੱਖ ਹਿੱਕ ਡਾਹ ਕੇ ਖਲੋਤੇ ਨੇ, ਇਹ ਸੰਸਾਰ ਭੁੱਖਾ ਨਹੀਂ ਮਰ ਸਕਦਾ, ਦੁਖੀ ਨਹੀਂ ਹੋ ਸਕਦਾ। ਲੋੜ ਆ ਸਿੱਖਾਂ ਨੂੰ ਅੱਜ ਦੇ ਸਮੇਂ 'ਚ ਆਪਣੀ ਪਾਵਰ ਪਛਾਣਨ ਦੀ। ਉਹ ਪਾਵਰ ਦੀ ਕਮੀ ਕਿੱਥੇ ਆ ਸਾਡੇ 'ਚ? ਏਕੇ ਦੀ ਸਭ ਤੋਂ ਵੱਡੀ ਕਮੀ ਆ। ਜਿੱਦਣ ਏਕੇ ਦੇ ਧਾਗੇ 'ਚ ਆ ਗਏ ਉੱਦਣ ਸਾਡਾ ਭਲਾ ਹੀ ਭਲਾ ਵਾ, ਅਤੇ ਏਕੇ ਦੇ ਧਾਗੇ 'ਚ ਉੱਦਣ ਆਉਣਾ ਜਿੱਦਣ ਐਸ ਬਾਪੂ ਦਾ ਲੜ ਫੜਿਆ। ਆ ਛੱਡ ਦਿਓ ਦੂਜੇ ਤੀਜੇ ਡੇਰਿਆਂ ਦੇ ਜਾ ਕੇ ਚੌਂਕੀਆਂ ਭਰਨੀਆਂ, ਦੂਜਿਆਂ ਤੀਜਿਆਂ ਨੂੰ ਜਾ ਕੇ ਟੇਕਣੇ ਮੱਥੇ, ਕਿ ਇਹ ਸਾਰੇ ਮੂਰਖ ਬਣਾਉਣ ਡੇ, ਸਾਰੇ ਪਲਾਂਟਡ ਬੰਦੇ ਆ, ਪੰਜਾਬ ਨੂੰ ਖੋਖਲਾ ਕਿੱਦਾਂ ਕਰਨਾ ਵਾ? ਤੁਹਾਡਾ ਆਸਰਾ ਸਿਰਫ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਾ। ਸਮੇਂ ਦੀ ਸਮਾਪਤੀ ਆ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਆ। ਧੰਨਵਾਦ ਆ ਗੁਰੂ ਕੀ ਸਨਮਾਨਯੋਗ ਸੰਗਤ ਦਾ, ਬਹੁਤ ਵੱਡਾ ਮਾਣ ਅਤੇ ਸਨਮਾਨ ਤੁਸੀਂ ਦੇ ਕੇ ਨਿਵਾਜਿਆ। ਅਗਲੇ ਦਰਸ਼ਨ ਤੁਹਾਡੇ ਇਲਾਕੇ 'ਚ ਜਲਦੀ ਨਗਰ ਕੁਲਾਰ ਵਿੱਚ ਆਪਾਂ ਕਰਾਂਗੇ।
2 ਅਕਤੂਬਰ ਦੀ ਰਾਤ ਨੂੰ ਹਾਜ਼ਰੀ ਭਰ ਕੇ ਗੁਰੂ ਕਿਰਪਾ ਕਰੇ। ਪ੍ਰੋਗਰਾਮ ਉੱਥੇ ਵੀ ਬੜੀ ਚੜ੍ਹਦੀ ਕਲਾ ਵਾਲਾ ਹੋਣਾ ਹੈ। ਬੜਾ ਵੱਡਾ ਮਾਣ ਅਤੇ ਸਨਮਾਨ ਤੁਸੀਂ ਦੇ ਕੇ ਸਾਨੂੰ ਨਵਾਜਿਆ। ਜਦੋਂ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਘਰ ਦੇ ਢਾਡੀ ਬਣੇ ਆ, ਅਤੇ ਮੇਰੇ ਹਿਸਾਬ ਨਾਲ ਗੁਰੂ ਨੇ ਕਮੀਆਂ ਕੋਈ ਨਹੀਂ ਰੱਖੀਆਂ। ਆ ਥੋੜ੍ਹਾ ਸਮਾਂ ਹੋਇਆ ਹੈ, ਬਾਬਾ ਦਰਸ਼ਨ ਸਿੰਘ ਢਾਬਸਰ ਵਾਲੇ ਫਿਰੋਜ਼ਪੁਰ ਦੀ ਸੰਗਤ ਨੇ ਢਾਡੀ ਜਥੇ ਨੂੰ ਸੋਨੇ ਦੀ ਮੁੱਠ ਵਾਲੀ ਸ੍ਰੀ ਸਾਹਿਬ ਦੇ ਕੇ ਨਵਾਜਿਆ। ਕਦੀ ਸਾਡੇ ਵਰਗੇ ਬੰਦਿਆਂ ਵੀ ਸੋਚਿਆ ਵੀ ਸਾਡੇ ਹੱਥਾਂ ਦੇ ਵਿੱਚ ਵੀ ਸੋਨੇ ਦੀਆਂ ਮੁੱਠ ਵਾਲੀਆਂ ਸ੍ਰੀ ਸਾਹਿਬਾਂ ਹੋਣਗੀਆਂ? ਇਹ ਬਰਕਤਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ, ਇਹ ਬਰਕਤਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ। ਪ੍ਰਬੰਧ ਦਾ ਧੰਨਵਾਦ, ਸਟੇਜ ਸੈਕਟਰੀ ਸਾਹਿਬ ਦਾ ਧੰਨਵਾਦ, ਸਰੰਗੀ ਮਾਸਟਰ ਭਾਈ ਪਰਮਿੰਦਰ ਸਿੰਘ ਦਾ ਧੰਨਵਾਦ, ਅਤੇ ਖਾਸ ਤੌਰ 'ਤੇ ਨੌਜਵਾਨੋਂ ਤੁਹਾਡੇ ਵਾਸਤੇ ਆ ਵੀ ਮੈਂ ਬਹੁਤ ਦੁਆਬੇ 'ਚ ਪ੍ਰੋਗਰਾਮ ਜਿੰਨੇ ਵੀ ਲਾਏ ਆ ਨੌਜਵਾਨ ਮੈਂ ਘੱਟ ਦੀਵਾਨਾਂ 'ਚ ਬੈਠੇ ਵੇਖਿਆ। ਇਹ ਖਰਚਾ ਤੁਹਾਡਾ ਹੀ ਆ, ਤੁਸੀਂ ਪੈਸੇ ਲਾਏ ਆ। ਇਸ ਗੱਲ ਦੀ ਖੁਸ਼ੀ ਆ ਵੀ ਵੱਧ ਤੋਂ ਵੱਧ ਯੰਗ ਜਨਰੇਸ਼ਨ ਨੌਜਵਾਨ ਪੀੜ੍ਹੀ ਤੁਹਾਡੇ ਦੀਵਾਨਾਂ 'ਚ ਬੈਠੀ ਆ, ਅਤੇ ਵਿਆਹ ਕਰੋ ਅਤੇ ਸੁਣਿਆ ਕਰੋ। ਰੰਗ ਲਾਗਤ ਲਾਗਤ ਕਿਤੇ ਇਹਨਾਂ 'ਤੇ ਗੱਲ ਬਣੂਗੀ ਨਾ, ਕਿਤੇ ਨਾ ਕਿਤੇ 'ਤੇ ਰੰਗ ਲੱਗੂਗਾ। ਦੋ ਚੀਜ਼ਾਂ ਕਰ ਲਓ, ਇੱਕ ਨਸ਼ਾ ਪਤਾ ਨਹੀਂ ਜ਼ਿੰਦਗੀ 'ਚ ਕਰਨਾ, ਕਿੱਡਾ ਵੀ ਕੋਈ ਯਾਰ ਹੋਵੇ ਦਰਕਾਰ ਕੇ ਪਛਾਂ ਕਰ ਦਿਓ, ਅਤੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆਓ, ਕੇਸ ਰੱਖੋ ਹੌਲੀ ਹੌਲੀ, ਕਾਹਲੀ ਕੋਈ ਠਾਹ ਸੋਟਾ ਕਿਸੇ ਨੂੰ ਨਹੀਂ, ਕੇਸ ਰੱਖੋ ਦਾੜੇ ਰੱਖੋ, ਅਤੇ ਇੱਕ ਚੰਗੀ ਜਿਹੀ ਫੋਟੋ ਕਲੀਨ ਸ਼ੇਵ ਵਾਲੀ ਜਿਹੜੀ ਹੁਣ ਫੋਟੋ ਹੋਊ ਨਾ ਉਹ ਵੀ ਆਪਣੇ ਡਰਾਇੰਗ ਰੂਮ 'ਚ ਲਾ ਦਿਓ, ਅਤੇ ਜਿੱਦਣਾ ਪੂਰਾ ਦਾੜਾ ਆ ਜਾਏ ਮੁੱਛਾਂ ਕਰਕੇ ਕੁੰਡੀਆਂ ਚੰਗੇ ਜਿਹੇ ਸਟੂਡੀਓ 'ਚ ਉਹ ਵੀ ਫੋਟੋ ਲਵਾ ਕੇ ਵਿਖਾਇਓ, ਅਤੇ ਜਿਹੜੀ ਚੰਗੀ ਲੱਗੂ ਤਾਂ ਮੈਂ ਇੰਨੀ ਗੱਲ ਕਹਿੰਦਾ ਨਾ ਵੀ ਉਹ ਸ਼ਕਲ ਰੱਖ ਲਿਓ ਅਤੇ ਦੂਜੀ ਸ਼ਕਲ ਪਛਾਂ ਕਰ ਦਿਓ। ਪਰ ਮੈਨੂੰ ਮਾਣ ਆ ਗੁਰੂ ਗੋਬਿੰਦ ਸਿੰਘ ਦੇ ਉਸ ਰੂਪ ਉੱਤੇ, ਜਿੱਦਣ ਉਹ ਰੂਪ ਤੁਹਾਡੇ ਡਰਾਇੰਗ ਰੂਮ 'ਚ ਫੋਟੋ ਲੱਗ ਗਈ, ਮੁੜ ਕੇ ਜੀ ਨਹੀਂ ਕਰਨਾ ਪਛਾਂ ਹਟਣ ਨੂੰ। ਸਮੇਂ ਦੀ ਸਮਾਪਤੀ, ਧੰਨਵਾਦ। ਇਹ ਹਜ਼ੂਰੀ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਪਦਮ, ਪਿੰਡ ਖਾਪੜਖੇੜੀ, ਜ਼ਿਲ੍ਹਾ ਅੰਮ੍ਰਿਤਸਰ, ਭਾਈ ਓਂਕਾਰ ਸਿੰਘ ਗਹਿਰੀ, ਭਾਈ ਹਰਸ਼ਰਨਜੀਤ ਸਿੰਘ ਕੋਮਲ, ਸਰੰਗੀ ਮਾਸਟਰ ਭਾਈ ਮਨਮੋਹਨ ਸਿੰਘ ਆਪ ਦੇ ਦਰਸ਼ਨ ਦਿਦਾਰੇ ਕਰ ਰਹੇ ਸਾਂ। ਤੁਰੰਤ ਆਗਿਆ ਲੈ ਕੇ ਅਸੀਂ ਤੁਹਾਡੇ ਕੋਲੋਂ ਚਲੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।